ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਇਸ ਵਕਤ ਮੈਂ ਸਕਾਈਪ ਦੇ ਥਰੂ ਲਾਈਵ ਹਾਂ। ਅੱਜ ਜੋ ਵੀ ਗੱਲਬਾਤ ਹੋਊਗੀ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨਾਲ, ਉਹ ਸਾਰੀ ਲਾਈਵ ਜਾਊਗੀ, ਅਤੇ ਤਾਂ ਕਿ ਹੋਰਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਜੋ ਲੋਕਾਂ ਦੇ ਮੈਸੇਜ ਨੇ। ਅਤੇ ਕਰੋਨਾ ਜਿਹੜਾ ਉਹਦੇ ਨਾਲ ਪੂਰੀ ਦੁਨੀਆ ਇਫੈਕਟਡ ਹੈ। ਹਜੇ ਤੱਕ ਇਸ ਮਹਾਂਮਾਰੀ ਦਾ ਕੋਈ ਇਲਾਜ ਨਹੀਂ ਲੱਭ ਸਕਿਆ, ਪਰ ਇੱਕੋ ਇਲਾਜ ਹੈ ਕਿ ਪਰਹੇਜ਼ ਰੱਖੋ। ਜਿੰਨਾ ਚਿਰ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ, ਘਰੋਂ ਬਾਹਰ ਨਾ ਜਾਓ। ਸੋ ਤਾਂ ਕਰਕੇ ਮੈਂ ਤੁਹਾਡੇ ਨਾਲ ਲਾਈਵ ਹੋ ਰਿਹਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨਾਲ ਲਾਈਵ ਹੋ ਕੇ ਕਿ ਜੇ ਕਿਤੇ ਕੋਈ ਐਮਰਜੈਂਸੀ ਹੋਵੇ, ਮੈਡੀਕਲ ਐਮਰਜੈਂਸੀ ਜਾਂ ਫਿਰ ਜਿਹੜੀ ਕੋਈ ਰਾਸ਼ਨ ਦੀ ਐਮਰਜੈਂਸੀ, ਤਾਂ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ। ਸੋ ਹੁਣ ਆਪਾਂ ਕਾਲ ਆਉਣ ਲੱਗ ਗਈਆਂ, ਕਿ ਪਹਿਲੀ ਕਾਲ ਤੇ ਚੱਲਦੇ। ਤੇ ਕਈ ਵਾਰੀ ਟੈਕਨੀਕਲ ਕੋਈ ਐਰਰ ਆ ਜਾਂਦੀ ਹੈ, ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਇੱਥੇ 8 ਵਜੇ ਤੱਕ ਬੈਠਾ, 7:03 ਹੋਏ ਨੇ ਭਾਰਤ ਦੇ ਵਿੱਚ। ਅਤੇ ਜਿਹੜੀ ਅਗਲੀ ਕਾਲ ਆਊਗੀ ਉਹਦੇ 'ਤੇ ਵੀ ਜਾਵਾਂਗੇ ਅਤੇ ਗੱਲਬਾਤ ਕਰਾਂਗੇ। ਕਿ ਕੋਈ ਸੁਜੈਸ਼ਨ ਵੀ ਮਿਲ ਸਕਦਾ, ਸੁਝਾਅ ਚੰਗਾ, ਕੋਈ ਸ਼ਿਕਾਇਤ ਵੀ ਮਿਲ ਸਕਦੀ ਹੈ, ਕੋਈ ਨਾਰਾਜ਼ਗੀ ਵੀ ਕਿਸੇ ਦੀ ਹੋ ਸਕਦੀ ਹੈ ਪ੍ਰਸ਼ਾਸਨ ਲਈ, ਜਾਂ ਜੋ ਕਈ ਕਈਆਂ ਨੂੰ ਰਾਸ਼ਨ ਨਹੀਂ ਮਿਲ ਰਿਹਾ, ਜਾਂ ਮੈਡੀਕਲ ਜਿਹੜੀਆਂ ਲੋੜਾਂ ਦੀਆਂ ਦਵਾਈਆਂ ਨਹੀਂ ਮਿਲ ਰਹੀਆਂ। ਤਾਂ ਅਸੀਂ ਬਹੁਤ ਸਾਰੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਮੈਡੀਕਲ ਪਹੁੰਚਾਈ ਵੀ ਹੈ, ਉਹਨਾਂ ਦੇ ਪਾਸ ਵੀ ਬਣਾਏ ਨੇ। ਸੋ ਇਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰੂੰਗਾ ਕਿ ਇਸ ਟੈਕਨੋਲੋਜੀ ਦੀ ਜਿਹੜੀ ਇਹ ਟੈਕਨੋਲੋਜੀ ਹੈ, ਇਹਦੇ ਥਰੂ ਤੁਸੀਂ ਮੇਰੇ ਨਾਲ ਇਨ ਟੱਚ ਹੋ। ਅਤੇ ਮਿਸਟਰ ਕੁਲਵੰਤ ਸ਼ੇਰਗਿੱਲ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਜੇ ਉਹਨਾਂ ਦਾ ਫੋਨ ਥਰੂ ਹੋ ਜਾਂਦਾ ਤਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਗਵਾਨ ਮਾਨ ਜੀ। ਸਤਿ ਸ਼੍ਰੀ ਅਕਾਲ ਕੁਲਵੰਤ ਜੀ, ਕੀ ਹਾਲ ਚਾਲ, ਕਿੱਥੋਂ ਬੋਲਦੇ ਹੋ? ਮੈਂ ਵੈਸੇ ਤਾਂ ਜਲੰਧਰ ਜ਼ਿਲ੍ਹੇ ਨਾਲ ਰਿਲੇਟਡ ਹੈ ਜੀ। ਮੈਂ ਇਸ ਟਾਈਮ ਨੰਦੇੜ ਹਜ਼ੂਰ ਸਾਹਿਬ ਜੀ ਆ ਜੀ ਜੀ ਗੁਰਦੁਆਰਾ ਸਾਹਿਬ ਜੀ ਜੀ ਹਾਂਜੀ ਸਰ, ਅਸਲ 'ਚ ਨਾ ਸੰਗਤ ਬਹੁਤ ਜ਼ਿਆਦਾ ਸੰਗਤ ਆ, ਅਤੇ ਜਿਹੜੀ ਸੱਚਾਈ ਆ ਜੀ, ਬਾਬਾ ਬਲਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਜੀ ਵੱਲੋਂ ਪੂਰਾ ਪ੍ਰਬੰਧ ਹੈ ਜੀ, ਵਧੀਆ ਕਮਰੇ ਅਤੇ ਵਧੀਆ ਖਾਣ ਨੂੰ ਲੰਗਰ ਪੂਰਾ ਜੀ, ਕੋਈ ਦਿੱਕਤ ਨਹੀਂ। ਪਰ ਵੱਡੀ ਪਰੇਸ਼ਾਨੀ ਇਹ ਹੋ ਗਈ ਆ ਜੀ, ਜਿਹੜੇ ਬਜ਼ੁਰਗ ਆਏ ਹੋਏ ਸੀਗੇ ਉਹਨਾਂ ਕੋਲ ਆਪਣੀ ਮੈਡੀਸਨ ਜਿਹੜੀ ਉਹਨਾਂ ਨੂੰ ਲੱਗੀ ਉਹ ਆ ਕਿਸੇ ਵੀ ਤਰ੍ਹਾਂ ਦੀ, ਉਹ ਇੱਥੇ ਨਹੀਂ ਮਿਲ ਰਹੀ। ਅਤੇ ਪਲੱਸ ਜਿਹੜੇ ਬੱਚੇ ਆਏ ਆ ਉਹ ਪਿੱਛੇ ਜਾਣ ਨੂੰ ਕਾਫੀ ਕਰ ਰਹੇ ਜਾ, ਅਤੇ ਪਿੱਛੇ ਆਪਣੀ ਫਸਲ ਵਾੜੀ, ਪਲੱਸ ਸਾਡੇ ਬਜ਼ੁਰਗ ਜਿਹੜੇ ਪਰਿਵਾਰ ਆ ਪਿੱਛੇ, ਉਹ ਬਹੁਤ ਟੈਨਸ਼ਨ 'ਚ ਆ ਜੀ। ਦੇਖੋ, ਮੈਨੂੰ ਵੀ ਬਹੁਤ ਸਾਰੇ ਫੋਨ ਆਏ ਨੇ ਆਪਣਾ ਨੰਦੇੜ ਸਾਹਿਬ ਤੋਂ, ਜਿਹੜੇ ਦਰਸ਼ਨ ਕਰਨ ਗਏ ਸੀਗੇ ਉਹ ਉੱਥੇ ਸਟੱਕ ਹੋ ਗਏ। ਪਰ ਇਹਦੇ ਵਿੱਚ ਕੁਲਵੰਤ ਜੀ ਇਹ ਹੈ, ਮੈਂ ਤਾਂ ਇਹੀ ਸੁਜੈਸਟ ਕਰੂੰਗਾ ਕਿ ਲੋਕਡਾਊਨ ਹੈ, ਲੋਕਡਾਊਨ ਮੀਨਸ ਲੋਕਡਾਊਨ ਹੈ, ਇਹੀ ਅਰਦਾਸ ਕਰਾਂਗੇ ਕਿ ਘੱਟ ਸਮੇਂ ਲਈ ਚੱਲੇ ਅਤੇ ਟ੍ਰੇਨਾਂ ਜਿਹੜੀਆਂ ਸ਼ੁਰੂ ਹੋ ਜਾਣ, ਕਿਉਂਕਿ ਹੁਣ ਤੱਕ ਕੋਈ ਹਜੇ ਤੱਕ ਤਾਂ ਕੋਈ ਪਬਲਿਕ ਟਰਾਂਸਪੋਰਟੇਸ਼ਨ ਦਾ ਸਾਧਨ ਹੀ ਨਹੀਂ ਚੱਲ ਰਿਹਾ। ਨਹੀਂ ਸਰ, ਮੈਂ ਤੁਹਾਨੂੰ ਇੱਕ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੁੰਦਾ। ਬਾਬਿਆਂ ਕੋਲ ਨਾ ਇਸ ਟਾਈਮ ਬਾਬਾ ਬਲਵਿੰਦਰ ਸਿੰਘ ਉਹਨਾਂ ਨੇ, ਅਸੀਂ ਦੇਖਿਆ ਅੱਖੀਂ ਦੇਖ ਕੇ ਆਏ, ਉਹਨਾਂ ਦੇ ਗੁਰਦੁਆਰੇ ਦੇ ਵਿੱਚ 20 ਤੋਂ 22 ਟਰੱਕ ਉਹਨਾਂ ਨੇ ਸੰਗਤ ਲਈ ਰੈਡੀ ਕਰਕੇ ਖੜੇ ਕੀਤੇ ਆ। ਹੁਣ ਅਸੀਂ ਇੱਕ ਤਰ੍ਹਾਂ ਕਮਰੇ ਦੇ ਵਿੱਚ ਲੋਕਡਾਊਨ ਹੈ, ਅਸੀਂ ਸਮਰਥਨ ਕਰਦੇ ਹਾਂ ਇਸ ਚੀਜ਼ ਦਾ, ਪਰ ਸਾਨੂੰ ਮਜਬੂਰੀ ਹੋ ਜਾਂਦੀ ਹੈ ਵੀ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਣ ਸੇਵਾ ਲਈ ਜਾਂਦੇ ਹਾਂ ਤੇ ਉੱਥੇ ਵੱਡਾ ਇਕੱਠ ਹੋ ਜਾਂਦਾ ਜੀ। ਤੇ ਆਪਾਂ ਚਾਹੁੰਦੇ ਹਾਂ ਜੇ ਆਪਣੇ ਕੋਲ ਪਿੱਛੇ ਵਧੀਆ ਪ੍ਰਬੰਧ ਹੈ ਘਰਾਂ 'ਚ, ਅਸੀਂ ਇਸ ਚੀਜ਼ ਨਾਲ ਸਹਿਮਤ ਹਾਂ ਵੀ ਸਾਨੂੰ ਸਹੀ ਤਰੀਕੇ ਨਾਲ ਪਹੁੰਚਾਇਆ ਜਾਵੇ, ਅਸੀਂ ਆਪਣੇ ਘਰਾਂ 'ਚ ਰਹਿਣ ਨੂੰ 14 ਤੋਂ 20 ਦਿਨ ਤੱਕ ਵੀ ਟਰੱਕ ਹੈਗੇ ਤੁਹਾਡੇ ਕੋਲ, ਪਰ ਜਗ੍ਹਾ ਜਗ੍ਹਾ ਤੇ ਕੱਟ ਲੱਗਿਆ ਹੋਇਆ, ਤੁਸੀਂ ਕਿਵੇਂ ਵਾਇਲੇਸ਼ਨ ਕਰ ਦੋਗੇ? ਮਤਲਬ ਮੈਂ ਖੁਦ ਦਿੱਲੀ 'ਚ ਹਾਂ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ 'ਚ, ਸਾਡੀ ਵੀ ਸਰਕਾਰ ਹੈ, ਕਿ ਉਹਨਾਂ ਨੇ ਇਹ ਕਿਹਾ ਹੋਇਆ ਕਿ ਘਰੋਂ ਬਾਹਰ ਨਹੀਂ ਨਿਕਲਣਾ, ਅਤੇ ਫਿਰ ਮੈਨੂੰ ਹਰਿਆਣੇ ਦਾ ਬਾਰਡਰ ਕ੍ਰੋਸ ਕਰਨਾ ਪਊ, ਹਰਿਆਣੇ 'ਚ ਕਰਫਿਊ ਲੱਗਿਆ ਹੋਇਆ, ਫਿਰ ਮੈਨੂੰ ਪੰਜਾਬ ਦਾ ਬਾਰਡਰ ਕ੍ਰੋਸ ਕਰਨਾ ਪਊ, ਪੰਜਾਬ 'ਚ ਕਰਫਿਊ ਲੱਗਿਆ ਹੋਇਆ। ਸੋ ਮੈਂ ਇਹੀ ਸੁਜੈਸਟ ਕਰੂੰਗਾ, ਮੇਰੀ ਇਹੀ ਸਲਾਹ ਹੋਊਗੀ ਕਿ ਜੇ ਕੋਈ ਮੈਡੀਕਲ ਐਮਰਜੈਂਸੀ ਹੈ ਤਾਂ ਪਲੀਜ਼ ਸਾਡੇ ਨਾਲ ਭਾਵੇਂ ਇਸੇ ਨੰਬਰ 'ਤੇ ਬਾਅਦ 'ਚ ਰੈਗੂਲਰ ਕਾਲ ਕਰ ਲਿਓ, ਅਸੀਂ ਉੱਥੋਂ ਤੇ ਪ੍ਰਸ਼ਾਸਨ ਨਾਲ ਗੱਲ ਕਰਕੇ ਰਾਸ਼ਨ ਜਾਂ ਮੈਡੀਕਲ ਪਹੁੰਚਾ ਸਕਦੇ ਹਾਂ। ਅਤੇ ਜਿੰਨਾ ਚਿਰ ਕੋਈ ਅਗਲਾ ਦੇਸ਼ ਨਹੀਂ ਆਉਂਦਾ ਜਾਂ ਕੋਈ ਫੈਸਲਾ ਅਗਲਾ ਨਹੀਂ ਆਉਂਦਾ, ਤਾਂ ਉਹਨਾਂ ਚਿਰ ਤੁਸੀਂ ਉੱਥੇ ਸਟੇ ਕਰੋ। ਠੀਕ, ਬਹੁਤ ਸਾਰੀਆਂ ਗੱਡੀਆਂ ਇੱਥੋਂ ਨਾ ਪ੍ਰਾਈਵੇਟ ਨਿਕਲ ਗਈਆਂ ਸੀ ਪਹਿਲਾਂ, ਚਲੋ ਆਪਾਂ ਉਹ ਚੀਜ਼ ਨਾਲ ਤੁਹਾਡੀ ਕਹਿੰਦਾ ਮੈਂ ਸਹਿਮਤ ਹੋ ਗਿਆ ਜੀ, ਜਦੋਂ ਲੋਕਡਾਊਨ ਦਾ ਮਤਲਬ ਲੋਕਡਾਊਨ ਹੀ ਆ, ਵੀ ਟਰਾਈ ਕਰੀਏ ਆਪਾਂ ਆਪਣੇ ਜਿੱਥੇ ਹੈਗੇ ਉੱਥੇ ਰਹੀਏ।
ਤੇ ਪਰ ਮਜਬੂਰੀ ਇਹ ਹੈ ਜੀ ਹੁਣ ਵਿੱਚ ਕੋਈ ਨਹੀਂ ਕੋਈ ਨਹੀਂ, ਮਤਲਬ ਥੋੜ੍ਹਾ ਜਿਹਾ ਕੋਈ ਨਹੀਂ, ਹਾਂਜੀ ਥੋੜ੍ਹਾ ਜਿਹਾ ਸਬਰ ਕਰ ਲਓ, ਤੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਸਿਆਣੇ ਕਹਿੰਦੇ ਨੇ, ਤੇ ਮੈਨੂੰ ਉਮੀਦ ਹੈ ਕਿ ਨਹੀਂ ਛੇਤੀ ਪਰ ਇਹ ਜਿਹੜਾ ਓਵਰ ਹੋ ਜਾਊ ਮੇਰੀ ਰਿਕੁਐਸਟ ਹੈ, ਤੁਸੀਂ ਆਪਣੇ ਵੱਲੋਂ ਇੱਕ ਬਿਆਨ ਹੀ ਲਵਾ ਦਿਓ, ਇੱਕ ਬਿਆਨ ਹੀ ਲਵਾ ਦਿਓ ਵੀ ਸੰਗਤ ਲਈ ਜੋ ਸਰਕਾਰ ਕਰ ਸਕਦੀ ਹੈ। ਦੇਖੋ ਮੈਂ ਜਿੰਨਾ ਅਰੇਂਜਮੈਂਟ ਹੈ ਬਾਬਿਆਂ ਦਾ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਸਰਕਾਰ ਜਾਂ ਆ ਜਿਹੜਾ ਹੁਣ ਆਪਾਂ ਬੋਲ ਸਰਕਾਰ ਰਹੇ ਦਾ ਸਾਰਾ ਇੱਕ ਇਹ ਬਿਆਨ ਬਿਆਨ ਹੀ ਖਾਤਾ ਹੈ, ਹੋਊ। ਇਹ ਲਾਈਵ ਚੱਲ ਰਿਹਾ, ਬਿਆਨ ਹੀ ਹੈ ਠੀਕ 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 ਹੈ ਜੀ। ਕਿ ਜੇ ਕੋਈ ਮੈਡੀਕਲ ਐਮਰਜੈਂਸੀ ਜਾਂ ਰਾਸ਼ਨ ਦੀ ਐਮਰਜੈਂਸੀ ਹੈ ਤਾਂ ਸਰਕਾਰ ਨਾਲ ਨਹੀਂ ਉਹ ਕੋਈ ਗੱਲ ਨਹੀਂ, ਕਰ ਉਹ ਲਓ। ਦੇਖੋ ਜੀ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਬਹੁਤ ਵਧੀਆ, ਪਰ ਇੱਕ ਤੁਹਾਨੂੰ ਇੱਥੇ ਮੈਂ ਲਾਈਵ ਇਹ ਦੱਸ ਦਿੰਦਾ ਜੀ, ਸੱਚਖੰਡ ਜਿਹੜੀ ਕਮੇਟੀ ਆ ਨਾ ਇਸ ਟਾਈਮ ਮੌਕੇ ਦੀ, ਉਹ ਕੋਈ 0% ਸਹਿਯੋਗ ਹੈ ਜੀ ਉਹਨਾਂ ਦਾ, ਕੋਈ ਵੀ ਸਹਿਯੋਗ ਨਹੀਂ ਦੇ ਰਿਹਾ ਸੰਗਤ ਨੂੰ। ਮਤਲਬ ਬਾਈ ਜੀ ਇਹ ਆਲੋਚਨਾ ਕਰਨ ਦਾ ਜਾਂ ਨਿੰਦਿਆ ਕਰਨ ਦਾ ਟਾਈਮ ਨਹੀਂ ਹੁਣ, ਫਿਲਹਾਲ ਇਹ ਹੈ ਕਿ ਜਿੱਥੇ ਹੈਗੇ ਹੋ ਸਟੇ ਹੋਮ ਐਂਡ ਸਟੇ ਹੈਲਦੀ। ਠੀਕ ਆ ਜੀ, ਥੈਂਕ ਯੂ, ਓਕੇ, ਸਤਿ ਸ਼੍ਰੀ ਥੈਂਕ ਅਕਾਲ, ਯੂ, ਗੱਲ ਸੁਣਾ ਲਓ, ਥੈਂਕ ਯੂ, ਥੈਂਕ ਯੂ। ਦੇਖੋ ਮੇਰੇ ਖਿਆਲ 'ਚ ਇਹ ਟਾਈਮ ਇਹੋ ਜਿਹਾ ਨਹੀਂ ਹੈਗਾ ਕਿ ਉਹ ਫਲਾਨਾ ਕੰਮ ਕਰ ਰਿਹਾ ਫਲਾਨਾ ਨਹੀਂ ਕਰ ਰਿਹਾ, ਰਾਜਨੀਤਿਕ ਗੱਲਾਂ ਕਰਨ ਦਾ ਵੀ ਟਾਈਮ ਨਹੀਂ ਕਿ ਫਲਾਨੀ ਪਾਰਟੀ ਨੇ ਐਂ ਕਰਤਾ ਫਲਾਨਾ ਐਂ ਕਿਉਂ ਨਹੀਂ ਕਰਦਾ। ਫਿਲਹਾਲ ਤਾਂ ਇਹੀ ਹੈ ਕਿ ਲੋਕਾਂ ਨਾਲ ਇਨ ਟੱਚ ਰਹੋ, ਲੋਕ ਜਿਹੜੇ ਨੇ ਉਹ ਹੈਲਦੀ ਰਹਿਣ, ਅਤੇ ਬਹੁਤ ਜ਼ਰੂਰੀ ਜਿੰਨਾ ਚਿਰ ਨਾ ਹੋਵੇ ਤਾਂ ਬਾਹਰ ਨਾ ਜਾਏ। ਇੱਕ ਕਾਲ ਆ ਰਹੀ ਹੈ ਸਰਬਜੀਤ ਸਿੰਘ, ਹੈਲੋ, ਹੈਲੋ, ਹਾਂਜੀ ਬੋਲੋ ਭਾਜੀ, ਹੈਲੋ, ਹਾਂਜੀ ਬੋਲੋ ਬੋਲੋ, ਹੈਲੋ, ਹਾਂਜੀ ਬੋਲੋ ਭਾਜੀ ਬੋਲੋ, ਆਵਾਜ਼ ਆ ਰਹੀ ਤੁਹਾਡੀ, ਹੈਲੋ, ਹਾਂਜੀ ਹਾਂਜੀ ਬੋਲੋ, ਹੈਲੋ, 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 ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ ਸਰ, ਹੈਲੋ, ਹਾਂਜੀ ਹਾਂਜੀ ਬੋਲੋ ਬੋਲੋ, ਹਾਂਜੀ ਸਰ, ਖਰੜ ਤੋਂ ਕਰ ਰਹੇ ਸਰ, ਹਾਂਜੀ ਬੋਲੋ ਜੀ, ਹਾਂਜੀ ਬੋਲੋ ਜੀ, ਹਾਂਜੀ ਸਰ, ਆਪਣਾ ਜਿੱਦਾਂ ਹੁਣ ਲੋਕਡਾਊਨ ਲੱਗਿਆ ਹੋਇਆ ਸਰ, ਅਸੀਂ ਤਾਂ ਘਰਾਂ 'ਚ ਹੀ ਬੈਠੇ ਹਾਂ, ਹੈਲੋ, ਹਾਂਜੀ ਹਾਂਜੀ ਹਾਂਜੀ, ਫਿਰ ਵੀ ਦੁਨੀਆ ਜਾਨੀ ਕਿ ਕਹਿਣ ਲੱਗੋ ਕਿ ਜਿੱਦਾਂ ਮੈਂ ਸਵੇਰੇ ਕਹਿ ਲਓ ਕਿ ਪੂਰੇ 5 ਮਿੰਟ ਲਈ ਸਿਰਫ ਦੁੱਧ ਲਿਆਉਣ ਜਾਂਦਾ ਹੈ, ਤੇ ਲੋਕੀ ਮੇਲਾ ਲਗਾਇਆ ਹੁੰਦਾ ਹੈ ਬਾਹਰ, ਮਤਲਬ ਕਿਵੇਂ, ਮਤਲਬ ਉਹ ਵੀ ਕੋਈ ਜ਼ਰੂਰੀ ਵਾਸਤੇ ਖਰੀਦ ਲਾਉਂਦੇ ਹੋਣ? ਨਹੀਂ ਹੈ ਤਾਂ ਜ਼ਰੂਰੀ ਵਾਸਤੇ, ਮੇਰੇ ਕਹਿਣ ਦਾ ਮਤਲਬ ਜਿੱਦਾਂ ਮੈਂ 7-8 ਬੰਦੇ ਲਾਈਨ 'ਚ ਦੇਖਦਾ, ਮੈਂ ਨਾ ਸਾਈਡ 'ਤੇ ਖੜ ਜਾਂਦਾ ਵੀ ਸਾਰੇ ਲੈ ਕੇ ਸਾਈਡ 'ਤੇ ਹੋ ਜਾਣ ਤਾਂ ਆਪਾਂ ਆਰਾਮ ਨਾਲ ਲੈ ਕੇ ਜਿੱਦਾਂ ਕਹਿ ਲਓ ਵੀ ਡਿਸਟੈਂਸ ਬਣਾ ਕੇ ਰੱਖਣਾ ਹੈ। ਤੁਸੀਂ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ? ਸੁਨੇਹਾ ਮੈਂ ਇਹੀ ਦੇਣਾ ਚਾਹਾਂਗਾ ਵੀ ਮੰਨ ਲਓ 7 ਬੰਦੇ ਹੈਗੇ ਆ, 10 ਬੰਦੇ, ਕਿੰਨਾ ਕੁ ਟਾਈਮ ਲੱਗੂਗਾ ਜੀ, 1-2 ਮਿੰਟ ਦਾ ਵੇਟ ਕਰ ਲਾਂਗੇ ਆਪਾਂ। ਮਿਹਰਬਾਨੀ ਜਨਾਬ, ਹਾਂਜੀ ਹਾਂਜੀ, ਚੰਗਾ ਮਿਲ ਸਕਦਾ, ਚੰਗਾ ਸੁਨੇਹਾ, ਧੰਨਵਾਦ, ਧੰਨਵਾਦ। ਦੇਖੋ ਖਰੜ ਤੋਂ ਬੋਲ ਰਹੇ ਸੀਗੇ, ਉਹਨਾਂ ਨੇ ਵੀ ਇਹੀ ਕਿਹਾ ਕਿ ਜੇ 2-3 ਮਿੰਟ ਵੱਧ ਵੀ ਲੱਗ ਜਾਣਗੇ ਤਾਂ ਆਪਣੀ ਸਿਹਤ ਲਈ ਸ਼ਾਇਦ ਉਹ ਫਾਇਦੇਮੰਦ ਰਹਿਣ। ਸੋ ਅਗਲੀ ਕਾਲ 'ਤੇ ਚੱਲਦੇ ਹਾਂ, ਇਸ ਕਰਕੇ ਡਿਸਟੈਂਸ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਮੈਂ ਸਰ ਸੰਗਰੂਰ ਤੋਂ ਬੋਲ ਰਿਹਾ ਸਰ। ਸੰਗਰੂਰ ਤੋਂ? ਹਾਂਜੀ, ਕਿੱਥੋਂ? ਮੈਂ ਕਿੱਥੇ, ਸੰਗਰੂਰ 'ਚ ਕਿੱਥੋਂ? ਹੈਲੋ, ਸੰਗਰੂਰ 'ਚ ਕਿੱਥੋਂ ਸਰ? ਮੰਡੀ ਅਹਿਮਦਗੜ੍ਹ ਤੋਂ ਜੀ, ਮੰਡੀ ਅਹਿਮਦਗੜ੍ਹ। ਹਾਂਜੀ ਸਰ, ਤੇ ਬੋਲੋ ਸਰ। ਇੱਕ ਗੱਲ ਕਹਿਣੀ ਸੀ ਸਰ, ਮਤਲਬ ਆਪਣੇ ਇੰਡੀਆ ਦੇ ਵਿੱਚ ਸਰ ਟੈਸਟਿੰਗ ਦੀ ਸਪੀਡ ਬਹੁਤ ਸਲੋ ਆ ਸਰ, ਇਹ ਕਿਉਂ ਸਰ? ਹੋਰ ਦੇਸ਼ ਇੰਨੀ ਸਪੀਡ ਨਾਲ ਟੈਸਟਿੰਗ ਕਰ ਰਹੇ ਆ, ਆਪਾਂ ਇੰਨੇ ਪਿੱਛੇ ਕਿਉਂ ਆ ਸਰ? ਸਾਡੇ ਇੱਥੇ ਮੈਡੀਕਲ ਇਕਿਊਪਮੈਂਟ ਹੈ ਨਹੀਂ ਜੀ, ਉਹਨੂੰ ਜਿਹੜੇ ਟੈਸਟ ਕਰਨ ਵਾਲੇ ਜਿਹੜੇ ਯੰਤਰ ਨੇ ਉਹ ਸਾਡੇ ਕੋਲ ਹੈ ਨਹੀਂ। ਆਪਣੇ ਆਪਣੇ ਇੰਡੀਆ 'ਚ ਕਿੱਟ ਡਿਵੈਲਪ ਹੋ ਚੁੱਕੀ ਹੈ ਸਰ, ਗੌਰਮੈਂਟ ਉਹਦੇ ਰਾਈਟਸ ਲੈ ਕੇ ਸਰ ਲੋਕਾਂ ਨੂੰ ਬਣਾਉਣ ਲਈ ਕਿਉਂ ਨਹੀਂ ਕਹਿ ਸਕਦੀ ਸਰ? ਨਹੀਂ, ਲੋਕਾਂ ਨੂੰ ਬਣਾਉਣ ਦਾ ਮਤਲਬ ਫੇਰ ਉਹੀ ਗੱਲ ਹੋਊਗੀ
ਕਿ ਇਕੱਠੇ ਹੋਣਾ ਪਊਗਾ। ਸੋ ਫਿਲਹਾਲ ਤਾਂ ਜਿੰਨਾ ਹੈਗਾ ਉਹਦੇ ਨਾਲ ਹੀ ਸਾਰਿਆ ਜਾ ਰਿਹਾ, ਕੁਛ ਮੰਗਾਇਆ ਵੀ ਜਾ ਰਿਹਾ ਕਿਉਂਕਿ ਸ਼ਿਪ ਵੀ ਬੰਦ ਹੋ ਗਏ, ਪਲੇਨ ਵੀ ਬੰਦ ਹੋ ਗਏ, ਕਾਰਗੋ ਵੀ ਬੰਦ ਹੋ ਗਈ। ਸੋ ਜਿਹੜਾ ਪੀ ਪੀ ਈ ਹੈ, ਡਾਕਟਰ ਜਿਹੜੇ ਸੂਟ ਨੂੰ ਪਾਉਂਦੇ, ਤੁਸੀਂ ਦੇਖਿਆ ਹੋਣਾ ਜਿਹੜਾ ਨੀਲੇ ਜਿਹੇ ਰੰਗ ਦਾ ਸੂਟ ਜਿਹੜਾ ਪਾਇਆ ਹੁੰਦਾ, ਪੀ ਉਹਨੂੰ ਕਹਿੰਦੇ ਆ ਪੀ ਪੀ ਈ, ਪਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ। ਪਰ ਉਹ ਆਪਣੇ ਕੋਲ ਬਹੁਤ ਘੱਟ ਨੇ, ਇਸ ਕਰਕੇ ਡਾਕਟਰਾਂ ਨੂੰ ਵੀ ਮਤਲਬ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਕਈਆਂ ਨੂੰ। ਸੋ ਇਟਲੀ ਜਿਹੜਾ ਉਹ ਦੁਨੀਆ ਦੇ ਵਿੱਚ ਚੌਥੇ ਨੰਬਰ ਤੇ ਹੈ। ਨਹੀਂ ਸਰ, ਟੈਸਟਿੰਗ ਕਿੱਟ ਦੀ ਮੈਂ ਗੱਲ ਕਰ ਰਿਹਾ ਸੀ, ਜਿੱਦਾਂ ਮਾਈ ਲੈਬ ਕੰਪਨੀ ਵਾਲਿਆਂ ਨੇ ਬਣਾਈ ਹੈ ਜੀ, ਜਿੱਦਾਂ ਕਹਿ ਰਹੇ ਆ ਵੀ ਟੈਸਟਿੰਗ ਕਿੱਟ, ਤੇ ਉਹ ਕਹਿ ਰਹੇ ਆ ਵੀ ਆਪਾਂ ਲੱਖ ਜਾਂ ਫਿਰ ਇੱਕ ਹਫ਼ਤੇ ਦੇ ਵਿੱਚ ਬਣਾ ਸਕਦੇ ਹਾਂ, ਤੇ ਕਿਉਂ ਨਹੀਂ ਸਰ ਉਹਦੇ ਤੇ ਕੰਮ ਹੋ ਰਿਹਾ, ਜਾਂ ਟੈਸਟਿੰਗ ਦੀ ਸਪੀਡ ਕਿਉਂ ਨਹੀਂ ਤੇਜ਼ ਹੋ ਰਹੀ ਹਾਲੇ ਵੀ? ਨਹੀਂ, ਜੇ ਉਹ 1 ਲੱਖ ਬਣਾਉਣਗੇ, ਘੱਟੋ ਘੱਟ 2000 ਬੰਦਾ ਵੀ ਚਾਹੀਦਾ ਹੋਊਗਾ ਉਹਨਾਂ ਨੂੰ, ਤੇ 2000 ਬੰਦਾ ਕਿੱਥੋਂ ਆਊਗਾ ਉਹਨਾਂ ਕੋਲੇ ਲੇਬਰ? ਸਰ ਜਿੱਦਾਂ ਹੋਰ ਦੇਸ਼ ਵਲੰਟੀਅਰ ਹਾਇਰ ਕਰ ਰਹੇ ਆ ਸਰ, ਮੁੰਡੇ ਪੜ੍ਹੇ ਲਿਖੇ ਬੈਠੀ ਆ ਸਰ, ਥੋੜੀ ਜਿਹੀ ਟ੍ਰੇਨਿੰਗ ਨਾਲ ਹੋ ਨਹੀਂ ਸਕਦਾ ਸਰ? ਸਰ ਮਤਲਬ ਪਬਲਿਕ ਪੂਰਾ ਸਹਿਯੋਗ ਦੇ ਰਹੀ ਹੈ ਗਵਰਨਮੈਂਟ ਦਾ, ਤੇ ਗਵਰਨਮੈਂਟ ਕਿਉਂ? ਤੁਸੀਂ ਤੁਸੀਂ ਗਵਰਨਮੈਂਟ ਨੂੰ ਸੁਨੇਹਾ ਦਿਓ ਕੀ ਕਰਨਾ ਚਾਹੀਦਾ ਆਪਣੇ? ਹੈ ਸਰ, ਤੁਸੀਂ ਸੁਨੇਹਾ ਦਿਓ ਕੀ ਕਰਨਾ ਚਾਹੀਦਾ ਗਵਰਨਮੈਂਟ? ਓਕੇ ਦੱਸੋ ਸਰ, ਆਪਾਂ ਇਹੀ ਕਹਿ ਰਹੇ ਹਾਂ ਵੀ ਆਪਾਂ ਗਵਰਨਮੈਂਟ ਦੇ ਨਾਲ ਆ, ਹਰ ਚੀਜ਼ ਗਵਰਨਮੈਂਟ ਦੇ ਮਤਲਬ ਲੋਕਡਾਊਨ ਦੇ ਵਿੱਚ ਨਾਲ ਆ, ਤੇ ਜਿਹੜਾ ਵੀ ਗਵਰਨਮੈਂਟ ਕਹਿ ਰਹੀ ਹੈ ਰੂਲਸ ਫੋਲੋ ਕਰ ਰਹੇ ਹਾਂ, ਪਰ ਗਵਰਨਮੈਂਟ ਨੂੰ ਵੀ ਚਾਹੀਦਾ ਥੋੜਾ ਮਤਲਬ ਆਪਣੀਆਂ ਫੈਸਿਲਿਟੀਜ਼ ਬੂਸਟ ਅਪ ਕਰੇ। ਆਪਾਂ ਦੇਖਦੇ ਹਾਂ ਸਰ ਹਸਪੀਟਲਾਂ 'ਚ ਕਿੱਦਾਂ ਆ, ਚਲੋ ਉਹ ਤਾਂ ਰਹਿੰਦੀ ਗੱਲ ਆ ਸਰ, ਜੇ ਟੈਸਟ ਹੋਊਗੀ ਤਾਂ ਆਪਾਂ ਕਿੱਦਾਂ ਕੋਪ ਅਪ ਕਰਾਂਗੇ ਇਸ ਸਿਚੁਏਸ਼ਨ ਤੋਂ? ਹੋਪ ਫੋਰ ਦਾ ਬੈਸਟ, ਤੁਹਾਡਾ ਮੈਸੇਜ ਚਲਾ ਗਿਆ, ਬਹੁਤ ਬਹੁਤ ਧੰਨਵਾਦ ਫੋਨ ਕਰਨ ਵਾਸਤੇ ਬਾਈ। ਠੀਕ ਹੈ ਸਰ, ਥੈਂਕ ਯੂ, ਧੰਨਵਾਦ। ਦੇਖੋ ਇਹ ਸਿਸਟਮ ਦੀ ਜਿਹੜੀ ਘਾਟ ਹੈ, ਇਹ ਪਹਿਲਾਂ ਤੋਂ ਚੱਲੀ ਆ ਰਹੀ ਹੈ, ਅਤੇ ਹੁਣ ਇਹਦਾ ਟੈਸਟ ਹੋ ਰਿਹਾ ਅਸਲ 'ਚ। ਅਤੇ ਅੱਛੀ ਗੱਲ ਹੈਗੀ ਆ ਕਿ ਜੇ ਗੌਰਮੈਂਟ ਜਿਹੜੀ ਹੈ ਉਹ ਮੈਡੀਕਲ ਫੈਸਿਲਿਟੀਆਂ ਨੂੰ ਅਪਡੇਟ ਕਰੇ ਤਾਂ ਆਪਾਂ ਹੋਰ ਬੈਟਰ ਟੈਸਟਿੰਗ ਕਰ ਸਕਦੇ ਹਾਂ। ਹਾਲਾਂਕਿ ਦੁਨੀਆ ਦੇ ਜਿਹੜੇ ਸਭ ਤੋਂ ਪਾਵਰਫੁਲ ਕੰਟਰੀ ਹੈ ਜਿਵੇਂ ਅਮੈਰੀਕਾ, ਜਾਂ ਹੈਲਥ ਫੈਸਿਲਿਟੀ ਪੱਖੋਂ ਟੌਪ 5 ਦੇ ਵਿੱਚ ਇਟਲੀ ਹੈ, ਉਹ ਵੀ ਨਹੀਂ ਰੋਕ ਪਾ ਰਿਹਾ, ਤਾਂ ਕੋਈ ਨਾ ਕੋਈ ਮਹਾਂਮਾਰੀ ਹੈਗੀ ਹੈ। ਅਤੇ ਗੱਲ ਕਰਦੇ ਹਾਂ ਹੁਣ, ਨਵੀਂ ਕਾਲ ਆਈ ਹੈ, ਅਤੇ ਸਤਿ ਸ਼੍ਰੀ ਅਕਾਲ ਬਾਈ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ? ਵਧੀਆ ਜੀ, ਤੁਸੀਂ ਸੁਣਾਓ ਕਿੱਦਾਂ? ਹਾਂ ਵਧੀਆ ਵਧੀਆ, ਕਿੱਥੋਂ ਬੋਲਦੇ ਬਾਈ ਜੀ? ਸਰ ਮੈਂ ਇਟਲੀ ਤੋਂ ਬੋਲਦਾ ਜੀ, ਦਲਵੀਰ। ਇਟਲੀ ਤੋਂ, ਕੀ ਕਹਿਣਾ ਚਾਹੋਗੇ, ਇਟਲੀ ਦੇ ਵਿੱਚ ਕੀ ਹਾਲਾਤ ਨੇ? ਸਰ ਹਾਲਾਤ ਹਜੇ ਇੱਦਾਂ ਹੀ ਹੈ, ਸਿਚੁਏਸ਼ਨ ਜ਼ਿਆਦਾ ਕੋਈ ਸੁਧਾਰ ਨਹੀਂ ਗਾ, ਯਾਨੀ ਕਿ ਕਿਹਾ ਜਾਵੇ ਤਾਂ। ਪਰ ਇਟਲੀ ਦਾ ਮਤਲਬ ਹੈਲਥ ਫੈਸਿਲਿਟੀਆਂ ਦੇ ਵਿੱਚ ਟੌਪ 5 ਚ ਹੈ ਵਰਲਡ ਦੇ ਵਿੱਚ। ਹਾਂਜੀ, ਹੈਲਥ ਸਿਸਟਮ ਦੂਜੇ ਨੰਬਰ ਦਾ ਆਇਆ ਵਰਲਡ ਤੇ ਇਟਲੀ ਦਾ, ਤੇ ਦੂਜੇ ਦਾ ਕਹਿੰਦਾ ਕੋਈ, ਚੌਥੇ ਦਾ ਕਹਿੰਦਾ, ਚਲੋ ਟੌਪ 5 ਕਹਿ ਲੈਣੇ ਆ। ਹਾਂਜੀ, ਆਪਾਂ 5 ਚ ਰੱਖ ਲੈਣੇ ਆ, ਸਾਰੀਆਂ ਕੰਟਰੀਆਂ ਯੂਰਪ ਵਾਲੀਆਂ ਹੀ ਆ ਟੌਪ 5 ਚ, ਫਰਾਂਸ ਲਾ ਲਓ, ਸਪੇਨ ਲਾ ਲਓ, ਇਟਲੀ ਲਾ ਲਓ, ਤੇ ਸਾਰੀਆਂ ਦਾ ਇਸ ਟਾਈਮ ਬੁਰਾ ਹਾਲ ਆ। ਇਹਦਾ ਕਾਰਨ ਕੀ ਕਹਿਣਾ ਚਾਹੋਗੇ ਤੁਸੀਂ ਬਾਈ? ਕਾਰਨ ਸਰ ਇਹੀ ਆ ਕਿ ਜਿੱਦਾਂ ਮੇਰੇ ਹਿਸਾਬ ਨਾਲ ਤਾਂ ਗੌਰਮੈਂਟ ਨੇ ਜਿੱਦਾਂ ਥੋੜੀ ਜ਼ਿਆਦਾ ਦੇਰੀ ਕਰਤੀ, ਇਟਾਲੀਅਨ ਗੌਰਮੈਂਟ ਨੇ, ਜਿੱਦਾਂ ਪਹਿਲਾਂ ਜਿੱਥੋਂ ਕੇਸ ਸ਼ੁਰੂ ਹੋਏ ਸੀਗੇ ਲੰਬਾਰ ਦੀ ਰੀਜ਼ਨ ਆ, ਜਿੱਦਾਂ ਆਪਾਂ ਜਿੱਦਾਂ ਸੂਬਾ ਕਹਿ ਲਈਏ ਆਪਣਾ ਪੰਜਾਬ ਮੰਨ ਲਓ, ਇੱਦਾਂ ਲੰਬਾਰ ਦੀ ਸੂਬੇ 'ਚ ਇੱਕ ਕਦੋਨੀਓ ਛੋਟਾ ਜਿਹਾ ਸ਼ਹਿਰ ਆ, ਉੱਥੋਂ ਕੇਸ ਸ਼ੁਰੂ ਹੋਏ ਸੀਗੇ ਪਹਿਲਾਂ, ਪਹਿਲੇ ਦਿਨ ਜਿਹੜਾ ਕੇਸ ਪਹਿਲਾਂ ਆਇਆ ਸੀਗਾ। ਤੇ ਗੌਰਮੈਂਟ ਨੂੰ ਮੇਰੇ ਹਿਸਾਬ ਨਾਲ ਕਿ ਪੂਰਾ ਰੀਜਨ ਹੀ ਉਦੋਂ ਕਲੋਜ਼ ਕਰਨਾ ਚਾਹੀਦਾ ਸੀ, ਨਾ ਕਿ ਇਹਨਾਂ ਨੇ ਜਿੱਦਾਂ 10 ਕਮਿਊਨ ਨੇ, 10 ਮਿਊਨਸੀਪੈਲਿਟੀ ਜਿਹੜੀਆਂ ਹੁੰਦੀਆਂ ਉਹ ਕਲੋਜ਼ ਕੀਤੀਆਂ ਪਹਿਲਾਂ, ਪਹਿਲੇ ਤਕਰੀਬਨ 10 ਦਿਨ ਤੱਕ ਇਹਨਾਂ ਨੇ ਉਹੀ 10 ਬੰਦ ਰੱਖੀਆਂ, 10 ਮਿਊਨਸੀਪੈਲਿਟੀ। ਕੇਸ ਵਧੀ ਗਏ ਵਧੀ ਗਏ, ਫਿਰ ਹਾਰ ਕੇ ਪੂਰਾ ਰੀਜਨ ਕਲੋਜ਼ ਕਰਤਾ ਲੋਮਬਾਰ ਦੀ। ਹਾਂਜੀ, ਉਹ 10 ਦਿਨ ਚ ਫਿਰ ਜਿੱਦਾਂ ਸਟੇਜ ਹੁੰਦੀ ਹੈ ਕਹਿੰਦੇ ਇਹਦੀ, ਹੁਣ ਪਤਾ ਤਾਂ ਆਪਾਂ ਨੂੰ ਵੀ ਇੰਨਾ, ਡਾਕਟਰਸ ਦੱਸਦੇ ਆ ਕਿ ਫਸਟ ਸਟੇਜ ਹੁੰਦੀ ਹੈ, ਸੈਕਿੰਡ ਹੁੰਦੀ ਹੈ। ਤੁਸੀਂ ਇਟਲੀ ਤੋਂ ਬੋਲ ਰਹੇ ਹੋ, ਮੇਰੇ ਖਿਆਲ ਚ ਤੁਹਾਡਾ ਜਿਹੜਾ ਸੁਨੇਹਾ, ਸਭ ਤੋਂ ਵਰਸਟ ਅਫੈਕਟਡ ਕੰਟਰੀ ਦੇ ਵਿੱਚ ਤੁਸੀਂ ਰਹਿ ਰਹੇ ਹੋ, ਤੁਹਾਡਾ ਸੁਨੇਹਾ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਣਗੇ ਪੰਜਾਬੀ, ਖਾਸ ਤੌਰ ਤੇ ਜਿਹੜੇ ਕਰਫਿਊ ਦੇ ਵਿੱਚ ਵੀ ਟਿਕਦੇ ਨਹੀਂ ਕਰੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਲਈ ਤਾਂ ਜੀ ਇਹੀ ਸੁਨੇਹਾ ਆਇਆ ਕਿ ਇਹ ਪੰਜਾਬੀ ਲੋਕ ਆਪਣੇ ਜਿਹੜੇ ਆ ਮਜ਼ਾਕ 'ਚ ਵੀ ਕੁਛ ਲੈ ਰਹੇ ਆ, ਪਹਿਲਾਂ ਕੁਛ ਦਿਨ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਬਣੀਆਂ ਅਤੇ ਗਾਣੇ ਵੀ, ਸੌਂਗ ਵੀ ਆਏ ਕਿ ਕਰੋਨਾ ਇੱਦਾਂ ਅਤੇ ਉੱਦਾਂ, ਅਤੇ ਇਹੀ ਆ ਕਿ ਮਜ਼ਾਕ 'ਚ ਨਾ ਲਿਆ ਜਾਵੇ ਕਿ ਆਪਣੇ ਲੋਕਡਾਊਨ ਜਿਹੜਾ ਗੌਰਮੈਂਟ ਨੇ ਕੀਤਾ ਆ,
ਉਹਨੂੰ ਪਾਲਣਾ ਕਰੋ, ਘਰ ਰਹੋ, ਤੇ ਬਾਕੀ ਜੋ ਕੋਈ ਵੀ ਪ੍ਰੋਬਲਮ ਹੈਗੀ ਆ, ਤੁਸੀਂ ਹੈਗੇ ਹੋ ਜਿੱਦਾਂ MP ਸੰਗਰੂਰ ਹੋ, ਤੁਸੀਂ, ਤੁਹਾਡੇ ਤੋਂ ਹੈਲਪ ਲਈ ਜਾ ਸਕਦੀ ਆ, ਨਹੀਂ ਤਾਂ ਗਵਰਨਮੈਂਟ ਨੇ ਵੀ ਚਲੋ ਮੈਂ ਸੋਸ਼ਲ ਮੀਡੀਆ ਤੇ ਨੰਬਰ ਵੀ ਜਾਰੀ ਕੀਤੇ ਹੋਏ ਨੇ, ਸਕਾਈਪ ਤੇ ਵੀ ਹਰ ਰੋਜ਼ ਗੱਲ ਕਰਦਾ। 1400 ਨੰਬਰ ਹੈਲਪ ਲਾਈਨ ਅਸੀਂ ਜਾਰੀ ਕੀਤਾ ਹੋਇਆ ਸੰਗਰੂਰ ਵਾਸਤੇ ਸਾਡੇ ਪ੍ਰਸ਼ਾਸਨ ਨੇ, ਤਾਂ ਮਤਲਬ ਹੈਲਪ ਪੱਖੋਂ ਕੋਈ ਕਮੀ ਨਹੀਂ ਰਹਿਣ ਦੇਵਾਂਗੇ ਅਸੀਂ, ਪਰ ਘੱਟੋ ਘੱਟ ਤੁਸੀਂ ਸਾਡੀ ਇਹ ਹੈਲਪ ਕਰੋ ਕਿ ਲੋਕਡਾਊਨ ਜਾਂ ਕਰਫਿਊ ਨੂੰ ਕਰਫਿਊ ਸਮਝਿਓ ਬਸ। ਹਾਂਜੀ ਹਾਂਜੀ, ਉਹੀ ਕਹਿਣਾ ਚਾਹ ਰਹੇ ਹਾਂ ਕਿ ਇੰਡੀਆ ਵਾਲਿਆਂ ਲਈ, ਪੰਜਾਬ ਵਾਲਿਆਂ ਲਈ ਖਾਸ ਕਰਕੇ ਇਹੀ ਆ ਮੈਸੇਜ ਕਿ ਇਹਨੂੰ ਚੰਗੀ ਤਰ੍ਹਾਂ ਜੇ ਪਾਲਣਾ ਕਰ ਲਉਂਗੇ ਤਾਂ ਠੀਕ ਆ, ਨਹੀਂ ਤੇ ਕੱਲ ਕਾਫੀ ਕੇਸ ਵਧੇ ਆ ਇੰਡੀਆ ਚ ਵੀ, 1300 ਤੋਂ ਸਿੱਧਾ 2000 ਤੇ ਪਹੁੰਚ ਗਿਆ, 700 ਕੇਸ ਵੱਧ ਗਿਆ। ਉਹੀ ਟੈਨਸ਼ਨ ਹੁੰਦੀ ਆ ਦੇਖ ਕੇ ਕਿ ਚਲੋ ਅਸੀਂ ਤਾਂ ਇੱਥੇ ਹੁਣ ਕ੍ਰਾਈਸਿਸ ਵਿੱਚ ਫਸੇ ਆ, ਬੈਠੇ ਆ ਘਰ 15 ਦਿਨ ਤੋਂ, ਮੈਂ ਖੁਦ ਬੈਠਾ ਆ ਕੰਮ ਛੱਡ ਕੇ ਘਰੇ, ਕਿ ਚਲੋ ਜ਼ਿੰਦਗੀ ਆ ਤੇ ਸਾਰਾ ਕੁਛ ਆ, ਪੈਸਾ ਤੇ ਆਪਾਂ ਬਾਅਦ ਵਿੱਚ ਵੀ ਕਮਾ ਲਾਂਗੇ, ਕੋਈ ਨਹੀਂ, ਸਾਰੀ ਉਮਰ ਕੰਮ ਕਰਨਾ ਹੀ ਆ, ਕਰਦੇ ਹੀ ਆ ਰਹੇ ਹਾਂ ਪਹਿਲਾਂ ਵੀ। ਤੇ ਮੇਨ ਚੀਜ਼ ਆ ਕਿ ਆਪਣਾ ਇਸ ਟਾਈਮ ਜਿਹੜਾ ਜਾਨੀ ਨੁਕਸਾਨ ਹੋ ਰਿਹਾ ਇਹ ਬਚੇ ਨਾ, ਤੇ ਹਜੇ ਕਾਫੀ ਕੁਛ ਕਰਨ ਦੇ ਬਾਵਜੂਦ ਵੀ ਇਟਲੀ ਵਿੱਚ ਇੰਨਾ ਕੋਈ ਖਾਸ ਇੰਪਰੂਵਮੈਂਟ ਨਹੀਂ ਗਾ। ਚਲੋ ਹਾਂ, ਕੇਸਾਂ 'ਚ ਥੋੜੀ ਸਟੇ ਹੋਮ ਸਟੇ ਹੈਲਦੀ, ਬਹੁਤ ਅੱਛਾ ਮੈਸੇਜ ਆ ਤੁਹਾਡਾ ਕਿ ਜਾਨ ਹੈ ਤਾਂ ਜਹਾਨ ਹੈ, ਪੈਸਾ ਤਾਂ ਬਾਅਦ 'ਚ ਵੀ ਕਮਾਇਆ ਜਾ ਸਕਦਾ, ਜਿਤਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ, ਮਗਰ ਖਿਆਲ ਇਤਨਾ ਰਹੇ ਕਫਨ ਪੇ ਜੇਬ ਨਹੀਂ ਹੋਤੀ, ਨਾਲ ਤਾਂ ਨਹੀਂ ਲੈ ਕੇ ਜਾਣਾ ਆਪਾਂ ਨੇ, ਪਰ ਇੰਨਾ ਕਹਿ ਹੁਣ ਜੇ ਆਪਾਂ ਥੋੜ੍ਹਾ ਜਿਹਾ ਪਰਹੇਜ਼ ਕਰ ਲਾਂਗੇ ਤਾਂ ਸ਼ਾਇਦ ਜਿਹੜੀ ਹੈ ਜਾਨ ਬਚ ਜੂਗੀ, ਜਾਨ ਬਚ ਜੂਗੀ ਤਾਂ ਪੈਸੇ ਬਾਅਦ 'ਚ ਵੀ ਕਮਾਏ ਜਾ ਸਕਦੇ ਨੇ। ਬਹੁਤ ਵਧੀਆ ਮੈਸੇਜ ਹੈ ਬਾਈ ਜੀ, ਧੰਨਵਾਦ। ਥੈਂਕ ਯੂ ਸਰ, ਤੁਹਾਡਾ ਗੱਲ ਕਰਨ ਲਈ। ਦੇਖੋ ਬਹੁਤ ਵਧੀਆ ਮੁੰਡੇ ਨੇ ਮੈਸੇਜ ਦਿੱਤਾ, ਉਹ ਇਟਲੀ ਵਰਗਾ ਜਿਹੜਾ ਵਰਸਟ ਅਫੈਕਟਡ ਕੰਟਰੀ ਹੈ ਉੱਥੋਂ ਮੁੰਡਾ ਬੋਲ ਰਿਹਾ ਸੀ, ਅਤੇ ਉਹਨੇ ਵੀ ਇਹੀ ਕਿਹਾ ਕਿ ਅਸੀਂ ਵੀ 15 ਦਿਨ ਤੋਂ ਘਰ ਬੈਠੇ ਹਾਂ, ਚਲੋ ਕੋਈ ਨਹੀਂ ਪੈਸੇ ਬਾਅਦ 'ਚ ਕਮਾ ਲਾਂਗੇ, ਕੰਮ ਤਾਂ ਹਰ ਰੋਜ਼ ਹੀ ਕਰਦੇ ਹਾਂ, ਕੰਮ ਬਾਅਦ 'ਚ ਵੀ ਕਰ ਲਾਂਗੇ, ਅਤੇ ਪਰ ਜਾਨ ਹੈ ਤਾਂ ਜਹਾਨ ਹੈ। ਸੋ ਇਹੀ ਮੈਸੇਜ ਮੇਰੇ ਖਿਆਲ 'ਚ ਸਾਰੇ ਜਾਣਾ ਚਾਹੀਦਾ ਜਿੰਨੇ ਵੀ ਇਸ ਵਕਤ ਤੁਸੀਂ ਸੁਣ ਰਹੇ ਹੋ। ਕੁਲਦੀਪ ਸਿੰਘ ਨੂੰ ਕਾਲ ਜਿਹੜੀ ਹੈ ਲਾ ਰਹੇ ਹਾਂ, ਜਿਹਨਾਂ ਦੀ ਮਿਸ ਕਾਲ ਆ ਜਾਂਦੀ ਹੈ, ਫਿਰ ਅਸੀਂ ਇੱਧਰੋਂ ਕਰ ਲੈਂਦੇ ਹਾਂ, ਸੋ ਉਹਨਾਂ ਨਾਲ ਗੱਲ ਕਰਾਂਗੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੀ ਦੁਨੀਆ ਤੋਂ ਲੋਕ ਜਿਹੜੇ ਨੇ ਉਹ ਗੱਲ ਕਰ ਰਹੇ ਨੇ। ਔਰ ਕੁਲਦੀਪ ਸਿੰਘ ਜੀ, ਹੈਲੋ ਸਰ, ਸਤਿ ਸ਼੍ਰੀ ਅਕਾਲ ਸਰ, ਮਾਨ ਸਾਹਿਬ, ਹੈਲੋ, ਸਤਿ ਸ਼੍ਰੀ ਅਕਾਲ ਸਰ, ਆਵਾਜ਼ ਕੱਟ ਰਹੀ ਹੈ, ਹੈਲੋ, ਸਤਿ ਸ਼੍ਰੀ ਅਕਾਲ ਸਰ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਮੇਰੇ ਥੋੜੇ ਕੁਐਸਚਨ ਹੈ ਦੋ, ਆਪਣਾ ਗਵਰਨਮੈਂਟ ਦਾ ਕਿਉਂ ਚਾਹ ਦੇਣਾ ਪਲੀਜ਼। ਹਾਂ ਹਾਂ, ਕੋਈ ਗੱਲ ਨਹੀਂ, ਹਾਂਜੀ ਹਾਂਜੀ, ਪਹਿਲਾਂ ਇਹ ਇੱਕ ਤਾਂ ਗਰੀਬਾਂ ਜਿਹੜਾ ਰਾਸ਼ਨ ਦੇ ਰਹੇ ਸਰ, ਆਪਾਂ ਇਹਦੀ ਮਤਲਬ ਪੋਲਿਟਿਕਸ ਨਾ ਹੋਏ, ਹੈ ਜੀ, ਇਹਨਾਂ ਦੀ ਮਤਲਬ ਗਰੀਬਾਂ ਨੂੰ ਜਿੱਦਾਂ ਵੀ ਰਾਸ਼ਨ ਦੇਣ ਜਾ ਰਹੇ ਹੈ, ਇਹਨਾਂ ਦੇ ਪੁਲਿਸ ਵਾਲੇ ਜਾਂਦੇ ਆ ਸਰ, ਤੇ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਘਰ ਦੀ। ਹੈਲੋ, ਹਾਂ ਹਾਂ ਬੋਲੋ ਬੋਲੋ, ਹਾਂਜੀ ਹਾਂਜੀ, ਤੇ ਦੂਜਾ ਜਿਹੜਾ ਆਪਣਾ ਗੌਰਮੈਂਟ ਆਪਣਾ ਰਾਸ਼ਨ ਦੇ ਰਹੀ ਹੈ, ਇਹਨਾਂ ਦੇ ਐਡਵਰਟਾਈਜ਼ਮੈਂਟ ਕਰ ਰਹੀ ਹੈ, ਲੋਕਾਂ ਦਾ ਪੈਸਾ ਹੈ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਇਹ ਇਹ ਮੌਕਾ ਰਾਜਨੀਤੀ ਕਰਨ ਦਾ ਨਹੀਂ ਹੈਗਾ ਕਿ ਥੈਲਿਆਂ ਤੇ ਕਿਹਦੀ ਫੋਟੋ ਹੈ ਜਾਂ ਕਿਹਦੇ ਵੱਲੋਂ ਆਇਆ ਜੀ, ਹੁਣ ਤਾਂ ਇਹ ਹੈ ਵੀ ਰਾਜਾ ਰੰਕ ਇੱਕ ਬਰਾਬਰ ਨੇ। ਦੇਖੋ ਇੰਗਲੈਂਡ ਦੇ ਜਿਹੜਾ ਰਾਜਾ ਹੈ ਪ੍ਰਿੰਸ ਚਾਰਲਸ, ਉਹਨੂੰ ਵੀ ਕਰੋਨਾ ਪੋਜ਼ਿਟਿਵ ਪਾਇਆ ਗਿਆ, ਸੋ ਇਹ ਬਿਮਾਰੀ ਇਹੋ ਜਿਹੀ ਹੈ ਜਿਹੜੀ ਰਾਜਾ ਰੰਕ ਨਹੀਂ ਦੇਖਦੀ। ਮੇਰੇ ਖਿਆਲ 'ਚ ਇਸ ਵਕਤ ਇਨਸਾਨੀਅਤ ਦੇ ਨਾਤੇ, ਮਾਨਵਤਾ ਦੇ ਨਾਤੇ ਨਿਸ਼ਕਾਮ ਸੇਵਾ ਕਰਨੀ ਚਾਹੀਦੀ। ਯੈਸ ਸਰ, ਯੈਸ, ਹਾਂਜੀ ਹਾਂਜੀ, ਪੋਲਿਟਿਕਸ ਨਹੀਂ ਹੋਣੀ ਚਾਹੀਦੀ ਸਰ ਜੀ ਜੀ, ਰਾਸ਼ਨ ਦੇ ਨਾਂ ਤੇ ਭੀੜ ਵਗੈਰਾ ਨਾ ਹੋਈ, ਪੂਰੀ ਦੁਨੀਆ 'ਚ ਮੈਸੇਜ ਚਲਾ ਗਿਆ ਜਨਾਬ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਠੀਕ ਹੈ ਸਰ, ਇੱਕ ਸਰ ਇੱਕ ਹੋਰ ਹੈਗਾ ਮੇਰਾ ਪੁਆਇੰਟ ਸਰ। ਦੇਖੋ ਬਹੁਤ ਅੱਛੀ ਗੱਲ ਸਰਦਾਰ ਜੀ ਕਰ ਰਹੇ ਸੀਗੇ ਕਿ ਇਸ ਵੇਲੇ ਕੋਈ ਐਡਵਰਟਾਈਜਮੈਂਟ ਜਾਂ ਵੀ ਮੈਂ ਬਣ ਰਿਹਾ ਫਲਾਨਾ ਕਿੱਥੇ ਹੈ, ਇਹ ਉਸ ਦਾ ਜ਼ਮਾਨਾ ਨਹੀਂ ਹੈਗਾ। ਹੁਣ ਹੁਣ ਤਾਂ ਇਹ ਹੈ ਵੀ ਜਿਹਨੂੰ ਰੋਟੀ ਮਿਲ ਗਈ ਉਹਦੀ ਉਹਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਨਾ ਉਠਾਇਆ ਜਾਵੇ, ਅਤੇ ਵੀ ਮੈਂ ਤੈਨੂੰ ਉਦੋਂ ਰੋਟੀ ਦਿੱਤੀ ਸੀ ਅਤੇ ਉਹਨੂੰ ਕਿਸੇ ਵੋਟਾਂ ਵੇਲੇ ਜਾਂ ਕਿਤੇ ਕਿਸੇ ਹੋਰ ਕੰਮ ਵੇਲੇ, ਉਹ ਤੋਂ ਬਾਅਦ ਉਹਨੂੰ ਕਿਹਾ ਜਾਵੇ, ਅਹਿਸਾਨ ਜਤਾਇਆ ਜਾਵੇ ਉਹ 'ਤੇ, ਇਹ ਮਾਨਵਤਾ ਦੀ ਸੇਵਾ, ਨਿਸ਼ਕਾਮ ਸੇਵਾ ਹੋਣੀ ਚਾਹੀਦੀ। ਅਗਲੀ ਕਾਲ 'ਤੇ ਚੱਲਦੇ ਹਾਂ, ਪ੍ਰਸ਼ਾਂਤ ਹੈ, ਪ੍ਰਸ਼ਾਂਤ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸ ਤਰ੍ਹਾਂ ਦੇ ਮੈਸੇਜ ਜਿਹੜੇ ਨੇ ਇਹਨਾਂ ਨੂੰ ਮਲਟੀਪਲਾਈ ਕਰਕੇ ਅੱਗੇ ਤੱਕ ਪਹੁੰਚਾਓਗੇ, ਅਤੇ
ਤਾਂ ਕਿ ਆਪਣਾ ਜਿਹੜਾ ਸੁਨੇਹਾ ਮਾਨਵਤਾ ਦਾ ਸੁਨੇਹਾ ਉਹ ਦੁਨੀਆਂ ਤੱਕ ਪਹੁੰਚੇ। ਅਤੇ ਭਾਵੇਂ ਤੁਸੀਂ ਇਟਲੀ ਤੋਂ ਬੋਲਦੇ ਹੋ, ਭਾਵੇਂ ਸਪੇਨ ਤੋਂ ਬੋਲਦੇ ਹੋ, ਭਾਵੇਂ ਜਿਹੜੀ ਮਰਜ਼ੀ ਕੰਟਰੀ ਤੋਂ, ਅਤੇ ਮਾਨਵਤਾ ਦਾ ਸੁਨੇਹਾ ਜਿਹੜਾ ਉਹ ਹਰੇਕ ਥਾਵੇਂ ਪਹੁੰਚਣਾ ਚਾਹੀਦਾ। ਸੋ ਮੈਂ ਧੰਨਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਫੋਨ ਆ ਰਹੇ ਨੇ, ਅਤੇ ਮੈਂ ਗੱਲ ਕਰਨੀ ਚਾਹੂੰਗਾ। ਪ੍ਰਸ਼ਾਂਤ, ਪ੍ਰਸ਼ਾਂਤ ਹੈਲੋ। ਸਤਿ ਸ਼੍ਰੀ ਅਕਾਲ ਮੈਮ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੁਕਸ਼ਿਤ ਹੈ ਜੀ, ਨਾਮ ਰਾਜਪੁਰ ਹਲਕਾ ਤੋਂ ਗੱਲ ਕਰ ਰਹੇ ਜੀ। ਕਿੱਥੋਂ ਜੀ? ਰਾਜਪੁਰ ਹਲਕਾ। ਰਾਜਪੁਰ ਹਲਕਾ ਤੋਂ, ਹਾਂਜੀ ਬੋਲੋ ਜੀ। ਸਰ ਮੇਰੀ ਇਹ ਗੱਲ ਹੈ ਜੀ, ਜਿਵੇਂ ਡਾਕਟਰਸ ਨੇ, ਡਾਕਟਰ ਕੋਲ ਪੀਪੀ ਦੀ ਬੜੀ ਕਮੀ ਹੈ। ਬਿਲਕੁਲ ਮੈਂ ਸ਼ੁਰੂਆਤ ਚ ਵੀ ਇਹੀ ਗੱਲ ਕਹੀ ਸੀ, ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟਸ ਹੁੰਦਾ ਹੈ ਜੀ। ਤੇ ਸਭ ਤੋਂ ਪਹਿਲਾਂ ਸਰਕਾਰ ਨੂੰ ਇਹੀ ਕਰਨਾ ਚਾਹੀਦਾ ਜੀ, ਪਹਿਲਾਂ ਓਵਰਆਲ ਅਵੇਲੇਬਿਲਟੀ ਪੂਰੀ ਕਰਨੀ ਚਾਹੀਦੀ ਹੈ ਜੀ ਸਭ ਤੋਂ ਪਹਿਲਾਂ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਕਿ ਜੇ ਡਾਕਟਰ ਸੇਫ ਹੋਣਗੇ ਪਹਿਲਾਂ ਤਾਂ ਹੀ ਉਹ ਤਾਂ ਇਲਾਜ ਕਰ ਸਕਣਗੇ। ਜਿਵੇਂ ਪਲੇਨ ਦੇ ਵਿੱਚ ਜਦੋਂ ਅਨਾਊਂਸਮੈਂਟ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੇ ਪਲੇਨ ਦੇ ਵਿੱਚ ਆਕਸੀਜਨ ਦੀ ਕਮੀ ਹੋ ਗਈ ਤਾਂ ਜਿਹੜੇ ਮਾਸਕ ਨੇ ਉਹ ਆਪਣੇ ਆਪ ਥੱਲੇ ਆ ਜਾਣਗੇ, ਪਰ ਕਿਸੇ ਹੋਰ ਨੂੰ ਮਾਸਕ ਪਹਿਨਾਉਣ ਤੋਂ ਪਹਿਲਾਂ ਤੁਸੀਂ ਆਪ ਮਾਸਕ ਪਾਇਓ, ਤਾਂ ਕਿ ਤੁਹਾਨੂੰ ਪ੍ਰੋਪਰ ਆਕਸੀਜਨ ਮਿਲਦੀ ਰਹੇ, ਤੁਸੀਂ ਤਾਂ ਹੈਲਪ ਕਰ ਸਕਦੇ ਹੋ। ਜੇ ਡਾਕਟਰ ਸੇਫ ਹੋਣਗੇ ਤਾਂ ਹੀ ਆਪਾਂ ਸੇਫ ਹੋਵਾਂਗੇ। ਹਾਂਜੀ ਸਰ, ਇਹੀ ਸੀਗਾ ਮੇਰਾ ਸਵਾਲ ਕਿ ਡਾਕਟਰਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪੀਪੀਈ ਕਿੱਟ ਦੇਈ ਜਾਵੇ, ਸਭ ਤੋਂ ਪਹਿਲਾਂ ਹੀ, ਸਭ ਤੋਂ ਪਹਿਲਾਂ ਸਰਕਾਰ ਦਾ ਫਸਟ ਐਕਸ਼ਨ ਇਹੀ ਹੋਣਾ ਚਾਹੀਦਾ ਜੀ। ਧੰਨਵਾਦ ਜੀ, ਧੰਨਵਾਦ। ਠੀਕ ਹੈ, ਬਿਲਕੁਲ ਸਹੀ ਗੱਲ ਕਹੀ ਹੈ ਰਾਜਪੁਰੇ ਤੋਂ ਜਿੰਨਾ ਭਾਈ ਸਾਹਿਬ ਨੇ ਫੋਨ ਕੀਤਾ ਸੀਗਾ, ਕਿ ਪਹਿਲਾਂ ਡਾਕਟਰ ਸੇਫ ਹੋਣਗੇ ਤਾਂ ਫਿਰ ਉਹ ਆਪਾਂ ਨੂੰ ਸੇਫ ਰੱਖਣਗੇ। ਡਾਕਟਰਾਂ ਦੇ ਵੀ ਅਸਤੀਫੇ ਦੇਣ ਦੀਆਂ ਜਾਂ ਡਾਕਟਰਾਂ ਦੇ ਵੀ ਕਰੋਨਾ ਪੋਜ਼ਿਟਿਵ ਆਉਣ ਦੀਆਂ ਖਬਰਾਂ ਆ ਰਹੀਆਂ ਨੇ, ਜਿਹੜੀਆਂ ਕਿ ਮੰਦਭਾਗੀਆਂ ਨੇ। ਸੋ ਅਗਲੀ ਕਾਲ ਜਿਹੜੀ ਹੈ ਉਹ 'ਤੇ ਚੱਲਾਂਗੇ ਹੁਣ, ਤਾਂ ਕਿ ਕੋਈ ਨਾ ਕੋਈ ਵਧੀਆ ਸੁਜੈਸ਼ਨ ਕਿਤੋਂ ਨਾ ਕਿਤੋਂ ਮਿਲ ਹੀ ਸਕਦਾ। ਹੈਲੋ, ਹੈਲੋ, ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਗੁਰਸ਼ਮਿੰਦਰ ਸਿੰਘ ਗੱਲ ਕਰ ਰਿਹਾ ਜੀ, ਮੈਂ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ। ਜ਼ਿਲ੍ਹਾ ਸਿਰਸਾ ਹਰਿਆਣਾ, ਹਾਂਜੀ ਬਾਈ ਜੀ ਬੋਲੋ। ਹਾਂਜੀ ਮਾਨ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਾਨ ਸਾਹਿਬ ਮੈਂ ਬੇਨਤੀ ਕਰੂੰਗਾ ਤੁਸੀਂ ਆਪਦੀ ਸਿਹਤ ਦਾ ਬਹੁਤ ਬਹੁਤ ਖਿਆਲ ਰੱਖਿਓ, ਕਿਉਂਕਿ ਜੋ ਦੇਸ਼ ਤੇ ਹੈ ਦੁੱਖ ਦੀ ਘੜੀ ਚੱਲ ਰਹੀ ਹੈ ਇਸ ਮੌਕੇ ਜੀ। ਕਿਉਂਕਿ ਮੇਰਾ ਸੁਨੇਹਾ ਇਹ ਹੈ ਸਰ, ਸਭੀ ਸਾਰੇ ਲੋਕਾਂ ਨੂੰ ਕਿ ਦੇਖੋ, ਸਭ ਦੀਆਂ ਸਰਕਾਰਾਂ ਵੱਖੋ ਵੱਖ ਨੇ, ਕਿਸੇ ਸਟੇਟ ਦੇ ਵਿੱਚ ਕਿਸੇ ਦੀ ਐਂਟੀ ਸਰਕਾਰ ਹੈ, ਲੇਕਿਨ ਮੌਕਾ ਇਹ ਹੈ ਕਿ ਸਭ ਨੂੰ ਜੋ ਵੀ ਕਿਸੇ ਦੀ ਸਰਕਾਰ ਆ ਉਹਦੇ ਨਾਲ ਖੜਨਾ ਚਾਹੀਦਾ ਇਸ ਟਾਈਮ ਜੀ। ਬਿਲਕੁਲ ਜੀ, ਦੇਖੋ ਸਾਡੇ, ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ ਕਿ ਬੀਜੇਪੀ ਨਾਲ ਜਾਂ ਕਾਂਗਰਸ ਨਾਲ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ, ਪਰ ਇਸ ਸੰਕਟ ਦੀ ਘੜੀ ਮੌਕੇ ਅਸੀਂ, ਮੋਦੀ ਸਾਹਿਬ ਨੇ ਲੋਕਡਾਊਨ ਦੀ ਅਪੀਲ ਕੀਤੀ ਹੈ ਤੇ ਪੰਜਾਬ ਦੇ ਵਿੱਚ ਕਰਫਿਊ ਲਾਇਆ ਗਿਆ, ਹਰਿਆਣੇ 'ਚ ਕਰਫਿਊ ਲਾਇਆ ਗਿਆ। ਮੈਂ ਤਾਂ ਇਹੀ ਕਹੂੰਗਾ ਕਿ ਜੋ ਸਰਕਾਰਾਂ ਨੇ ਫੈਸਲਾ ਕੀਤਾ ਤੁਹਾਡੇ ਤੁਹਾਡੇ ਬੱਚਿਆਂ ਦੀ ਤੇ ਤੁਹਾਡੀ ਸਿਹਤ ਵਾਸਤੇ ਕੀਤਾ, ਤੇ ਇਹਨੂੰ ਫੋਲੋ ਕਰੋ। ਨਹੀਂ ਸਰ, ਦੇਖੋ ਕੋਈ ਵੀ ਸਟੇਟ ਦੀ ਗਵਰਨਮੈਂਟ ਹੈ, ਟਰਾਂਸਪੋਰਟੇਸ਼ਨ ਬੰਦ ਹੈ, ਪਬਲਿਕ ਟਰਾਂਸਪੋਰਟ ਇੰਨਾ ਘਾਟਾ ਖਾ ਰਹੀ ਹੈ, ਜੀਡੀਪੀ ਨੀਚੇ ਜਾ ਰਹੀ ਹੈ, ਆਪਣੇ ਲਈ ਕੀਤਾ ਗਿਆ, ਗਵਰਨਮੈਂਟ ਦਾ ਕੋਈ ਫਾਇਦਾ ਨਹੀਂ ਇਹਦੇ 'ਚ। ਦੇਖੋ ਓਲੰਪਿਕ ਵਰਗਾ ਇਵੈਂਟ ਕੈਂਸਲ ਹੋ ਗਿਆ, ਸੁਪਰੀਮ ਕੋਰਟ ਬੰਦ ਹੈ, ਪਾਰਲੀਮੈਂਟ ਬੰਦ ਹੋ ਗਈ, ਦੁਨੀਆ ਭਰ ਦੇ ਵੱਡੇ ਵੱਡੇ ਜਿਹੜੇ ਫੰਕਸ਼ਨ ਸੀ ਉਹ ਬੰਦ ਹੋ ਗਏ, ਵਿੰਬਲਡਨ ਜਿਹੜਾ ਟੈਨਿਸ ਦਾ ਸਭ ਤੋਂ ਵੱਡਾ ਗ੍ਰੈਂਡ ਸਲੈਮ ਕਹਿੰਦੇ ਆ ਉਹਨੂੰ, ਉਹ ਰੱਦ ਹੋ ਗਿਆ, ਅਤੇ IPL ਅੱਗੇ ਹੋ ਗਿਆ। ਤਾਂ ਫਿਰ ਆਪਣੇ ਛੋਟੇ ਮੋਟੇ ਕੰਮ ਆਪਾਂ ਰੱਦ ਕਰ ਸਕਦੇ ਹਾਂ, ਕੋਈ ਕਾਹਲੀ ਨਹੀਂ ਕਰਨੀ ਚਾਹੀਦੀ, ਜੇ ਜਾਣ ਹੈ ਤਾਂ ਜਹਾਨ ਹੈ ਬਸ। ਹਾਂਜੀ ਸਰ, ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਸਭ ਨੂੰ ਇਹ ਰਿਕੁਐਸਟ ਕਰੋ ਕਿ ਕਿਸੇ ਸਟੇਟ ਦੇ ਵਿੱਚ ਕਿਸੇ ਬੰਦੇ ਦੀ, ਚਾਹੇ ਉਹਦੀ ਪਸੰਦ ਦਾ ਸਰਕਾਰ ਨਹੀਂ ਹੈ ਚਾਹੇ ਹੈ, ਚਾਹੇ ਮੋਦੀ ਸਾਹਿਬ ਉਹਦੇ ਪਸੰਦ ਦਾ ਹੈ, ਮੇਰੇ ਖੁਦ ਦੇ ਪਸੰਦ, ਮੈਂ ਖੁਦ ਪਸੰਦ ਨਹੀਂ ਕਰਦਾ ਮੋਦੀ ਸਾਹਿਬ ਨੂੰ, ਲੇਕਿਨ ਮੈਂ ਇਸ ਟਾਈਮ ਮੰਨਦਾ ਹਾਂ ਕਿ ਜੋ ਕੀਤਾ ਗਿਆ ਨਾ ਸਾਡੀ ਜ਼ਿੰਦਗੀ ਬਚਾਉਣ ਲਈ ਕੀਤਾ ਗਿਆ, ਇਹਨਾਂ 'ਚ ਉਹਦਾ ਕੋਈ ਫਾਇਦਾ ਨਹੀਂ ਹੈ। ਬਿਲਕੁਲ ਬਿਲਕੁਲ, ਇਹ ਜਿਹੜਾ ਸਮਾਂ ਹੈ ਇਹ ਰਾਜਨੀਤੀ ਕਰਨ ਦਾ ਨਹੀਂ, ਇਹ ਤਾਂ ਆਪਣੇ ਆਪ ਨੂੰ ਬਚਾਉਣ ਦਾ ਹੈ। ਸੋ ਸਟੇ ਹੋਮ ਐਂਡ ਸਟੇ ਹੈਲਦੀ ਬਾਈ, ਸਤਿ ਸ਼੍ਰੀ ਅਕਾਲ। ਹਾਂਜੀ ਧੰਨਵਾਦ ਮਾਨ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਦੀ ਬੀ ਸੇਫ ਐਂਡ ਸਟੇ ਐਟ ਹੋਮ ਪਲੀਜ਼। ਥੈਂਕ ਯੂ ਵੈਰੀ ਮੱਚ ਬਾਈ, ਬਹੁਤ ਵਧੀਆ ਸੁਨੇਹਾ ਸਿਰਸੇ ਤੋਂ ਮੁੰਡੇ ਨੇ ਦਿੱਤਾ ਹੈ ਕਿ ਭਾਵੇਂ ਤੁਹਾਡੀ ਪਸੰਦੀਦੀ ਸਰਕਾਰ ਹੈ, ਭਾਵੇਂ ਨਾ ਪਸੰਦ ਕਰਦੇ ਹੋ ਸਰਕਾਰ ਨੂੰ, ਪਰ ਜੋ ਫੈਸਲਾ ਲਿਆ ਗਿਆ ਤੁਹਾਡੀ ਬੱਚਿਆਂ ਦੀ, ਤੁਹਾਡੀ ਸਿਹਤ ਵਾਸਤੇ ਲਿਆ ਗਿਆ, ਸੋ ਇਹਨੂੰ ਫੋਲੋ ਕਰੋ। ਕਾਨੂੰਨ ਦਾ ਮਤਲਬ ਕਾਨੂੰਨ ਹੈ, ਲੋਕਡਾਊਨ ਦਾ ਮਤਲਬ ਲੋਕਡਾਊਨ ਹੈ, ਕਰਫਿਊ ਦਾ ਮਤਲਬ ਕਰਫਿਊ ਹੈ। ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਨੇ ਜਿਹਦੇ ਵਿੱਚ ਪੁਲਿਸ ਵਾਲੇ ਜਿਹੜੇ ਨੇ ਆਮ ਲੋਕਾਂ ਨੂੰ ਕੁੱਟ ਰਹੇ ਹੁੰਦੇ ਨੇ ਕਿ ਕਰਫਿਊ ਹੈ। ਸੋ ਕਿਰਪਾ ਕਰਕੇ
ਕਾਨੂੰਨ ਨੂੰ ਫੋਲੋ ਕਰੋ ਅਤੇ ਪੁਲਿਸ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਦਾ ਜੇ ਕੋਈ ਸੁਣਦਾ ਹੋਵੇ ਕਿ ਪਹਿਲਾਂ ਪਿਆਰ ਨਾ ਸਮਝਾਓ ਇਹ ਕਰਫਿਊ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਲੋਕਾਂ ਨੂੰ ਕੁੱਟਣ ਦੀ ਖੁੱਲ੍ਹ ਮਿਲ ਗਈ ਅਗਲੀ ਕਾਲ 'ਤੇ ਚੱਲਦੇ ਹਾਂ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਸਰ ਕਿੱਥੋਂ ਬੋਲਦੇ ਸਭ ਤੋਂ ਪਹਿਲੀ ਗੱਲ ਸਰ ਸਭ ਤੋਂ ਪਹਿਲੀ ਗੱਲ ਸਰ ਮੈਨੂੰ ਯਕੀਨ ਨਹੀਂ ਹੁੰਦਾ ਕਿ ਮੇਰੀ ਕਾਲ ਲੱਗ ਗਈ ਤੁਹਾਡੇ ਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਕਿੱਥੋਂ ਬੋਲ ਰਹੇ ਹੋ ਧੰਨਵਾਦ ਸਰ ਸਰ ਮੈਂ ਗੱਲ ਕਰ ਰਿਹਾ ਜੀ ਇਸ ਵੇਲੇ ਜਲੰਧਰ ਸਾਈਡ ਤੋਂ ਜੀ ਹਾਂਜੀ ਤੇ ਸਰ ਮੈਂ ਨਾ ਇੱਕ ਗੱਲ ਕਰਨਾ ਚਾਹੁੰਦਾ ਜੀ ਕੁਛ ਸਟੱਡੀ ਕੀਤੀ ਸੀ ਕਿਉਂਕਿ ਵਿਹਲੇ ਬੈਠੇ ਸੀਗੇ ਤੇ ਕੋਰੋਨਾ ਵਾਇਰਸ ਦੇ ਉੱਤੇ ਸਟੱਡੀ ਕਰ ਰਹੇ ਸੀ ਜਿੱਦਾਂ ਕਿ ਅੱਜ ਕੱਲ ਖਬਰਾਂ ਚੱਲ ਹੀ ਰਹੀਆਂ ਜੀ ਸਰ ਇੱਕ ਨਾ ਡੈਨਮਾਰਕ ਦੇ ਸਾਇੰਟਿਸਟ ਆ ਪੀਟਰ ਪੀਟਰ ਗੋਸਚੇ ਜੀ ਤੁਸੀਂ ਸਰਚ ਕਰੋਗੇ ਨਾ ਉਹਨਾਂ ਨੇ 8 ਮਾਰਚ ਦੀ ਇੱਕ ਨਿਊਜ਼ ਦਿੱਤੀ ਹੋਈ ਆ ਜਿਹਦੇ ਵਿੱਚ ਇਹ ਲਿਖਿਆ ਸੀ ਕਿ WHO ਦੀ ਰਿਪੋਰਟ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਕਿ 2,90,000 ਤੋਂ ਲੈ ਕੇ 6,50,000 ਤੱਕ ਲੋਕ ਹਰ ਸਾਲ ਰੈਸੀਪਰੇਟਰੀ ਵਾਇਰਸ ਨਾਲ ਡੈਡ ਹੁੰਦੇ ਆ ਜਿਹੜੇ ਕਾਮਨ ਵਾਇਰਸ ਆ ਜਾਂ ਕਾਮਨ ਜਿਹੜੇ ਆਪਣੇ ਡਿਜ਼ੀਜ਼ ਆ ਫਲੂ ਵਗੈਰਾ ਬਿਲਕੁਲ WHO ਦੀ ਵੀ ਰਿਪੋਰਟ ਹੈ ਮੈਂ ਜਦੋਂ ਸਰਚ ਕੀਤੀ WHO ਦੀ ਵੈਬਸਾਈਟ ਦੇ ਉੱਤੇ ਓਫੀਸ਼ੀਅਲ ਵੈਬਸਾਈਟ ਦੇ ਉੱਤੇ ਉਹ ਸੀਗਾ ਤੇ ਜਿਹੜਾ ਪੀਟਰ ਸੀ ਜਿਹੜਾ ਪੀਟਰ ਸੀਗੇ ਆਪਣੇ ਉਹਨਾਂ ਨੇ ਵੀ ਆਪਣੀ ਜਿਹੜੀ ਬ੍ਰਿਟਿਸ਼ ਮੈਡੀਕਲ ਕੌਂਸਲਰ ਦੇ ਚ ਇਹ ਰਿਪੋਰਟ ਦਾਇਰ ਕੀਤੀ ਔਰ ਉਹਨਾਂ ਨੇ ਆਪਣੀ ਇਹਦੀ ਨਿਊਜ਼ ਦੇ ਵਿੱਚ ਵੀ ਦਿੱਤਾ ਹੋਇਆ ਹੈ ਨਾ ਕਿ ਹਾਂ ਵੀ ਇਹ ਚੱਲਦਾ ਆ ਰਿਹਾ ਤੇ ਇਹ ਇੱਕ ਪ੍ਰੋਪੋਗੈਂਡਾ ਹੋ ਸਕਦਾ ਆ ਇਹ ਮਤਲਬ ਆਪਾਂ ਸੋਚ ਸਕਦੇ ਹਾਂ ਇਸ ਉੱਤੇ ਕਿ ਪੂਰੀ ਦੁਨੀਆਂ ਦੀ ਅਰਥ ਵਿਵਸਥਾ ਨੂੰ ਡਾਊਨ ਕਰਕੇ ਜਾਂ ਉਹ ਮਾਸਕ ਵੇਚਣਾ ਜਾਂ ਵੈਂਟੀਲੇਟਰ ਵੇਚਣਾ ਜਾਂ ਦਵਾਈਆਂ ਵੇਚਣਾ ਜਾਂ ਚਾਈਨ ਦੀ ਕੋਈ ਇਹਦੇ ਵਿੱਚ ਸਾਜਿਸ਼ ਆ ਕਿ ਆਮ ਲੋਕਾਂ ਦੀ ਪਰਚੇਜ ਪਾਵਰ ਖਤਮ ਹੋ ਰਹੀ ਆ ਆਮ ਲੋਕ ਬਿਲਕੁਲ ਖਤਮ ਹੋ ਰਹੇ ਆ ਤੇ ਸਰਕਾਰ ਨੂੰ ਵੀ ਜਿਹੜਾ ਸਾਡੀ ਇਕਾਨਮੀ ਡਾਊਨ ਜਾ ਰਹੀ ਆ ਸਰਕਾਰ ਨੂੰ ਵੀ ਇਹਦਾ ਆਘਾਤ ਹੋ ਰਿਹਾ ਹੈ ਨਾ ਤੋ ਇਹ ਮੈਂ ਅਸੀਂ ਇਹਦੇ ਬਾਰੇ ਸੋਚਣ ਵਿਚਾਰ ਕਰਨਾ ਚਾਹੁੰਦੇ ਸੀ ਕਿਉਂਕਿ ਸਾਡੇ ਕੋਲ ਏਦਾਂ ਦੀ ਕੋਈ ਸੋਰਸ ਨਹੀਂ ਹੈਗੇ ਜਿਹਦੇ ਨਾਲ ਇਹਨੂੰ ਅਸੀਂ ਚੰਗੀ ਤਰ੍ਹਾਂ ਜਾਣ ਸਕੀਏ ਦੇਖੋ ਬਾਈ ਜੀ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਨੇ ਕੋਈ ਕਹਿੰਦਾ ਨਿੰਮ ਦੇ ਪੱਤਿਆਂ ਨਾਲ ਅਸੀਂ ਕੱਢ ਲਿਆ ਇਹਦਾ ਇਲਾਜ ਕੋਈ ਕਹਿੰਦਾ ਵੀ ਝਾੜਾ ਪਵਾ ਕੇ ਜਾਂ ਥੌਲਾ ਕਰਕੇ ਫਲਾਣੇ ਬਾਬੇ ਨੇ ਕੱਢ ਲਿਆ ਇਲਾਜ ਪਰ ਫਿਲਹਾਲ ਜੋ ਮੇਰੇ ਕੋਲ ਇਨਫੋਰਮੇਸ਼ਨ ਹੈ ਆਫੀਸ਼ੀਅਲੀ ਕਿਉਂਕਿ ਅਸੀਂ ਸਰਕਾਰ ਦੇ ਵਿੱਚ ਹਾਂ 543 ਬੰਦੇ ਜਿਹੜੇ ਲੋਕ ਸਭਾ ਦੇ ਵਿੱਚ ਜਾਂਦੇ ਨੇ ਮੈਂ ਉਹਨਾਂ ਦੇ ਵਿੱਚੋਂ ਇੱਕ ਹਾਂ ਤੇ ਸਾਡੇ ਕੋਲ ਕੋਈ ਏਦਾਂ ਦੀ ਆਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੈਗੀ ਕਿ ਇਹਦਾ ਕੋਈ ਇਲਾਜ ਆਇਆ ਜਾਂ ਕੋਈ ਵੈਕਸੀਨ ਆਈ ਹੈ ਵਾਇਰਸ ਜੀ ਦਾ ਸਰ ਕੋਈ ਇਲਾਜ ਕਹਿੰਦੇ ਹੁੰਦਾ ਹੀ ਨਹੀਂ ਨਾ ਕੋਈ ਆਉਣਾ ਕਿਉਂਕਿ ਵਾਇਰਸ ਦੀਆਂ ਫੈਮਿਲੀਜ਼ ਹੁੰਦੀਆਂ ਅੱਗੇ ਦੀ ਅੱਗੇ ਦੀ ਅੱਗੇ ਜੋ ਇੰਨਾ ਕਹਿ ਭਾਜੀ ਕਿ ਇਸ ਵਾਇਰਸ ਦਾ ਬਿਹੇਵੀਅਰ ਪਤਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਜਿਹੜੇ ਵੱਡੇ ਵੱਡੇ ਡਾਕਟਰ ਨੇ ਜਿਹਦੇ ਇੰਨਾ ਕੁ ਸਾਡੇ ਕੋਲ ਆਇਆ ਕਿ ਇਹ ਜਿਹੜਾ ਵਾਇਰਸ ਹੈ ਇਹਦਾ ਡੈਥ ਰੇਟ ਜਿਹੜਾ 2% ਹੈ ਜਿਹੜਾ ਸਾਰਸ ਆਇਆ ਸੀ ਇਹ ਤੋਂ ਪਹਿਲਾਂ ਸਾਰਸ ਜੀ ਜੀ ਸਾਰਸ H1N1 ਆਇਆ ਸੀ ਡੈਥ ਰੇਟ 10% ਸੀ ਉਹ ਵੀ ਆਪੇ ਚਲਾ ਗਿਆ ਸੀ ਕਈ ਵਾਰੀ ਇੱਦਾਂ ਦੇ ਵਾਇਰਸ ਆਉਂਦੇ ਨੇ ਟੈਂਪਰੇਚਰ ਦੇ ਘਟਣ ਵਧਣ ਨਾਲ ਜਾਂ ਵੈਸੇ ਮਤਲਬ ਇੱਕ ਟਾਈਮ ਪੀਰੀਅਡ ਤੋਂ ਬਾਅਦ ਚਲੇ ਜਾਂਦੇ ਨੇ ਇਹੀ ਦੁਆ ਕਰ ਸਕਦੇ ਹਾਂ ਆਪਾਂ ਓਕੇ ਮਤਲਬ ਇਹਦੇ ਵਿੱਚ ਅਸੀਂ ਕੋਈ ਇਹ ਨਹੀਂ ਸੋਚ ਸਕਦੇ ਕਿ ਸਾਡੀ ਇਕਨੋਮੀ ਡਾਊਨ ਕਰਨ ਦਾ ਕੋਈ ਸਾਜਿਸ਼ ਹੈ ਜਾਂ ਸਾਡੇ ਇਕਨੋਮੀ ਕਿਹਨੇ ਡੋਰ ਕਰਨੀ ਹੈ ਬਾਈ ਜੀ ਚਾਈਨਾ ਸਭ ਤੋਂ ਕਹਾਉਂਦੇ ਸੀ ਚਾਈਨਾ ਦੀ ਇਕਨੋਮੀ ਆਪ ਜ਼ੀਰੋ ਹੋ ਗਈ ਅੱਜ ਚਾਈਨਾ ਤੋਂ ਕੋਈ ਜਹਾਜ਼ ਆਵੇ ਤਾਂ ਮਤਲਬ ਉਹਨੂੰ ਹੱਥ ਨਹੀਂ ਲਾਉਂਦੇ ਲੋਕ ਡਰਦੇ ਫਿਰ ਜਹਾਜ਼ ਦੇ ਵਿੱਚ ਜਿਹੜਾ ਸਮਾਨ ਪਿਆ ਉਹਨੂੰ ਕਿਵੇਂ ਹੱਥ ਲਾਉਣਗੇ ਸੋ ਇੱਦਾਂ ਨਹੀਂ ਹੋ ਸਕਦਾ ਕਿ ਚਾਈਨਾ ਨੇ ਕੋਈ ਬਾਇਓਲੋਜੀਕਲ ਵੈਪਨ ਬਣਾਇਆ ਸੀ ਜਾਂ ਫਲਾਨਾ ਸੀ ਧਮਕਾ ਸੀ ਤੋ ਸੋ ਮੈਨੂੰ ਲੱਗਦਾ ਵੀ ਇਕਨੋਮੀ ਤਾਂ ਪੂਰੇ ਵਰਲਡ ਦੀ ਇੱਕ ਵਾਰੀ ਡਾਊਨ ਹੋਊਗੀ ਹੁਣ ਜੋ ਕੰਮ ਹੀ ਖੜ ਗਿਆ ਸਾਰਾ ਜੀ 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 ਹੁਣ ਮੈਂ ਨਿਊਜ਼ ਦੇਖਦਾ ਸੀ ਕੱਲ ਰਾਤੀ ਵੀ ਉਹਦੇ ਵਿੱਚ ਵੀ ਜਿੱਦਾਂ ਹੁਣ ਦੱਸਦੇ ਸੀ ਵੀ 11 ਕਰੋੜ ਜਿਹੜੇ ਹੈਗੇ ਆ ਮਾਸਕ ਬਣਦੇ ਪਏ ਆ ਜਾਂ ਮੈਡੀਕਲ ਕਿੱਟਾਂ ਜਿਹੜੀਆਂ ਆ ਉਹ ਦਿੱਤੀਆਂ ਜਾ ਰਹੀਆਂ ਆ ਤੋ 8,900 ਕਿੰਨੀਆਂ ਜਿਹੜੀ ਇੰਡਸਟਰੀਜ਼ ਲੱਗੀ ਆ ਜਿਹੜੀ ਕਿ ਪ੍ਰੋਡਕਸ਼ਨ ਦੇ ਉੱਤੇ ਦਿਨ ਰਾਤ ਦੇ ਉੱਤੇ ਕੰਮ ਕਰ ਰਹੀ ਆ ਕਿਤੇ ਨਾ ਕਿਤੇ ਇੱਕ ਮਿੰਟ ਪਹਿਲਾਂ ਮੈਂ ਤੁਹਾਡੇ ਤੋਂ ਸ਼ੁਰੂ ਕਰ ਲੈਣਾ ਕੀ ਤੁਹਾਨੂੰ ਜੇ ਪਤਾ ਲੱਗੇ ਵੀ ਇਹ ਮਾਸਕ ਚਾਈਨਾ ਤੋਂ ਆਇਆ ਤੁਸੀਂ ਪਾਓਗੇ ਹਾਂਜੀ ਬਿਲਕੁਲ ਵੀ ਨਹੀਂ ਪਾਵਾਂਗੇ ਕਿਉਂਕਿ ਉਹ ਤੋਂ ਤਾਂ ਡਰਦੇ ਬਹੁਤ ਆ
ਬਸ ਫਿਰ ਸੋ ਕੋਈ ਵੀ ਮੁਲਕ ਆਪਣੀ ਇਕਨੋਮੀ ਨੂੰ ਖਤਮ ਕਰਨ ਵਾਸਤੇ ਕੋਈ ਏਦਾਂ ਦਾ ਉਹ ਨਹੀਂ ਕਰਦਾ ਹੁੰਦਾ। ਚਲੋ ਕੁਦਰਤੀ ਕਰੋਪੀ ਹੈ, ਕਹਿੰਦੇ ਵੀ 1918 ਦੇ ਵਿੱਚ ਸਪੈਨਿਸ਼ ਫਲੂ ਆਇਆ ਸੀਗਾ, ਆਪਣੇ 1920 ਚ ਪਹੁੰਚਿਆ ਸੀ, ਉਹਦੇ ਨਾਲ ਵੀ ਬਹੁਤ ਸਾਰੀਆਂ ਕੈਜੁਅਲਟੀਜ਼ ਹੋਈਆਂ ਸੀ। ਸੋ ਕਈ ਵਾਰੀ ਕੁਦਰਤ ਜਿਹੜੀ ਹੈ ਉਹ ਰੀਸੈਟ ਮਾਰਦੀ ਹੈ, ਬੰਦੇ ਨੇ ਵੀ ਕੁਦਰਤ ਨੂੰ ਥੋੜ੍ਹਾ ਜਿਹਾ ਜ਼ਿਆਦਾ ਛੇੜਛਾੜ ਕੀਤੀ ਹੈ। ਦੇਖੋ ਆਹ ਘੁੱਗੀਆਂ ਗਟਾਰਾਂ ਚਿੜੀਆਂ ਜਿਹੜੀਆਂ ਪਹਿਲਾਂ ਕਿਤੇ ਲੁਕ ਗਈਆਂ ਸੀ, ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਨੋਇਜ਼ ਪੋਲੂਸ਼ਨ ਦੇ ਵਿੱਚ ਕਿਤੇ ਮਾਰੀ ਗਈ ਸੀ, ਅੱਜ ਉਹਨਾਂ ਦੀਆਂ ਆਵਾਜ਼ਾਂ ਸੁਣਨ ਲੱਗ ਗਈਆਂ। ਕੁਦਰਤ ਹੈ ਜੀ 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 ਤੇ ਸਰ ਮਤਲਬ ਇਹ ਗੱਲ ਇਹ ਹੈ ਕਿ ਆਪਾਂ ਇਹ ਸਮਝ ਸਕਦੇ ਹਾਂ ਕਿ ਕੋਈ ਏਦਾਂ ਦੀ ਕੋਈ ਇਨਫੋਰਮੇਸ਼ਨ ਜਿਹੜੀ ਹੈਲੋ ਦੇਖੋ ਸਵਾਲ ਉਹਨਾਂ ਦਾ ਜੈਨੂਅਨ ਹੈ, ਪਰ ਹਜੇ ਤੱਕ ਸਾਡੇ ਕੋਲ ਕੋਈ ਆਫੀਸ਼ੀਅਲ ਜਿਹਨਾਂ ਚਿਰ ਇਨਫੋਰਮੇਸ਼ਨ ਨਾ ਹੋਵੇ ਇਸ ਤਰ੍ਹਾਂ ਦੀ ਕਿ ਕਿਸੇ ਮੁਲਕ ਦੀ ਇਕਨੋਮੀ ਨੂੰ ਡਾਊਨ ਕਰਨ ਲਈ ਜਾਂ ਕਿਸੇ ਨੂੰ ਅਪ ਕਰਨ ਲਈ ਇਹ ਵਾਇਰਸ ਆਇਆ ਜਾਂ ਕੁਛ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਚੱਲਦੀਆਂ ਨੇ। ਮੇਰੇ ਖਿਆਲ 'ਚ ਇਹ ਟਾਈਮ ਅਫਵਾਹਾਂ 'ਤੇ ਯਕੀਨ ਕਰਨ ਦਾ ਨਹੀਂ ਹੈਗਾ, ਹੁਣ ਤਾਂ ਬਸ ਸਿਰਫ ਇੱਕੋ ਗੱਲ ਹੈ ਕਿ ਘਰੇ ਰਹੋ ਅਤੇ ਸਟੇ ਹੋਮ ਐਂਡ ਸਟੇ ਹੈਲਦੀ, ਅਤੇ ਜੋ ਵੀ ਸਰਕਾਰ ਦੇ ਫੈਸਲੇ ਨੇ ਅੱਗੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਦੱਸਦੇ ਜਾਣਗੇ। ਅਤੇ ਅਗਲੀ ਕਾਲ 'ਤੇ ਚੱਲਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਊਦੀ ਅਰਬ ਤੋਂ ਬੋਲਦਾ ਮੁਕੇਸ਼। ਹਾਂਜੀ ਮੁਕੇਸ਼ ਬੋਲਦੇ ਸਾਊਦੀ ਅਰਬ ਤੋਂ ਜੀ। ਸਾਊਦੀ ਅਰਬ ਤੋਂ ਮੁਕੇਸ਼। ਹਾਂਜੀ ਬਾਜੀ ਹੋਰ ਹੀ ਹਿੱਸੇ ਤਾਂ ਠੀਕ ਹੈ ਜੀ। ਹਾਂ ਬਿਲਕੁਲ ਠੀਕ ਹੈ ਜੀ। ਮਾਨ ਸਾਹਿਬ ਬਸ ਇੱਕ ਮੈਸੇਜ ਹੈ, ਇਹ ਜਿਹੜੀ ਮੋਬਾਈਲ ਕੰਪਨੀਆਂ ਨਾ ਆਪਣੀਆਂ ਇਹਨਾਂ ਵਾਸਤੇ, ਜਿਵੇਂ ਹੁਣ ਮੈਂ ਤੁਹਾਨੂੰ ਕਾਲ ਕਰ ਰਿਹਾ ਲੋਕਲ ਕਾਲ ਤੇ, ਤਾਂ ਰਿੰਗ ਵੱਜਦੀ ਨਾ, ਰਿੰਗ ਨੀ ਵੱਜਣੀ ਚਾਹੀਦੀ, ਉੱਥੇ ਮੈਸੇਜ ਹੋਣਾ ਚਾਹੀਦਾ। ਹਾਂਜੀ ਮੈਸੇਜ ਆਉਂਦੇ ਨੇ ਹੁਣ ਤਾਂ ਨਹੀਂ, ਮੈਂ ਟਰਾਈ ਕਰ ਰਿਹਾ ਆਪਣੇ ਘਰ ਵੀ ਕਾਲ ਕੁਲ ਕੀਤੀ ਨਾ, ਉੱਥੇ ਰਿੰਗ ਵੱਜ ਰਹੀ ਹੈ ਇਕੱਲੀ, ਹੋ ਸਕਦਾ ਕੋਈ ਰਿੰਗ ਦੀ ਕੰਦੀ ਵੱਜਦੀ ਹੋਵੇ, ਅਦਰਵਾਈਜ਼ ਤਾਂ ਸਾਰੀਆਂ ਜਿਹੜੀਆਂ ਰਿੰਗ ਟੋਨਾਂ ਨੇ ਉਹਨਾਂ ਨੂੰ ਮੈਸੇਜ ਦੇ ਵਿੱਚ ਬਦਲ ਦਿੱਤਾ ਗਿਆ ਕਿ ਕੋਰੋਨਾ ਵਾਇਰਸ ਰੋਕਿਆ ਜਾ ਸਕਦਾ, ਉਹਦੇ ਵਾਸਤੇ 20 ਸਕਿੰਟ ਜਿਹੜੇ ਨੇ ਹੱਥ ਧੋਵੋ ਸਾਬਣ ਚੰਗੀ ਤਰ੍ਹਾਂ ਤੇ ਨਹੀਂ ਤੇ ਬਹੁਤ ਵਧੀਆ। ਕਿਉਂ ਹੁਣ ਸਾਡੇ ਮੁਲਕ ਦੇ ਵਿੱਚ ਜ਼ਿਆਦਾਤਰ ਮੈਸੇਜ ਹੀ ਕਾਮਯਾਬ ਹੋਣਗੇ, ਕਿਉਂ ਸਾਡੇ ਲੋਕ ਨਹੀਂ ਸਮਝ ਰਹੇ, ਬਾਰ ਬਾਰ ਕੰਨਾਂ 'ਚ ਵਗੇ ਇਹ ਗੱਲ ਪਾਣੀ ਪੈਣੀ ਹੈ ਸਾਨੂੰ, ਨਹੀਂ ਪੈ ਰਹੀ ਬਾਰ 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 ਇਹੀ ਗੱਲ ਕਹਿਣੀ, ਇੱਕ ਵਾਰ ਉਹਨਾਂ ਨੂੰ ਜਾਣੀ ਤਸੱਲੀ ਕਰਾਣੀ ਪੈਣੀ ਆ ਵੀ ਆਹ ਚੀਜ਼ ਹੈਗੀ ਹੈ, ਕਈ ਲੋਕ ਸੀਰੀਅਸ ਨਹੀਂ ਲੈ ਰਹੇ। ਨਹੀਂ ਨਹੀਂ ਬਿਲਕੁਲ ਹੋਊਗੀ ਬਿਲਕੁਲ। ਹਾਂਜੀ ਬੜੀ ਮਿਹਰਬਾਨੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖੋ ਇਹਨਾਂ ਨੇ ਜੋ ਗੱਲ ਕੀਤੀ ਹੈ, ਮੇਰੇ ਖਿਆਲ 'ਚ ਬਹੁਤ ਸਾਰੇ ਤੁਸੀਂ ਇਸ ਵਕਤ ਮੋਬਾਈਲ ਫੋਨ ਜਿਹੜੇ ਨੇ ਤੁਹਾਡੇ ਕੋਲ ਹੋਣਗੇ, ਤੁਹਾਨੂੰ ਵੀ ਪਤਾ ਲੱਗ ਗਿਆ ਹੋਊਗਾ ਜਾਂ ਤੁਸੀਂ ਵੀ ਫੋਨ ਕਰਦੇ ਹੋਵੋਗੇ ਕਿ ਸਰਕਾਰ ਵੱਲੋਂ ਸਿਹਤ ਵਿਭਾਗ ਵੱਲੋਂ ਜਨਹਿੱਤ ਦੇ ਵਿੱਚ ਇੱਕ ਜਿਹੜੀ ਰਿੰਗ ਟੋਨ ਹੈ ਜਿਹੜੀ ਕਿ ਜਾਣਕਾਰੀ ਦਿੰਦੀ ਹੈ ਉਹ ਜਾਰੀ ਕੀਤੀ ਜਾ ਚੁੱਕੀ ਹੈ। ਸੋ ਇਹਨੂੰ ਸਟ੍ਰਿਕਟਲੀ ਫੋਲੋ ਕਰਨਾ ਚਾਹੀਦਾ ਅਤੇ ਇਹੀ ਆਪਣੇ ਕੋਲ ਇੱਕ ਤਰੀਕਾ ਹੈ, ਅਤੇ ਬਾਕੀ ਪਰਮਾਤਮਾ 'ਤੇ ਯਕੀਨ ਰੱਖਾਂਗੇ। ਅਤੇ ਅਗਲੀ ਕਾਲ 'ਤੇ ਚੱਲਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਜੇ ਕੁਵੈਤ ਤੋਂ ਬੋਲਦਾ। ਕਿੱਥੋਂ ਬੋਲ ਰਹੇ ਜੀ? ਕੁਵੈਤ ਤੋਂ। ਕੁਵੈਤ ਤੋਂ ਜੀ, ਜੀ ਬੋਲੋ। ਹਾਂਜੀ ਹਾਂਜੀ, ਬਾਕੀ ਹੋਰ ਤੁਹਾਡਾ ਹਾਲ ਠੀਕ ਹੈ ਜੀ? ਬਿਲਕੁਲ ਠੀਕ ਹੈ ਜੀ, ਤੁਸੀਂ ਦੱਸੋ। ਵਧੀਆ ਜੀ, ਇੱਥੇ ਬਸ ਦੱਸਣੀ ਕਿ ਇੱਥੇ ਵੀ ਹਾਲਾਤ ਖਰਾਬ ਹੀ ਨੇ, ਇੱਥੇ ਬੜੇ ਕੇਸ ਆ ਰਹੇ ਹੈ, ਆਪਣੇ ਇੰਡੀਅਨ ਵੀ ਬੜੇ ਆ ਰਹੇ ਕੇਸ, ਪਿਛਲੇ 5-6 ਦਿਨਾਂ ਤੋਂ ਬਹੁਤ ਇੰਡੀਅਨ ਦੇ ਕੇਸ ਆ ਰਹੇ ਹੈ, ਤੇ ਇੰਡੀਆ ਵੀ ਆਪਣਾ ਬਹੁਤ ਬੁਰਾ ਹਾਲ ਹੈ, ਜਿਵੇਂ ਕੱਲ 400 ਕੇਸ ਆਏ, ਅੱਜ ਵੀ 300-400 ਕੇਸ ਆ ਗਏ, ਲੋਕੀ ਆ ਲੋਕਡਾਊਨ ਦਾ ਪੂਰਾ ਪੂਰੀ ਤਰ੍ਹਾਂ ਕਰ ਨਹੀਂ ਰਹੇ ਹੈ, ਕਿ ਮੋਦੀ ਸਾਹਿਬ ਨੇ ਪੂਰਾ ਲੋਕਡਾਊਨ ਕੀਤਾ ਸੀ, ਲੋਕੀ ਉਹਦਾ ਬਾਹਰ ਘੁੰਮ ਰਹੇ ਹੈ, ਮਜ਼ੇ ਕਰ ਰਹੇ ਹੈ। ਲੋਕਾਂ ਨੂੰ ਇਹ ਗੁਜ਼ਾਰਿਸ਼ ਜੀ, ਚੰਗੀ ਤਰ੍ਹਾਂ ਘਰ ਦੇ ਅੰਦਰ ਰਹੋ, ਚੰਗੀ ਤਰ੍ਹਾਂ ਆਪਣਾ ਸਿਹਤ ਦਾ ਧਿਆਨ ਰੱਖੋ, ਪਤਾ ਨਹੀਂ ਲੋਕੀ ਕਿਉਂ ਨਹੀਂ ਸੁਣਦੇ ਆਪਣੇ ਇੰਡੀਆ 'ਚ। ਚਲੋ ਤੁਸੀਂ ਮੈਸੇਜ ਦੇ ਦਿਓ, ਕਿਉਂਕਿ ਮੈਸੇਜ ਤਾਂ ਬਹੁਤ ਵਾਰੀ ਇਹ ਕਹਿ ਚੁੱਕੇ ਹਾਂ, ਅਤੇ ਤੁਸੀਂ ਕੁਵੈਤ ਤੋਂ ਕੀ ਮੈਸੇਜ ਦੇਣਾ ਚਾਹੋਗੇ? ਬਹੁਤ ਸਾਰੀ ਦੁਨੀਆ ਇਸ ਵਕਤ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਇਹ ਸੋਸ਼ਲ ਮੀਡੀਆ ਜ਼ਰੀਏ ਸੁਣ ਰਹੇ ਹੋਣਗੇ। ਮੈਂ ਤਾਂ ਆਹੀ ਕਹਿਣਾ ਜੀ ਸਭ ਨੂੰ ਕਿ ਜਿੰਨਾ ਹੋ ਸਕੇ 2-3 ਹਫ਼ਤੇ ਅਗਲੇ ਘਰ ਰਹੋ, ਆਪਣੇ ਅੰਦਰ ਰਹੋ, ਘਰ ਦੇ ਅੰਦਰ ਰਹੋ, ਬਾਹਰ ਨਾ ਨਿਕਲੋ, ਠੀਕ ਹੈ? ਆਪਣੇ ਬੱਚਿਆਂ ਦਾ ਖਿਆਲ ਰੱਖੋ ਅਤੇ ਬਜ਼ੁਰਗਾਂ ਦਾ ਜ਼ਿਆਦਾਤਰ ਉਹਨਾਂ ਦਾ ਖਿਆਲ ਰੱਖੋ ਅਤੇ ਘਰ ਦੇ ਅੰਦਰ ਰਹੋ, ਬਾਹਰ ਨਿਕਲੋਗੇ ਤਾਂ ਵਾਇਰਸ ਲੈ ਕੇ ਅੰਦਰ ਵੜੋਗੇ। ਅੱਜ ਤਾਂ ਆਹੀ ਹਾਲਾਤ ਹੈ ਅੱਜ ਦੇ। ਬਹੁਤ ਬਹੁਤ ਮਿਹਰਬਾਨੀ ਭਾਈ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਧੰਨਵਾਦ, ਥੈਂਕ ਯੂ ਸਰ। ਦੇਖੋ ਇਹਨਾਂ ਨੇ ਕਿਹਾ ਕਿ ਜੇ ਘਰ ਤੋਂ ਬਾਹਰ ਨਿਕਲੋਗੇ ਤਾਂ ਸ਼ਾਇਦ ਵਾਪਸ ਜਦੋਂ ਘਰ ਆਓਗੇ ਤਾਂ ਬਿਮਾਰੀ ਲੈ ਕੇ ਘਰ ਵੜੋਗੇ, ਇਸ ਕਰਕੇ ਆਪਣੇ ਬੱਚਿਆਂ ਦੀ
ਸਿਹਤ ਵਾਸਤੇ, ਆਪਣੇ ਪਰਿਵਾਰ ਦੀ ਸਿਹਤ ਯਾਬੀ ਵਾਸਤੇ ਕਿਰਪਾ ਕਰਕੇ ਕੋਸ਼ਿਸ਼ ਕੀਤੀ ਜਾਵੇ, ਜਿੰਨਾ ਚਿਰ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਕਿ ਘਰੇ ਰਿਹਾ ਜਾਵੇ। ਇਹੀ ਮੈਸੇਜ ਸਰਕਾਰਾਂ ਵੱਲੋਂ ਹੈ, ਇਹੀ ਮੈਸੇਜ ਬੀਇੰਗ ਏ ਲਾਅ ਮੇਕਰ, ਬੀਇੰਗ ਏ ਪਾਰਟ ਆਫ ਇੰਡੀਅਨ ਗੌਰਮੈਂਟ ਸਿਸਟਮ, ਅਤੇ ਅਸੀਂ ਵੀ ਇਹੀ ਕਹਾਂਗੇ ਕਿ ਰਾਜਨੀਤੀਆਂ ਜਾਂ ਨਿੰਦਿਆ ਆਲੋਚਨਾ ਬਾਅਦ 'ਚ ਕਰ ਲਾਂਗੇ, ਪਰ ਇਸ ਵੇਲੇ ਘਰੇ ਰਹਿਣ ਦਾ ਟਾਈਮ ਹੈ ਜੀ। ਅਤੇ ਬਹੁਤ ਸਾਰੇ ਲੋਕ ਦੇਖੋ ਕੁਵੈਤ ਤੋਂ, ਸਾਊਦੀ ਅਰਬ ਤੋਂ ਫੋਨ ਆ ਰਹੇ ਨੇ, ਕੋਈ ਰਾਜਪੁਰੇ ਤੋਂ, ਕੋਈ ਜਲੰਧਰ ਤੋਂ। ਸੋ ਮੇਰਾ ਇਸ ਲਾਈਵ ਹੋਣ ਦਾ ਮਕਸਦ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਆਪਸ ਦੇ ਵਿੱਚ ਗੱਲ ਹੋ ਜਾਵੇ, ਕਿ ਬਹੁਤ ਸਾਰੇ ਇਹਨਾਂ ਦੇ ਦੋਸਤ ਹੋਣਗੇ ਲੋਕਾਂ ਦੇ ਜਿਹੜੇ ਕੁਵੈਤ ਰਹਿੰਦੇ ਨੇ, ਜਾਂ ਬਹੁਤ ਸਾਰੇ ਕੁਵੈਤ ਵਾਲਿਆਂ ਦੇ ਦੋਸਤ ਹੋਣਗੇ ਜਿਹੜੇ ਰਾਜਪੁਰੇ ਜਾਂ ਕਿਤੇ ਪੰਜਾਬ ਜਲੰਧਰ ਵਾਲੇ ਪਾਸੇ ਰਹਿਣਗੇ। ਸੋ ਜੇ ਆਪਸ ਦੇ ਵਿੱਚ ਇਹ ਜ਼ਰੀਆ ਟੈਕਨੋਲੋਜੀ ਨੂੰ ਬਣਾ ਕੇ ਆਪਾਂ ਗੱਲ ਕਰਾਂਗੇ ਤਾਂ ਸ਼ਾਇਦ ਜ਼ਿਆਦਾ ਇਨ ਟੱਚ ਰਹਿਣ ਦਾ ਜ਼ਿਆਦਾ ਵਧੀਆ ਜ਼ਰੀਆ ਹੋਊਗਾ, ਬਜਾਏ ਇਸ ਦੇ ਕਿ ਬਾਹਰ ਨਿਕਲੀਏ ਜਾਂ ਕੋਈ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕਰੀਏ। ਸੋ ਮੇਰੇ ਵੱਲੋਂ ਤਾਂ ਇਹੀ ਤੁਹਾਨੂੰ ਸੁਨੇਹਾ ਕਿ ਜਿੱਥੇ ਵੀ ਹੈਗੇ ਹੋ, ਜਿੱਥੇ ਵੀ ਸੁਣ ਰਹੇ ਹੋ, ਤੁਹਾਨੂੰ ਵੀ ਤੁਹਾਡੀਆਂ ਸਰਕਾਰਾਂ ਵੱਲੋਂ ਇਹੀ ਜਿਹੜੇ ਨੇ ਸਲਾਹ ਦਿੱਤੀ ਗਈ ਹੋਣੀ ਕਿ ਕਰੀ ਰਹੋ, ਔਰ ਰਾਸ਼ਨ ਪਾਣੀ ਜਾਂ ਮੈਡੀਕਲ ਦੀ ਐਮਰਜੈਂਸੀ ਤਾਂ ਲੋਕਲ ਤੁਸੀਂ ਅਥਾਰਟੀਜ਼ ਨਾਲ ਗੱਲ ਕਰ ਸਕਦੇ ਹੋ, ਅਤੇ ਇਹੀ ਇਸ ਮਹਾਂਮਾਰੀ ਤੋਂ ਬਚਣ ਦਾ ਤਰੀਕਾ ਫਿਲਹਾਲ। ਜਿੰਨਾ ਚਿਰ ਵੈਕਸੀਨ ਇਹਦੀ ਕੋਈ ਬਣਦੀ, ਇਹਦੀ ਕੋਈ ਦਵਾਈ ਨਹੀਂ ਬਣਦੀ, ਸ਼ਾਇਦ ਡਾਕਟਰ ਲੈਬੋਰਟਰੀਆਂ ਦੇ ਵਿੱਚ ਲੱਗੇ ਹੋਣਗੇ ਇਸ ਵਕਤ। ਮੈਂ ਉਹਨਾਂ ਡਾਕਟਰਾਂ ਲਈ, ਉਹਨਾਂ ਨਰਸਿਸ ਲਈ, ਉਹਨਾਂ ਹੈਲਥ ਕਰਮਚਾਰੀਆਂ ਲਈ, ਭਾਵੇਂ ਉਹ ਸਫਾਈ ਕਰਦੇ ਆ ਹੋਸਪਿਟਲਾਂ 'ਚ ਦੁਨੀਆ ਭਰ ਦੇ, ਉਹਨਾਂ ਨੂੰ ਸਲੂਟ ਕਰਨਾ ਚਾਹੂੰਗਾ ਕਿ ਉਹ ਇਸ ਮੌਕੇ, ਉਹ ਸਭ ਤੋਂ ਵੱਧ ਖਤਰੇ ਦੇ ਵਿੱਚ ਉਹ ਨੇ, ਉਹ ਸਾਡੇ ਇਸ ਸੰਕਟ ਦੇ ਮੌਕੇ ਨਾਲ ਖੜ੍ਹੇ ਨੇ। ਸੋ ਮੈਂ ਉਹਨਾਂ ਡਾਕਟਰਾਂ ਦਾ, ਉਹਨਾਂ ਨਰਸਾਂ ਦਾ, ਉਹਨਾਂ ਹੈਲਥ ਕਰਮਚਾਰੀਆਂ ਦਾ ਧੰਨਵਾਦ ਕਰਦਾ ਜਿਹੜੇ ਇਸ ਵੇਲੇ ਇਲਾਜ ਕਰ ਰਹੇ ਆ ਲੋਕਾਂ ਦਾ, ਕਿਉਂਕਿ ਇਲਾਜ ਠੀਕ ਹੋਣ ਦੀ ਰੇਸ਼ੋ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੈ। ਸੋ ਇਸ ਕਰਕੇ ਕੋਈ ਘਬਰਾਉਣ ਦੀ ਐਸੀ ਗੱਲ ਨਹੀਂ, ਪੈਨਿਕ ਨਾ ਹੋਇਓ, ਅਤੇ ਮੈਂ ਇਹੀ ਪਰਮਾਤਮਾ ਅੱਗੇ ਵੀ ਅਰਦਾਸ ਕਰਾਂਗੇ ਕਿ ਛੇਤੋ ਛੇਤੀ ਦੁਨੀਆ ਇਸ ਮਹਾਂਮਾਰੀ 'ਚੋਂ ਬਾਹਰ ਆਵੇ, ਅਤੇ ਲੋਕ ਆਪੋ ਆਪਣੇ ਕੰਮਾਂ 'ਤੇ ਜਾਣ, ਆਪੋ ਆਪਣੀਆਂ ਨੇਕ ਕਮਾਈਆਂ ਜਿਹੜੀਆਂ ਨੇ ਉਹ ਕਰਨੀਆਂ ਸ਼ੁਰੂ ਕਰਨ। ਅਤੇ ਬਾਕੀ ਸ਼ਾਇਦ ਕੁਛ ਮੁਲਕ ਇਹੋ ਜਿਹੇ ਵੀ ਹੋਣਗੇ ਜਿਹੜੇ ਕਾਨੂੰਨ ਬਾਅਦ 'ਚ ਵਿੱਚ ਬਣਾਉਣਗੇ ਇੱਥੋਂ ਸਿੱਖਿਆ ਲੈ ਕੇ। ਅਗਲੀ ਕਾਲ 'ਤੇ ਚੱਲਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਸਰ ਅਸੀਂ ਲਿਬਨਾਨ ਤੋਂ ਬੋਲ ਰਹੇ ਹਾਂ ਜੀ। ਲਿਬਨਾਨ ਤੋਂ, ਕਿਵੇਂ, ਕੀ ਹਾਲ ਚਾਲ ਹੈ ਲਿਬਨਾਨ 'ਚ? ਠੀਕ ਹੋ? ਹਾਂਜੀ ਵਧੀਆ ਜੀ, ਠੀਕ ਠਾਕ ਜੀ। ਵੈਰੀ ਗੁੱਡ, ਠੀਕ ਹੀ ਰਹੋ। ਹਾਂਜੀ ਹਾਂਜੀ ਹਾਂਜੀ, ਕਰਫਿਊ ਲੱਗਿਆ ਹੋਇਆ ਇੱਥੇ ਵੀ, ਸਾਰੇ ਪਸਾਰੇ ਦੁਨੀਆ 'ਚ ਲੱਗਿਆ। ਅਤੇ ਕੀ ਕਹਿਣਾ ਚਾਹੋਗੇ ਤੁਸੀਂ ਇੱਥੋਂ ਦੇ ਭੈਣ ਭਰਾਵਾਂ ਨੂੰ ਜਿਹੜੇ ਪੰਜਾਬ 'ਚ ਰਹਿੰਦੇ ਆ, ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ? ਬਸ ਜੀ, ਸਾਰੇ ਘਰੇ ਰਹਿਣ, ਬੱਚੇ ਰਹਿਣ, ਵਧੀਆ ਗੱਲ ਹੈ ਸਗੋਂ, ਇਹੀ ਬਚਾ ਹੀ, ਹੋਰ ਤਾਂ ਕੀ ਕਰ ਸਕਦੇ ਹਾਂ। ਹਾਂਜੀ, ਫਿਲਹਾਲ ਤਾਂ ਇਹੀ ਹੈ ਕਿ ਪਰਹੇਜ਼ ਜਿਹੜਾ ਉਹੀ ਰੱਖੀਏ, ਪਰਹੇਜ਼ ਹੀ ਇਲਾਜ ਹੈ, ਜਿੰਨਾ ਚਿਰ ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਸਾਰਿਆਂ। ਹਾਂਜੀ ਹਾਂਜੀ, ਬਸ ਇੱਥੇ ਇੱਕ ਦਿੱਕਤ ਇਹੀ ਹੈ ਜੀ, ਬਸ ਲੋਕ ਕੰਮ ਤੋਂ ਔਖੇ ਹੋਏ ਬੈਠੇ ਆ, ਕੰਮ ਕਾਰ ਹੈ ਨਹੀਂ ਗੇ, ਇਟਲੀ ਤੇ ਫਰਾਂਸ, ਸਪੇਨ ਤੇ ਅਮਰੀਕਾ ਵਰਗੇ ਕੰਟਰੀ ਜਿਹੜੇ ਨੇ ਉਹ ਲੋਕਡਾਊਨ ਹੋ ਗਏ, ਤੇ ਹਾਂਜੀ ਹਾਂਜੀ, ਬਟ ਇੱਥੇ ਨਾ ਫਿਰ ਰੋਟੀ ਪਾਣੀ ਦੇ ਲੋਕ ਔਖੇ ਹੋਏ ਪਏ ਨੇ, ਪੈਸਾ ਲੋਕਲ ਪ੍ਰਸ਼ਾਸਨ ਦੇ ਨੰਬਰ ਦਿੱਤੇ ਹੋਣਗੇ ਜਾਂ ਕੋਈ ਹੋਰ, ਤਾਂ ਮੇਰੇ ਖਿਆਲ 'ਚ ਮੈਡੀਕਲ ਤੇ ਰਾਸ਼ਨ ਐਮਰਜੈਂਸੀ ਤਾਂ ਪੂਰੀ ਦੁਨੀਆ 'ਚ ਚੱਲ ਹੀ ਰਹੀ ਹੈ, WHO ਵੀ ਦੇਖ ਰਹੀ ਹੈ ਜੀ ਜੀ, ਤੇ ਲੋਕਲ ਪ੍ਰਸ਼ਾਸਨ ਨਾਲ ਜੀ ਕੀਤਾ ਜਾ ਸਕਦਾ ਜੀ। ਸਰ ਇੱਕ ਰਿਕੁਐਸਟ ਸੀ ਸਰ, ਜੇ ਇੰਡੀਆ ਆਉਣਾ ਹੋਵੇ ਤੇ ਕਿੱਦਾਂ ਆਇਆ ਜਾਊਗਾ? ਹੁਣ ਤਾਂ ਫਿਰ ਫਲਾਈਟਾਂ ਵੀ ਬੰਦ ਨੇ, ਹੁਣ ਤਾਂ ਸਾਰੇ ਟ੍ਰਾਂਸਪੋਰਟੇਸ਼ਨ ਦੇ ਸਾਧਨ ਬੰਦ ਨੇ, ਹੁਣ ਤੁਸੀਂ ਆਉਣ ਦੀ ਜਲਦੀ ਨਾ ਕਰੋ, ਹਜੇ ਥੋੜਾ ਜਿਹਾ ਠੀਕ ਹੋ ਜਾਓ, ਕਿਉਂਕਿ ਸਰ ਨਾ ਮੇਰਾ ਵੀਜ਼ਾ ਐਕਸਪਾਇਰ ਹੋ ਜਾਣਾ ਆ 8 ਤਰੀਕ ਨੂੰ। ਕੋਈ ਗੱਲ ਨਹੀਂ, ਕੋਈ ਐਸੀ ਗੱਲ ਨਹੀਂ, ਉਹਦੇ ਵਿੱਚ ਤੁਹਾਨੂੰ ਛੋਟ ਮਿਲ ਜੂਗੀ, ਤੇ ਅੱਛਾ ਜੀ, ਹਾਂਜੀ ਕੋਈ ਐਸੀ ਗੱਲ ਨਹੀਂ, ਲੋਕਡਾਊਨ ਕਰਕੇ, ਕਿਉਂਕਿ ਇਹ ਵੀਜ਼ਾ ਐਕਸਪਾਇਰ ਕਰਨ ਦੇ ਵਿੱਚ ਤੁਹਾਡੀ ਕੋਈ, ਤੁਹਾਡਾ ਕੋਈ ਕਸੂਰ ਨਹੀਂ ਨਾ, ਕਿਉਂਕਿ ਮੇਰੇ ਤਾਂ ਪਹਿਲਾਂ ਟਿਕਟ ਬਣੀ ਹੋਈ ਸੀ ਨਾ 28 ਮਾਰਚ ਦੀ ਬਣੀ ਹੋਈ ਸੀ, ਬਟ ਮੈਨੂੰ ਇਹ ਨਹੀਂ ਪਤਾ ਸੀ ਬਈ ਆਹ ਚੱਕਰ ਬਣ ਜਾਣਾ ਆ। ਨਹੀਂ ਨਹੀਂ, ਬਹੁਤ ਸਾਰੇ ਬਾਈ ਜੀ ਕੈਨੇਡਾ ਅਮਰੀਕਾ ਤੋਂ ਆ ਕੇ ਇੱਥੇ ਵੀ ਸਟੱਕ ਹੋਏ ਹੋਏ ਨੇ ਪੰਜਾਬ 'ਚ,
ਜੀ ਜੀ ਪਰ ਮੈਨੂੰ ਹਰ ਰੋਜ਼ ਫੋਨ ਆਉਂਦੇ ਨੇ ਕਿ ਵੀਜ਼ਾ ਵਗੈਰਾ ਦਾ, ਉਹ ਵੀਜ਼ਾ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ, ਉਹ ਐਕਸਟੈਂਡ ਹੋ ਜਾਊਗਾ, ਅਤੇ ਕਿਉਂਕਿ ਅਚਾਨਕ ਤੋਂ ਜਿਹੜੀ ਹੈ ਇਹ ਜਿਹੜੀ ਬੰਦੀ ਕਰਨੀ ਪੈ ਗਈ, ਅਤੇ ਕੋਈ ਪ੍ਰੋਬਲਮ ਨਹੀਂ, ਫਿਲਹਾਲ ਤੁਸੀਂ ਘਰੇ ਰਹੋ, ਜੇ ਕੋਈ ਮੈਡੀਕਲ ਜਾਂ ਰਾਸ਼ਨ ਐਮਰਜੈਂਸੀ ਹੈ ਪਰਿਵਾਰ ਨੂੰ ਤਾਂ ਸਾਨੂੰ ਤੁਸੀਂ ਇਸ ਨੰਬਰ 'ਤੇ ਬਾਅਦ ਦੇ ਵਿੱਚ ਸਿੱਧਾ ਵੀ ਕਰ ਸਕਦੇ ਹੋ ਫੋਨ ਰੈਗੂਲਰ, ਜਾਂ ਫਿਰ ਵਟਸਐਪ 'ਤੇ ਮੈਸੇਜ ਵੀ ਕਰ ਸਕਦੇ। ਜੀ ਜੀ ਸਰ ਜੀ ਭਾਈ ਧੰਨਵਾਦ, ਯਾਨੀ ਬਸ ਮੈਨੂੰ ਤਾਂ ਆਹੀ ਇਕੱਲੀ ਦਿੱਕਤ, ਨਾ 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 ਕੋਈ ਪ੍ਰੋਬਲਮ, ਵੀਜ਼ੇ ਦੀ ਤੁਸੀਂ ਬਸ ਹੋਰ ਕੋਈ ਚੱਕਰ ਨਹੀਂ, ਵੀਜ਼ੇ ਦੀ ਫਿਕਰ ਨਾ ਕਰੋ। ਜੀ ਜੀ ਉਹ ਇੱਥੇ ਏਅਰਪੋਰਟ 'ਤੇ ਕੋਈ ਰੋਕ ਟੋਕ ਨਹੀਂ ਹੈਗੀ? ਨੋ 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 ਨੋ, ਕਈ ਕਹਿ ਦਿੰਦੇ ਆ ਨਾ, ਇੱਕ ਦੋ ਜਣੇ ਨੇ ਮੈਨੂੰ ਕਿਹਾ ਸੀਗਾ ਵੀ ਤੈਨੂੰ ਓਵਰ ਸਟੇ ਭਰਨੀ ਪਏਗੀ ਜਾਂ ਸਟੇ ਜਿਹੜੀ ਭਰਨੀ ਪਈ, ਪਹਿਲਾਂ ਜਦੋਂ ਨੈਚੁਰਲ ਹਾਲਾਤਾਂ ਦੇ ਵਿੱਚ, ਹੁਣ ਤਾਂ ਇੱਕ ਦੁਨੀਆ 'ਚ ਲੋਕਡਾਊਨ ਹੋ ਗਿਆ, ਤੁਹਾਡਾ ਤਾਂ ਕੋਈ ਕਸੂਰ ਨਹੀਂ, 28 ਮਾਰਚ ਵਾਲੀ ਟਿਕਟ ਦਿਖਾਓਗੇ ਜਦੋਂ, ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਹਾਂ ਤੁਸੀਂ ਤਾਂ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਜਾਣ ਵਾਸਤੇ ਵਾਪਸੀ ਦੀ ਟਿਕਟ ਲਈ ਹੋਈ ਸੀ, ਕੋਈ ਪ੍ਰੋਬਲਮ ਨਹੀਂ। ਜੀ 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 ਸਰ, ਥੈਂਕ ਯੂ ਸੋ ਮਚ ਸਰ। ਦੇਖੋ ਬਹੁਤ ਸਾਰੇ ਲੋਕਾਂ ਦੇ ਫੋਨ ਆ ਇਸ ਇਹ ਗੱਲ ਨੂੰ ਪੁੱਛਣ ਵਾਸਤੇ ਵੀ ਆ ਰਹੇ ਨੇ ਵੀ ਸਾਡੀਆਂ ਕਿਸ਼ਤਾਂ ਦਾ ਕੀ ਬਣੂਗਾ ਜੀ, ਤਾਂ ਉਹਦੇ ਵਾਸਤੇ ਮੈਂ ਪਹਿਲਾਂ ਵੀ ਦੱਸ ਚੁੱਕਿਆ, ਨਿਰਮਲਾ ਸੀਤਾਰਮਨ ਸਾਡੇ ਮਾਣਯੋਗ ਵਿੱਤ ਮੰਤਰੀ ਜੀ, ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ, ਅਤੇ ਲੋਕਡਾਊਨ ਦੌਰਾਨ ਕੋਈ ਵੀ ਜਿਹੜੀ EMI ਜਿਹੜੀ ਹੈ, ਚਾਹੇ ਮੋਟਰਸਾਈਕਲ ਦੀ ਕਿਸ਼ਤ ਹੈ, ਚਾਹੇ ਕਾਰ ਦੀ ਹੈ, ਚਾਹੇ ਹੈਲੋ ਕਿਸੇ ਹੋਰ ਚੀਜ਼ ਦੀ ਹੈ, ਅਤੇ ਉਹ ਨਹੀਂ ਆਊਗੀ, ਉਹਨੂੰ ਫਿਲਹਾਲ ਟਾਲਿਆ ਜਾਊਗਾ। ਅਗਲੀ ਅਗਲੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਗੁਰਮੇਲ ਸਿੰਘ ਬੋਲ ਰਿਹਾ ਸਿੰਗਾਪੁਰ ਤੋਂ ਸਰ, ਮੈਂ ਜੰਮੂ ਦੇ ਰਹਿਣ ਵਾਲਾ ਜੀ। ਜੀ ਸਰ, ਇੱਥੇ ਨਾ ਆਪਣਾ ਜਿੱਦਾਂ ਫਲਾਈਟ ਪਤਾ ਪੁੱਛਣਾ ਸੀਗਾ ਕਿ ਫਲਾਈਟਾਂ ਕਦੋਂ ਤੋਂ ਓਪਨ ਹੋ ਗਈਆਂ ਇੰਡੀਆ ਦੀਆਂ? ਹੈ ਜੀ ਸਰ, ਇੰਡੀਆ ਦੀ ਇੰਡੀਆ ਵਾਸਤੇ ਜੋ ਫਲਾਈਟ ਹੈ ਸਿੰਗਾਪੁਰ ਤੋਂ ਕਦੋਂ ਤੱਕ ਓਪਨ ਹੋਏਗੀ, ਕੋਈ ਜਾਣਕਾਰੀ ਹੈ ਸਰ ਇਹਦੇ ਬਾਰੇ? ਫਿਲਹਾਲ ਸਾਰੀ ਦੁਨੀਆ ਹੀ ਲੋਕਡਾਊਨ ਹੈ ਬਾਈ ਜੀ, ਤੁਸੀਂ ਫਿਲਹਾਲ ਜਿੱਥੇ ਹੈਗੇ ਹੋ ਉੱਥੇ ਰਹੋ, ਅਤੇ ਕੋਈ ਜ਼ਿਆਦਾ ਪੈਨਿਕ ਨਾ ਹੋ, ਘਬਰਾਓ ਨਾ, ਕਾਹਲੀ ਨਾ ਕਰੋ, ਅਤੇ ਜਦੋਂ ਹੀ ਓਪਨ ਹੋ ਗਈਆਂ ਫਲਾਈਟਾਂ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜੂ, ਤੁਹਾਡੀ ਗੌਰਮੈਂਟ ਆਪ ਦੱਸ ਦੂਗੀ ਤੁਹਾਨੂੰ। ਜੀ ਸਰ, ਜਿੱਦਾਂ ਇੰਡੀਆ ਮੈਂ ਕਈ ਵੈਬਸਾਈਟ 'ਤੇ ਆਪਾਂ ਪੜ੍ਹਿਆ ਸੀਗਾ ਕਿ ਕਹਿ ਰਹੇ ਕਿ 14 ਤਰੀਕ ਤੱਕ ਬੰਦ ਆ, ਉਹਦੇ ਬਾਅਦ ਓਪਨ ਹੋਊਗੀ? ਇਹ ਤਾਂ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਬਿਹੇਵੀਅਰ ਇਹਦਾ ਇਸ ਵਾਇਰਸ ਦਾ ਹੈ, ਆਪਾਂ ਤਾਂ ਇਹੀ ਦੁਆ ਕਰਦੇ ਹਾਂ ਕਿ 14 ਤਰੀਕ ਲਾਸਟ ਹੀ ਹੋਵੇ, ਅਤੇ ਉਹ ਤੋਂ ਬਾਅਦ ਸਾਰੀ ਦੁਨੀਆ ਜਿਹੜੀ ਹੈ ਰੈਗੂਲਰ ਆਪਣੇ ਕੰਮਾਂ 'ਤੇ ਚਲੀ ਜਾਵੇ, ਸਾਰਾ ਕੁਝ ਓਪਨ ਹੋ ਜਾਵੇ। ਠੀਕ ਹੈ ਸਰ, ਠੀਕ ਹੈ, ਥੈਂਕ ਯੂ ਸਰ, ਬੜੀ ਮਿਹਰਬਾਨੀ ਸਰ, ਬਹੁਤ ਵਧੀਆ ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਕੰਮ ਵੀ ਆਪਾਂ ਫੇਸਬੁੱਕ 'ਤੇ ਲਾਈਵ ਵੇਖਦੇ ਰਹਿੰਦੇ ਹਾਂ, ਯੂਟਿਊਬ 'ਤੇ, ਬਹੁਤ ਵਧੀਆ ਲੱਗਦਾ ਸਰ। ਮਿਹਰਬਾਨੀ ਮਿਹਰਬਾਨੀ, ਜੋ ਜ਼ਿੰਮੇਵਾਰੀ ਦਿੱਤੀ ਹੈ ਲੋਕਾਂ ਨੇ ਉਹ ਨਿਭਾ ਰਹੇ ਹਾਂ ਜੀ। ਥੈਂਕ ਯੂ ਸਰ, ਓਕੇ, ਸਤਿ ਸ਼੍ਰੀ ਅਕਾਲ। ਦੇਖੋ ਫਿਲਹਾਲ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕਿ ਫਲਾਈਟਾਂ ਕਦੋਂ ਸ਼ੁਰੂ ਹੋਣਗੀਆਂ ਜੀ ਜਾਂ ਕੀ ਹੈ ਜੀ। 14 ਤਾਂ ਸਾਡੀ ਜਿਹੜੀ ਲਾਸਟ ਡੇਟ ਹੈ, ਜੇ ਉਦੋਂ ਪਹਿਲਾਂ ਇਸ ਵਾਇਰਸ 'ਤੇ ਕੋਈ ਕੰਟਰੋਲ ਹੋ ਜਾਂਦਾ ਜਾਂ ਠੀਕ ਹੋ ਜਾਂਦਾ, ਤਾਂ ਹੋ ਸਕਦਾ ਉਦੋਂ ਪਹਿਲਾਂ ਵੀ ਸਰਕਾਰ ਜਿਹੜੀ ਅਨਾਊਂਸ ਕਰ ਦੇ ਕਿ ਹੁਣ ਰੈਗੂਲਰਲੀ ਤੁਸੀਂ ਜਾ ਸਕਦੇ ਹੋ। ਅਗਲੀ ਕਾਲ ਜਿਹੜੀ ਹੈ ਉਹ 'ਤੇ ਚੱਲਦੇ ਹਾਂ, ਅਤੇ ਪੈਨਿਕ ਹੋਣ ਦੀ ਫਿਲਹਾਲ ਮੇਰੇ ਖਿਆਲ 'ਚ ਨਹੀਂ ਲੋੜ ਹੈਗੀ, ਬਸ ਇਹੀ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਮੈਸੇਜ ਦਿਓ ਕਿ ਸਟੇ ਹੋਮ ਐਂਡ ਸਟੇ ਹੈਲਦੀ। ਹੈਲੋ ਹੈਲੋ ਹੈਲੋ, ਕਟਕੀ ਮਿਲਕਾ ਚੁੱਕ, ਟੈਕਨੀਕਲ ਐਰਰ ਸੀ, ਅਤੇ ਹੁਣ ਅਗਲੀ ਕਾਲ ਜਿਹੜੀ ਉਹ ਉੱਤੇ ਚੱਲਦੇ, ਕਿਉਂਕਿ ਬਹੁਤ ਸਾਰੀਆਂ ਮਿਸ ਕਾਲਾਂ ਪਈਆਂ ਹੁੰਦੀਆਂ ਨੇ ਵਿੱਚ, ਤਾਂ ਅਸੀਂ ਬੈਕ ਕਾਲ ਕਰ ਲੈਂਦੇ ਹੁੰਦੇ ਹਾਂ, ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਬੰਦਾ ਅਨਅਟੈਂਡਡ ਜਿਹੜਾ ਉਹ ਰਹੇ, ਕਿਉਂਕਿ ਕੋਈ ਪਤਾ ਨਹੀਂ ਕੌਣ ਬੰਦਾ ਕੋਈ ਵਧੀਆ ਸੁਝਾਅ ਦੇ ਸਕਦਾ ਜਾਂ ਸੁਨੇਹਾ ਦੇ ਸਕਦਾ ਜਾਂ ਕਿਸ ਕੋਈ ਬੰਦਾ ਐਮਰਜੈਂਸੀ 'ਚ ਹੋਵੇ। ਸੋ ਤੁਹਾਡੇ ਨਾਲ ਹਾਂ, ਤੁਹਾਡੇ ਵਰਗੇ ਹਾਂ, ਤੁਹਾਡੇ ਵਰਗੀ ਰਵਾਂਗੇ, ਐਂ ਰਵਾਂਗੇ, ਅਤੇ ਇੱਕ ਵਾਰੀ ਫੇਰ ਬੇਨਤੀ ਹੈ ਜਿਹੜੀ ਆਪਣੀ ਸਾਰੀ ਇਸ ਕਨਵਰਸੇਸ਼ਨ 'ਚੋਂ ਨਿਕਲ ਕੇ ਆ ਰਹੀ ਹੈ ਕਿ ਘਰ ਹੀ ਰਹੋ, ਫਿਲਹਾਲ ਘਰ ਹੀ ਜਿਹੜਾ ਉਹ ਸਭ ਤੋਂ ਸੇਫੈਸਟ ਜਗ੍ਹਾ ਹੈ। ਜੇ ਘਰੋਂ ਬਾਹਰ ਜਾਓਗੇ ਤਾਂ ਜਾਂ ਕਿਸੇ ਨੂੰ ਜਾਂ ਆਪ ਨੂੰ ਬਿਮਾਰੀ ਦੇ ਕੇ ਜਾਂ ਲੈ ਕੇ ਆਓਗੇ, ਫਿਰ ਜਿਹੜਾ ਕਿ ਬਹੁਤ ਤੁਹਾਡੇ ਲਈ ਦੁਖਦਾਇਕ ਹੋ ਜਾਊਗਾ। ਸੋ ਅਸੀਂ ਨਹੀਂ ਚਾਹੁੰਦੇ ਕੋਈ ਕੋਈ ਵੀ ਪਰਿਵਾਰ ਇਸ ਮਹਾਂਮਾਰੀ ਦਾ ਦੀ ਚਪੇਟ ਦੇ ਵਿੱਚ ਆਵੇ। ਅਗਲੀ ਕਾਲ ਜਿਹੜੀ ਹੈ ਉਹ ਚੱਲਦੀ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਬਾਈ, ਮੈਂ ਹਰਪ੍ਰੀਤ ਬੋਲ ਰਿਹਾ ਮੁਕਤਸਰ ਤੋਂ, ਮਾਸਟਰ ਜੀ। ਜੀ ਹਰਪ੍ਰੀਤ ਜੀ, ਹਾਂਜੀ, ਹੋਰ ਠੀਕ ਠਾਕ ਜੀ? ਬਿਲਕੁਲ ਠੀਕ ਹੈ ਜੀ।
ਸਿਹਤਾਂ ਵਧੀਆ ਜੀ? ਹੈਲੋ, ਸਿਹਤਾਂ ਠੀਕ ਠਾਕ? ਵਧੀਆ, ਬਿਲਕੁਲ ਠੀਕ ਨੇ, ਬਿਲਕੁਲ ਠੀਕ ਨੇ। ਠੀਕ ਹੈ ਭਾਜੀ, ਬਾਈ ਨਾ ਸੁਜੈਸ਼ਨ ਹੈਗੀਆਂ ਇੱਕ ਦੋ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਜੇ ਪਹੁੰਚ ਜਾਣ ਤਾਂ? ਹਾਂ ਹਾਂ ਬਿਲਕੁਲ। ਇਹਨਾਂ ਜੀ ਜਿਵੇਂ ਹੁਣ ਕੋਰੋਨਾ ਵਾਇਰਸ ਦੀ ਜਿਹੜੀ ਪ੍ਰੋਬਲਮ ਆ, ਐਜ਼ ਏ ਸਾਇੰਸ ਟੀਚਰ ਜਾਂ ਜੋ ਵੀ ਤੁਸੀਂ ਕਹਿ ਸਕਦੇ ਹੋ ਪੜ੍ਹਿਆ ਹੋਣ ਕਰਕੇ, ਮੈਂ ਜਿਹੜੀ ਗੱਲ ਸਮਝਦਾ ਵੀ ਇਹ ਨਾ ਇਮਿਊਨਿਟੀ ਸਿਸਟਮ ਨਾਲ ਬੇਸਡ ਆ ਸਾਰੀ। ਇਮਿਊਨਿਟੀ ਬੰਦੇ ਦੀ ਜੇਕਰ ਸਟਰੋਂਗ ਹੋਊਗੀ ਤਾਂ ਉਹ ਅੱਗੇ ਦੀ ਅੱਗੇ ਮਤਲਬ ਕਿਸੇ ਵੀ ਬਿਮਾਰੀ ਨਾਲ ਲੜ ਸਕੂਗਾ। ਤਾਂ ਚਲੋ ਛੋਟੀ ਚੀਜ਼ ਹੈਗੀ ਹੈ, ਜੋ ਵੀ ਹੈ ਵੱਡੀ ਜੀ ਛੋਟੀ ਹੈ, ਹਰੇਕ ਦੇ ਲਈ ਇਮਿਊਨਿਟੀ ਤਾਂ ਜ਼ਰੂਰੀ ਹੈ। ਇਹਦੇ ਲਈ ਹੁਣ ਜਿਵੇਂ ਆਪਣਾ ਪੋਲਟਰੀ ਸਿਸਟਮ ਆ ਜੀ ਸਾਰਾ, ਇਹ ਮਤਲਬ ਇੱਕ ਤਰ੍ਹਾਂ ਦਾ ਸਹਿਮ ਦੇ ਨਾਲ ਬੰਦ ਹੋ ਗਿਆ, ਜਦੋਂ ਕਿ ਇਸ ਟਾਈਮ ਦੇ ਵਿੱਚ ਬੰਦੇ ਨੂੰ ਚੰਗੀ ਖੁਰਾਕ ਦੀ ਬਹੁਤ ਜ਼ਰੂਰਤ, ਤੇ ਉਹਦੇ ਪੱਖੋਂ ਆਪਾਂ ਇਹਨੂੰ ਵਿਹਲਾ ਕਰੀ ਜਾਂਦੇ ਹਾਂ ਜੀ ਲੋਕਾਂ ਨੂੰ। ਤੇ ਜੇਕਰ ਮਤਲਬ ਪੰਜਾਬ ਸਰਕਾਰ ਲੋਕਾਂ ਦੇ ਮਨ 'ਚ ਇਹ ਡਰ ਕੱਢ ਦੇ ਵੀ ਮਤਲਬ ਚਿਕਨ ਨਾਲ ਪੋਲਟਰੀ ਨਾਲ ਇਹਦਾ ਕੋਈ ਕਨੈਕਸ਼ਨ ਨਹੀਂ ਗਾ, ਤੇ ਦੋਨੇ ਫੈਕਟਰ ਹੀ ਮਤਲਬ ਕੰਮ ਕਰਨਗੇ, ਨਾਲੇ ਤਾਂ ਪੋਲਟਰੀ ਵਾਲਿਆਂ ਦਾ ਕੰਮ ਜਿਹੜਾ ਜਮਾਂ ਬੰਦ ਹੋ ਗਿਆ, ਵਿਚਾਰਿਆਂ ਨੇ ਛੱਡ ਤੇ। ਇੱਥੇ ਸਾਡੇ ਵਾਲੇ ਪਾਸੇ ਮੁਕਤਸਰ ਨਹਿਰਾਂ ਦੇ ਉੱਤੇ ਉਹ ਆਪਦੇ ਜਿਹੜੇ ਬਰਡ ਸੀਗੇ ਛੱਡ ਲਏ, ਕਿਉਂਕਿ ਉਹਨਾਂ ਕੋਲ ਖਾਣ ਨੂੰ ਕੁਛ ਨਹੀਂ ਗਾ ਜੀ। ਤੇ ਇੱਕ ਤਾਂ ਇਹ ਜ਼ਰੂਰੀ ਹੈ ਜੀ। ਦੂਜੀ ਗੱਲ ਹੈਗੀ ਹੈ ਨਾ, ਇੱਕ ਡਾਕਟਰ ਵਿਸ਼ਵਾਰੂਪ ਚੌਧਰੀ ਆ, ਉਹਦੀਆਂ ਕਾਫੀ ਵੀਡੀਓ ਵਾਇਰਲ ਵੀ ਹੋਈਆਂ ਹੈਗੀਆਂ ਯੂਟਿਊਬ ਤੇ ਵੀ, ਤੇ ਉਹ ਕਹਿੰਦਾ ਹੈਗਾ ਵੀ ਮੈਂ ਮਤਲਬ ਮੈਨੂੰ ਕੋਰੋਨਾ ਪੇਸ਼ੈਂਟ ਦੇ ਦਿਓ, ਮੈਂ 3 ਦਿਨਾਂ ਦੇ ਵਿੱਚ ਠੀਕ ਕਰ ਦੂੰ ਇਹਨੂੰ। ਤੇ ਉਹ ਨਾਲ ਮਤਲਬ ਮਿਨਿਸਟਰ ਦਾ ਨਾਮ ਵੀ ਲੈ ਰਿਹਾ ਵੀ ਮੈਂ ਹਰਸ਼ਵਰਧਨ ਜੀ ਨੂੰ ਮਿਲ ਕੇ ਆਇਆ, ਉਹਨਾਂ ਨੂੰ ਕਹਿ ਕੇ ਆਇਆ ਵੀ ਮੈਂ ਇਹਨੂੰ ਕੋਈ ਕੋਰੋਨਾ ਪੇਸ਼ੈਂਟ ਦੇ ਦਿਓ, ਮੈਂ 3 ਦਿਨਾਂ ਦੇ ਵਿੱਚ ਠੀਕ ਕਰ ਦੂੰ। ਉਹਦੇ ਲਈ ਵੀ ਮਨ 'ਚ ਮਤਲਬ ਲੋਕਾਂ ਦੇ 'ਚ ਮੇਰੇ ਵੀ ਹੈਗੀ ਆ, ਜਿੰਨਿਆਂ ਨਾਲ ਵੀ ਮਤਲਬ ਗਰੁੱਪਾਂ ਦੇ ਵਿੱਚ ਵੀਡੀਓ ਨੇ, ਕਨਫਿਊਜ਼ਨ ਆ ਵੀ ਉਹ ਕਿਉਂ ਨਹੀਂ ਜਾਂਦਾ। ਜੇਕਰ ਉਹ ਬੰਦਾ ਗਲਤ ਆ ਤਾਂ ਉਹ ਕਿਉਂਕਿ ਮਿਨਿਸਟਰ ਦਾ ਨਾਮ ਲੈ ਰਿਹਾ ਹੈਗਾ, ਸ਼ਰੇਆਮ ਮੈਂ ਮਿਲ ਕੇ ਆਇਆ, ਉਹਦੇ 'ਤੇ ਕੋਈ ਕਾਰਵਾਈ ਕਰੋ, ਉਹ ਮਿਸਕਨ ਕਨਫਿਊਜ਼ਨ ਫੈਲਾ ਰਿਹਾ ਹੈਗਾ ਲੋਕਾਂ 'ਤੇ। ਜੇਕਰ ਜੇ ਸਹੀ ਆ ਤਾਂ ਫਿਰ ਉਹਦਾ ਟ੍ਰਾਇਲ ਲੈ ਲੈਣਾ ਚਾਹੀਦਾ, ਵੀ ਹੋ ਸਕਦਾ ਕੋਈ ਉਹਦਾ ਆਯੁਰਵੈਦਿਕ ਜਾਂ ਕੋਈ ਉਹਦੇ 'ਚ ਨੈਚੁਰੋਪੈਥੀ ਦੇ ਨਾਲ ਉਹ ਠੀਕ ਕਰ ਸਕਦਾ ਹੋਵੇ ਲੋਕਾਂ ਨੂੰ। ਦੇਖੋ ਬਾਈ ਜੀ, ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਚੱਲਦੀਆਂ ਨੇ, ਤੁਹਾਡੇ ਦੋਨੇ ਸਵਾਲ ਬਹੁਤ ਜੈਨੂਅਨ ਨੇ ਕਿ ਇਮਿਊਨ ਸਿਸਟਮ ਜਿਹੜਾ ਉਹ ਲੜਾਈ ਬਿਮਾਰੀ ਨਾਲ ਲੜਨ ਵਾਸਤੇ, ਜੇ ਇਮਿਊਨ ਸਿਸਟਮ ਵਧੀਆ ਹੋਊਗਾ ਤਾਂ ਲੋਕ ਕੈਂਸਰ ਤੋਂ ਵੀ ਠੀਕ ਹੋਏ ਨੇ, ਲੋਕ ਕੈਂਸਰ ਦੀ ਤੀਜੀ ਸਟੇਜ ਤੋਂ ਵੀ ਵਾਪਸ ਆਏ ਨੇ, ਕਿਉਂਕਿ ਇਮਿਊਨ ਸਿਸਟਮ ਉਹਨਾਂ ਦਾ ਤਕੜਾ ਸੀ, ਅਤੇ ਉਹਦੇ ਵਾਸਤੇ ਚੰਗੀ ਖੁਰਾਕ ਦੀ ਲੋੜ ਹੈ। ਅਤੇ ਨੰਬਰ 2 'ਤੇ ਜਿੱਥੇ ਤੱਕ ਆਹ ਤੁਹਾਡਾ ਸਵਾਲ ਹੈ, ਇਹਦੇ ਵਾਸਤੇ ਬਾਈ ਜੀ ਹਜੇ ਤੱਕ ਕੋਈ ਮਤਲਬ ਵਰਲਡ WHO ਵੱਲੋਂ ਵੀ ਕੋਈ ਇੱਦਾਂ ਦਾ ਵੈਕਸੀਨ ਜਾਂ ਕੋਈ ਇੱਦਾਂ ਦਾ ਰਿਕਮੈਂਡ ਨਹੀਂ ਕੀਤਾ ਗਿਆ ਕਿ ਜਿਹੜਾ ਕੋਈ ਇਹਦਾ ਵੈਕਸੀਨ ਹੈ ਜਾਂ ਇਹਦਾ ਕੋਈ ਇਲਾਜ ਹੈ ਪ੍ਰੋਪਰ, ਬਸ ਇਹਦਾ ਇਲਾਜ ਤਾਂ ਪਰਹੇਜ ਹੀ ਹੈ। ਸੋ ਇਸ ਕਰਕੇ ਆਪਾਂ ਇੱਦਾਂ ਕਿਸੇ ਦੇ ਕਹਿਣ 'ਤੇ, ਹੋ ਸਕਦਾ ਉਹ ਸਹੀ ਹੋਵੇ, ਮੈਂ ਉਹਨੂੰ ਗਲਤ ਨਹੀਂ ਠਹਿਰਾ ਰਿਹਾ, ਪਰ ਹਾਂਜੀ ਬਿਨਾਂ ਕਿਸੇ ਸਾਇੰਟੀਫਿਕ ਪ੍ਰੂਫ ਤੋਂ ਆਪਾਂ ਲਾਅ ਨਹੀਂ ਕਰ ਸਕਦੇ, ਗੌਰਮੈਂਟ ਵੀ ਲਾਅ ਨਹੀਂ ਕਰ ਸਕਦੀ। ਸੋ ਹੋ ਸਕਦਾ ਉਹ ਇਸ ਵਕਤ ਇਲਾਜ ਕਰ ਰਿਹਾ ਹੋਵੇ ਬਹੁਤ ਸਾਰੇ ਮਰੀਜ਼ਾਂ ਦਾ, ਬਾਅਦ 'ਚ ਹੋਊਗਾ, ਪਰ ਹਜੇ ਤੱਕ ਇਹਦੀ ਕੋਈ ਵੈਕਸੀਨ ਬਣੀ ਨਹੀਂ ਬਾਈ ਆਫੀਸ਼ਲ। ਇਹ ਤਾਂ ਗੱਲ ਹੈ ਜੀ ਬਿਲਕੁਲ, ਇਹ ਮੈਡੀਸਨ ਜਿਹੜੀ ਹੈਗੀ ਹੈ ਜੀ ਐਲੋਪੈਥੀ ਦੇ ਵਿੱਚ ਇਹ ਚੀਜ਼ ਤਾਂ ਹੈ ਨਹੀਂ, ਉਹ ਜਸਟ ਉਹ ਕਿਉਂਕਿ ਨੈਚੁਰੋਪੈਥਿਸਟ ਆ ਉਹ ਮਤਲਬ ਗੱਲਾਂ ਜੀ ਜਨਰਲੀ ਇਹ ਕਹਿੰਦਾ ਹੈਗਾ, ਕਹਿੰਦਾ ਕੋਕੋਨਟ ਜੂਸ ਪੀ ਲਓ, ਮਸਾਮੀ ਜੂਸ ਜਾਂ ਮਤਲਬ ਇਸ ਤਰ੍ਹਾਂ ਦਾ ਜੂਸ ਫਲੂਡ 'ਤੇ ਕਰ ਦਿਓ, ਜਿਹੜੀ ਉਹਦੀਆਂ ਮੈਂ ਵੀਡੀਓ ਦੇ ਉੱਤੇ ਕਹਿੰਦਾ। ਪਤਾ ਕੀ ਹੈ, ਹਾਂਜੀ ਹਾਂਜੀ, ਜੇ ਕੋਕੋਨਟ ਜਾਂ ਮਸੰਮੀ ਦੇ ਜੂਸ ਨਾਲ ਇਹ ਵਾਇਰਸ ਹਟਦਾ ਹੋ ਤਾਂ ਤੁਹਾਨੂੰ ਲੱਗਦਾ ਕਿ ਅਮਰੀਕਾ, ਇਟਲੀ, ਸਪੇਨ ਵਰਗੇ ਕੰਟਰੀ ਜਿਹੜੇ ਨੇ ਉਹਨਾਂ ਕੋਲ ਕੋਕੋਨਟ ਦੀ ਜਾਂ ਜੂਸ ਦੀ ਕਿਸੇ ਕਿਸਮ ਦੀ ਕਮੀ ਹੋਊਗੀ? ਨਹੀਂ ਨਹੀਂ ਬਿਲਕੁਲ, ਮੈਂ ਤੁਹਾਡੀ ਗੱਲ ਸਮਝਦਾ ਜੀ ਬਿਲਕੁਲ। ਜਿਹੜੇ ਹੈਲਥ ਦੇ ਵਿੱਚ ਟੌਪ 5 'ਚ ਆਉਂਦੇ ਨੇ ਉਹ ਕੰਟਰੀ ਨਹੀਂ ਕੰਟਰੋਲ ਕਰ ਪਾ ਰਹੇ, ਇਹਦਾ ਮਤਲਬ ਤਾਂ ਕਿਤੇ ਨਾ ਕਿਤੇ ਹਜੇ ਕੋਈ ਆਫੀਸ਼ੀਅਲ ਵੈਕਸੀਨ ਬਣੀ ਨਹੀਂ। ਇਹ ਤਾਂ ਗੱਲ ਹੈਗੀ ਹੈ ਜੀ ਬਿਲਕੁਲ, ਵੈਕਸੀਨੇਸ਼ਨ ਤਾਂ ਹੈ ਨਹੀਂ ਇਹਦੇ 'ਚ ਐਲੋਪੈਥੀ ਦੇ ਵਿੱਚ ਤਾਂ, ਪਰ ਗੱਲ ਪਤਾ ਕੀ ਹੈ ਜੀ, ਉਹ ਸ਼ਰੇਆਮ ਕਹਿ ਰਿਹਾ ਵੀ ਮੈਂ ਮਿਨਿਸਟਰ ਨੂੰ ਮਿਲ ਕੇ ਆਇਆ, ਮੈਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਆਇਆ, ਮਿਲ ਕੇ ਤਾਂ ਸਾਰੇ ਮੈਂ ਵੀ ਮਿਲ ਕੇ ਆਇਆ, ਮੈਨੂੰ ਵੀ ਉਹਨਾਂ ਇਹੀ ਗੱਲ ਦੱਸੀ ਹੈ ਵੀ ਆਪਾਂ ਗ੍ਰੇਡ 2 ਤੇ ਆ, ਆਪਾਂ ਗ੍ਰੇਡ 3 ਤੇ ਜਾਣ ਤੋਂ ਰੋਕ ਸਕਦੇ ਹਾਂ ਲੋਕਡਾਊਨ ਦੁਆਰਾ ਬਸ। ਹਾਂਜੀ, ਸੋ ਐਂ ਤਾਂ ਕੋਈ ਕਹਿੰਦਾ, ਸਾਡੇ ਪਿੰਡ ਵਾਲਾ ਕਹਿੰਦਾ ਮੈਂ ਥੋੜਾ ਪਾਉਣਾ ਲੈ ਤੁਸੀਂ ਕੋਈ ਉਹ ਜਿਹੜਾ ਆਪਣਾ ਨਿਜ਼ਾਮੂਦੀਨ ਧਾਰਮਿਕ ਇਕੱਠ ਹੋਇਆ, ਹਾਂਜੀ ਹਾਂਜੀ, ਉਹ ਕਹਿੰਦਾ ਸੀ ਕੁਛ ਨਹੀਂ ਹੁੰਦਾ, ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਸੀਗੇ ਵੀ ਹੁੰਮ ਹੁੰਮਾ ਕੇ ਪਹੁੰਚੋ, ਹੋਲੇ ਮਹੱਲੇ 'ਤੇ ਕੁਛ ਨਹੀਂ ਹੁੰਦਾ, ਅਤੇ ਸਭ ਤੋਂ ਪਹਿਲੀ ਮੌਤ ਹੀ ਹੋਲੇ ਮਹੱਲੇ ਵਾਲੀ ਦੀ ਹੋਈ ਹੈ। ਹਾਂਜੀ ਹਾਂਜੀ, ਇਹ ਗੱਲ ਹੈ, ਮਤਲਬ ਇਹ ਹੈ ਵੀ ਇਸ ਤਰ੍ਹਾਂ ਮੈਂ ਕਹਿੰਦਾ ਭੜਕਾਹਟ ਅਫਵਾਹਾਂ ਜਾਂ ਇਸ ਤਰ੍ਹਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਫਿਲਹਾਲ, ਜਿੰਨਾ ਚਿਰ ਸਰਕਾਰ ਕੋਈ ਅਗਲਾ ਆਰਡਰ ਨਹੀਂ ਦਿੰਦੀ। ਓਕੇ ਸਰ, ਠੀਕ ਹੈ ਭਾਈ, ਸਤਿ ਸ਼੍ਰੀ ਅਕਾਲ।
ਦੇਖੋ ਮੈਂ ਅਸੀਂ ਕਿਸੇ ਦੇ ਵਿਰੁੱਧ ਨਹੀਂ ਹੈਗੇ, ਪਰ ਇਹ ਹੈ ਵੀ ਫਿਲਹਾਲ ਜਿੰਨਾ ਚਿਰ ਆਫੀਸ਼ਲੀ ਕੁਛ ਨਹੀਂ ਮਿਲਦਾ ਆਪਾਂ ਨੂੰ ਦਵਾਈ ਜਾਂ ਕੋਈ ਕਨਫਰਮ ਵੈਕਸੀਨ, ਤਾਂ ਅਫਵਾਹਾਂ 'ਤੇ ਯਕੀਨ ਨਾ ਕਰੇ। ਅਗਲੀ ਕਾਲ 'ਤੇ ਚੱਲਦੇ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਮੈਂ ਹੈਪੀ ਗੱਲ ਕਰ ਰਿਹਾ ਜੀ। ਹੈਲੋ ਹੈਲੋ ਹਾਂਜੀ ਭਾਅ ਜੀ। ਹਾਂਜੀ ਹਾਂਜੀ ਬੋਲੋ ਭਾਅ ਜੀ। ਭਾਅ ਜੀ ਹੈਪੀ ਗੱਲ ਕਰ ਰਿਹਾ ਨਾਇਗਰਾ ਫਾਲ ਤੋਂ, ਕੈਨੇਡਾ ਤੋਂ। ਜੀ ਜੀ ਬੋਲੋ ਜੀ। ਹਾਂਜੀ ਹਾਂਜੀ ਹੈਲੋ ਭਾਅ ਜੀ, ਤੁਹਾਡੀ ਬੋਲੋ ਬੋਲੋ ਆਵਾਜ਼ ਆ ਰਹੀ ਹੈ ਮੈਨੂੰ ਆਵਾਜ਼। ਹਾਂਜੀ ਹਾਂਜੀ ਮੈਨੂੰ ਹੁਣ ਪਹੁੰਚੀ। ਹਾਂਜੀ ਭਾਜੀ ਮੇਰੇ ਨਾ ਇੱਕ ਦੋ ਕੁ ਗੱਲਾਂ ਸੀਗੀਆਂ ਜੋ ਦੱਸਣਾ ਚਾਹੁੰਦਾ ਸੀ ਮੈਂ। ਮੇਰਾ ਪਿੰਡ ਜੀ, ਇੱਕ ਤਾਂ ਮੇਰਾ ਪਿੰਡ ਹੈ ਧਲੇਰ ਕਲਾਂ, ਤੁਹਾਡੇ ਸੰਗਰੂਰ ਚ ਪੈਂਦਾ। ਬਿਲਕੁਲ ਜੀ। ਹਾਂਜੀ ਭਾਜੀ, ਭਾਜੀ ਇੱਕ ਤਾਂ ਨਾ ਆਪਣੇ ਜਿਹੜੇ ਲੋਕ ਥੋੜਾ ਜਿਹਾ ਗੱਲਾਂ ਸੁਣੀਆਂ ਸੁਣਾਈਆਂ ਤੇ ਜ਼ਿਆਦਾ ਅਮਲ ਕਰਦੇ ਆ, ਤੇ ਹਨਾ ਉਹ ਥੋੜੀਆਂ ਜਿਹੀਆਂ ਰੁਕਣੀਆਂ ਚਾਹੀਦੀਆਂ। ਤੁਹਾਡੇ ਕੋਲ ਤਾਂ ਬਹੁਤ ਵਧੀਆ ਮਾਧਿਅਮ ਹੈ ਜਿੰਨਾ ਤੁਸੀਂ ਲੋਕਾਂ ਨੂੰ ਹਨਾ ਪ੍ਰੇਰਿਤ ਕਰ ਸਕਦੇ ਆ। ਤੇ ਦੂਜਾ ਭਾਜੀ ਨਾ ਇੱਕ ਮੇਰੀ ਸਮਝ ਚ ਜਿੱਦਾਂ ਅਸੀਂ ਹੁਣ ਇੱਥੇ ਵੀ ਆਪਾਂ ਦੇਖਦੇ ਹਾਂ ਤਾਂ ਹੋਰ ਵੀ ਦੁਨੀਆਂ ਦਾ ਦੇਖਦੇ ਹਾਂ, ਤੇ ਇੱਕ ਮੇਰੇ ਫਰੈਂਡ ਨੇ ਜਰਮਨ ਦੇ ਡਾਕਟਰ ਨੇ, ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ, ਤੇ ਲੋਕ ਨਾ ਤੇ ਲੋਕ ਵੀ ਤੇ ਆਪਣੇ ਸਰਕਾਰੀ ਅਦਾਰੇ ਵੀ ਨਾ ਗਲਤ ਪਾਸੇ ਨੂੰ ਕੁਛ ਜ਼ਿਆਦਾ ਮੋਟੀਵੇਸ਼ਨ ਦੇ ਰਹੇ ਨੇ ਲੋਕਾਂ ਨੂੰ, ਲਾਈਕ ਜਿੱਦਾਂ ਪਿੰਡਾਂ 'ਚ ਸੈਨੇਟਾਈਜ਼ਰ ਦਾ ਯੂਜ਼ ਕਰ ਰਹੇ ਨੇ, ਮਤਲਬ ਸਪਰੇਹਾਂ ਕਰ ਰਹੇ ਨੇ ਰੂੜੀਆਂ ਤੇ ਏਦਾਂ ਉਦਾਂ, ਕਿ ਜਿੱਥੇ ਕਿ ਉਹਨਾਂ ਨੂੰ ਜ਼ੋਰ ਦੇਣਾ ਚਾਹੀਦਾ ਲੋਕਾਂ ਤੱਕ ਫੂਡ ਪ੍ਰੋਵਾਈਡ ਕਰਵਾਉਣ ਦਾ ਹਨਾ, ਤੇ ਲਾਈਕ ਜਿੱਦਾਂ ਛੋਟੀਆਂ ਛੋਟੀਆਂ ਸਹੂਲਤਾਂ ਪਿੰਡਾਂ 'ਚ, ਡਾਕਟਰੀ ਸਹੂਲਤਾਂ ਨਹੀਂ ਹੈਗੀਆਂ। ਤੇ ਇੱਕ ਹੋਰ ਬਹੁਤ ਜ਼ਰੂਰੀ ਗੱਲ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ, ਆਪਣੇ ਨਾ ਪਿੰਡਾਂ 'ਚ ਤੁਹਾਨੂੰ ਵੀ ਪਤਾ ਜਿਹੜੇ ਬਜ਼ੁਰਗ ਨੇ ਕਾਫੀ ਪੁਰਾਣੇ ਨਸ਼ੇ ਖਾਂਦੇ ਆ, ਜਿੱਦਾਂ ਕੁਛ ਵੀ ਖਾਂਦੇ ਆ ਹਨਾ, ਉਹ ਜਿਹੜੇ ਗੋਲੀਆਂ ਤੇ ਲੱਗੇ ਹੋਏ ਸੀਗੇ ਹੁਣ ਜਿੱਦਾਂ ਨਸ਼ਾ ਛਡਾਊ ਗੋਲੀਆਂ ਤੇ, ਤੇ ਉਹ ਵੀ ਜਿੱਦਾਂ ਫਰੈਂਡਸ ਨਾਲ ਹੋਰ ਨਾ ਯਾਰਾਂ ਦੋਸਤਾਂ ਨਾਲ ਗੱਲ ਹੁੰਦੀ ਆ ਉੱਥੋਂ ਪਤਾ ਲੱਗਦਾ, ਜਿਹੜੀ ਉਹ ਗੋਲੀਆਂ ਸੀਗੀਆਂ 75 ਰੁਪਏ ਦਾ ਉਹਨਾਂ ਦਾ ਇੱਕ ਪੱਤਾ ਮਿਲਦਾ ਸੀਗਾ, ਡਾਕਟਰ ਦੀ ਪ੍ਰਿਸਕ੍ਰਿਪਸ਼ਨ ਲੈਣੀ ਪੈਂਦੀ ਆ, ਉਹਦਾ ਕੁਛ ਹੈਗਾ ਰੂਲ ਜਾ। ਤੇ ਉਹ ਭਾਜੀ ਹੁਣ ਨਾ 400 ਰੁਪਏ ਐਕਸਟਰਾ 75 ਦੇ ਉੱਤੋਂ ਦੀ ਲੈ ਰਹੇ ਨੇ, ਤੇ ਲੋਕਾਂ ਨਾਲ ਬੜੀ ਠੱਗੀ ਜਿਹੀ ਵਾਲੀ ਗੱਲ ਹੋ ਰਹੀ ਹੈ, ਤੇ ਉੱਤੋਂ ਦੀ ਮਿਲ ਨਹੀਂ ਰਹੀ, ਤੇ ਤੁਹਾਨੂੰ ਪਤਾ ਹੈ ਬਜ਼ੁਰਗ ਤਾਂ ਸਰਮਾਇਆ ਨੇ ਆਪਣੇ ਪਿੰਡਾਂ ਦੇ, ਉਹਨਾਂ ਦਾ ਵੀ ਥੋੜਾ ਜਿਹਾ ਕੁਛ ਜੇ ਕਿਤੇ ਤੁਸੀਂ ਡਾਕਟਰ ਨਾਲ ਜਾਂ ਕਿਤੇ ਸਲਾਹ ਦੇ ਸਕਦੇ ਹੋ। ਦੇਖੋ ਬਾਈ ਜੀ, ਇਸ ਵਕਤ ਆਪਾਂ ਜਿਸ ਪਲੇਟਫਾਰਮ ਤੇ ਗੱਲ ਕਰ ਰਹੇ ਹਾਂ, ਜਿੰਨੀ ਗੱਲ ਤੁਸੀਂ ਕੀਤੀ ਹੈ ਉਹ ਸਾਰੀ ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਸੁਣ ਲਈ ਹੋਣੀ। ਇਸ ਮੌਕੇ ਤੇ, ਸੰਕਟ ਦੇ ਮੌਕੇ ਤੇ, ਜਿਹੜਾ ਜਿੱਥੇ ਵੀ ਭਾਵੇਂ ਇੰਡੀਆ 'ਚ ਹੈ, ਭਾਵੇਂ ਉਹ ਕੁਵੈਤ 'ਚ ਹੈ, ਭਾਵੇਂ ਸਾਊਦੀ ਅਰਬ 'ਚ ਹੈ, ਭਾਵੇਂ ਇੰਗਲੈਂਡ 'ਚ ਹੈ, ਜਿੱਥੇ ਵੀ ਜੇ ਕੋਈ ਇਸ ਵਕਤ ਕੋਈ ਮੁਨਾਫਾ ਕਮਾਉਣ ਦੀ ਗੱਲ ਸੋਚੂਗਾ, ਤਾਂ ਮੇਰੇ ਖਿਆਲ 'ਚ ਇਨਸਾਨੀਅਤ ਤੋਂ ਇਸ ਤੋਂ ਜ਼ਿਆਦਾ ਗਿਰ ਕੇ ਕੋਈ ਗੱਲ ਨਹੀਂ ਹੋਊਗੀ। ਹੁਣ ਤਾਂ ਬਲਕਿ ਮੌਕਾ ਇਹ ਹੈ ਕਿ ਆਪਣੇ ਜਿਹਦਾ ਸਰਦਾ ਪੁੱਜਦਾ, ਜਿਹਦੇ ਕੋਲ ਹੈਗੇ ਨੇ ਦਾਣੇ ਪਰਮਾਤਮਾ ਨੇ ਦਿੱਤੇ ਨੇ, ਉਹ ਉਹਦੇ ਘਰ ਦਾਣੇ ਪਹੁੰਚਾ ਕੇ ਆਵੇ, ਰਾਸ਼ਨ ਪਹੁੰਚਾ ਕੇ ਆਵੇ, ਜਿਹਨੂੰ ਪਰਮਾਤਮਾ ਨੇ ਨਹੀਂ ਦਿੱਤੇ, ਜਿਹੜੇ ਰੋਜ਼ ਕਮਾ ਕੇ ਰੋਜ਼ ਹੀ ਖਾਂਦੇ ਨੇ। ਸੋ ਆਹ ਜੇ ਗੋਲੀਆਂ ਵਾਲੇ ਜਾਂ ਮੈਡੀਕਲ ਵਾਲੇ ਜਾਂ ਕੋਈ ਰਾਸ਼ਨ ਵਾਲੇ, ਮਤਲਬ ਜੇ ਹੁਣ ਜਮ੍ਹਾਂਖੋਰੀ ਕਰਕੇ ਅਤੇ ਚੀਜ਼ਾਂ ਦੇ ਰੇਟ ਵਧਾ ਕੇ ਇਹਦੇ ਵਿੱਚੋਂ ਫਾਇਦਾ ਦੇਖਦੇ ਨੇ, ਤਾਂ ਫਿਰ ਕੱਲ੍ਹ ਨੂੰ ਫਿਰ ਉਹਨਾਂ ਦੇ ਬੱਚਿਆਂ 'ਤੇ ਕੋਈ ਆਫਤ ਆਊਗੀ, ਤਾਂ ਫਿਰ ਉਹ ਉਮੀਦ ਨਾ ਕਰਨ ਕਿਸੇ ਤੋਂ ਫਿਰ ਵੀ ਇਨਸਾਨੀਅਤ ਦੇ ਨਾਤੇ ਸਾਡੀ ਹੈਲਪ ਕੀਤੀ ਹੈ। ਬਿਲਕੁਲ ਬਿਲਕੁਲ, ਸੁਣੀਆਂ ਸੁਣਾਈਆਂ ਗੱਲਾਂ 'ਤੇ ਕੁਛ ਲੋਕ ਜ਼ਿਆਦਾ ਵੀ ਵਿਸ਼ਵਾਸ ਕਰਦੇ ਆ, ਪਰ ਮਤਲਬ ਇਹ ਜੈਨੂਅਨ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਅਤੇ ਬਾਕੀ ਨਾ ਭਾਜੀ ਨਾ ਆਪਣੇ ਇੱਧਰ ਨੂੰ ਜਿਹੜੇ ਪਿੰਡਾਂ ਦੇ ਵਿਚਕਾਰ ਨੂੰ, ਜਿੱਥੇ ਨੂੰ ਉੱਥੇ ਨਾ ਜਿਹੜੇ ਰਾਸ਼ਨ ਵੰਡਿਆ ਜਾ ਰਿਹਾ, ਉਹਦਾ ਮੈਨੂੰ ਇਹ ਗੱਲ ਸਮਝ ਲੱਗੀ ਵੀ ਉਹਦੇ ਪੈਸੇ ਵੀ ਵਸੂਲੇ ਜਾ ਰਹੇ ਆ, ਕਿੱਦਾਂ ਕੁਛ ਇੱਦਾਂ ਦਾ ਕੁਛ ਹੈਗਾ? ਸਰਕਾਰ ਵੱਲੋਂ ਤਾਂ ਕੁਛ ਹੈਗਾ ਵੀ ਸਰਕਾਰੀ ਰਾਸ਼ਨ ਦਾ, ਪਰ ਜਿਹੜਾ ਮੈਂਬਰ ਪਾਰਲੀਮੈਂਟ ਸੰਗਰੂਰ ਵੱਲੋਂ ਗੁਰਦੁਆਰਾ ਅੰਗੀਠਾ ਸਾਹਿਬ ਤੋਂ ਜਾਂ ਇੱਕ ਦੋ ਹੋਰ ਗੁਰਦੁਆਰਾ ਸਾਹਿਬ ਨੇ, ਉੱਥੋਂ ਲੈ ਕੇ ਅਸੀਂ ਕੱਚਾ ਰਾਸ਼ਨ 2 ਕਿਲੋ ਵਾਲਾ ਥੈਲਾ ਜਿਹੜਾ ਪ੍ਰਸ਼ਾਸਨ ਤੋਂ ਲੈ ਲੈਂਦੇ ਹਾਂ। 2 ਕਿਲੋ ਵਾਲੇ ਥੈਲੇ 'ਚ ਦਾਲ ਹੈ, 5 ਕਿਲੋ ਵਾਲੇ 'ਚ ਆਟਾ ਹੈ, ਅਤੇ ਹਰ ਰੋਜ਼ ਅਸੀਂ ਸਾਡੇ ਕੋਲ ਜਿੰਨੇ ਵੀ ਫੋਨ ਆ ਜਾਂਦੇ ਨੇ ਤਾਂ ਅਸੀਂ ਉੱਥੇ ਜਿਹੜੇ ਅਸਲੀ ਲੋੜਵੰਦ ਨੇ ਅਸੀਂ ਉਹਨਾਂ ਦੇ ਘਰੇ ਪਹੁੰਚਾ ਕੇ ਆਉਂਦੇ ਹਾਂ। 100 ਤੋਂ ਉੱਪਰ ਟਰੈਕਟਰ ਟਰਾਲੀ ਅਤੇ ਟੈਂਪੂ ਵਗੈਰਾ ਹਾਇਰ ਕੀਤੇ ਹੋਏ ਨੇ ਪ੍ਰਸ਼ਾਸਨ ਨੇ, ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਸੀਂ ਉੱਥੇ ਪਹੁੰਚਾ ਕੇ ਆਉਂਦੇ, ਉਹਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਬਾਈ ਜੀ। ਜੇ ਕਿਸੇ ਨੂੰ ਕੋਈ ਜ਼ਰੂਰਤ ਹੋਵੇ, ਜਿਵੇਂ ਤੁਸੀਂ ਧਲੇਰ ਤੋਂ ਤੁਹਾਡੇ ਪਿੰਡ ਕੋਈ ਜ਼ਰੂਰਤ ਹੈਗੀ ਹੈ, ਤਾਂ ਤੁਸੀਂ ਮੈਨੂੰ ਇਸੇ ਨੰਬਰ 'ਤੇ ਬਾਅਦ ਦੇ ਵਿੱਚ ਵਟਸਐਪ ਵੀ ਕਰ ਸਕਦੇ ਹੋ ਜਾਂ ਬਾਅਦ ਦੇ ਵਿੱਚ ਰੈਗੂਲਰ ਕਾਲ ਵੀ ਕਰ ਸਕਦੇ।
ਹਾਂਜੀ ਮੁੰਡੇ ਛੋਟੇ ਜਿਹੜੇ ਮਤਲਬ ਆਪਣੇ ਕਲੱਬ ਵਾਲੇ ਆ ਜਾਂ ਪਿੰਡ ਦੇ ਸਰਪੰਚ ਦੇ ਨਾਲ ਛੋਟੇ ਮੁੰਡੇ ਉਹ ਬਣਾ ਕੇ ਵਧੀਆ ਕੰਮ ਕਰ ਰਹੇ ਆ, ਪਰ ਇਹ ਨਾ ਜੈਨੂਅਨ ਜੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਦੀਆਂ ਸਾਹਮਣੇ ਆਉਂਦੀਆਂ ਨੇ, ਸੁਣਨ ਨੂੰ ਆਉਂਦੀਆਂ ਨੇ, ਦੇਖਦੇ ਆ ਹਨਾ ਪਤਾ ਲੱਗਦਾ। ਨਹੀਂ ਨਹੀਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਨੇ ਪੈਸੇ ਮੰਗੇ ਸੀਗੇ, ਫਿਰ ਮੈਂ ਗੱਲ ਕੀਤੀ ਜੋ ਸੰਗਰੂਰ ਤੇ ਬਰਨਾਲੇ ਦੇ ਪ੍ਰਸ਼ਾਸਨ ਨਾਲ ਕਿ ਦੇਖੋ ਦਿਹਾੜੀ ਕਮਾਉਣੀ ਤਾਂ ਆਪਾਂ ਬੰਦ ਕਰਤੀ, ਆਪਾਂ ਤਾਂ ਕਹਿੰਦੇ ਵੀ ਅੰਦਰ ਰਹੋ। ਉਹ ਜਿਹੜੇ ਹੈਂਡ ਟੂ ਮਾਊਥ ਸੀ ਉਸੇ ਦਿਨ ਜਿਹੜੇ ਖੂਹ ਪੱਟ ਕੇ ਪਾਣੀ ਪੀਂਦੇ ਸੀਗੇ ਤੇ ਉਹਨਾਂ ਨੂੰ ਤੁਸੀਂ ਖੂਹ ਤਾਂ ਪੱਟਣ ਨਹੀਂ ਦਿੱਤਾ, ਖੂਹ ਪੱਟਣ ਤੇ ਪਾਬੰਦੀ ਲਾਤੀ, ਤੇ ਬਾਅਦ ਚ ਤੁਸੀਂ ਉਹਨਾਂ ਨੂੰ ਇਹ ਵੀ ਨਹੀਂ ਕਹਿ ਸਕਦੇ ਨਾ ਵੀ ਕਿ ਪਾਣੀ ਨਾ ਪੀਓ, ਪਾਣੀ ਤਾਂ ਪਹੁੰਚਾਉਣਾ ਪਊਗਾ ਨਾ ਉਹਨਾਂ ਕੋਲੇ। ਹਾਂਜੀ ਹਾਂਜੀ ਇਹ ਗੱਲ, ਹਾਂ ਇਹ ਬਹੁਤ ਜ਼ਰੂਰੀ ਗੱਲ ਹੈ ਨਾ ਭਾਜੀ, ਇੱਦਾਂ ਹੈ ਗੱਲ ਹੁਣ ਜਿੱਦਾਂ ਹੈਂਡ ਟੂ ਮਾਊਥ ਵਾਲੇ ਸੀਗੇ ਉਹ ਸਾਰੇ ਹਨਾ ਜੀ, ਤੇ ਮੇਰੇ ਪਿੰਡ ਵੀ ਹੈਗੇ ਆ ਬਹੁਤ ਇੱਦਾਂ ਦੇ ਆ ਜਿਨ੍ਹਾਂ ਨੂੰ ਹਨਾ ਕੰਮ ਕਰਨਾ ਆ ਤਾਂ ਖਾਣਾ ਆ ਜਾਂ ਉਹ ਇੱਕ ਦੂਜੇ ਦੇ। ਖੈਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਨਹੀਂ ਬਾਈ ਜੀ ਪੰਜਾਬ ਦੇ ਵਿੱਚ ਕੋਈ ਭੁੱਖਾ ਸੌਂਗਾ, ਕਿਉਂਕਿ ਪੰਜਾਬ ਪਰਮਾਤਮਾ ਦੀ ਕਿਰਪਾ ਨਾਲ ਪੰਜਾਬ ਪੰਜਾਬੀਆਂ 'ਚ ਸੇਵਾ ਭਾਵ ਬਹੁਤ ਹੈ। ਜਿਹੜੇ ਲੰਗਰ 20 ਰੁਪਈਆਂ ਤੋਂ ਜਿਹੜਾ ਗੁਰੂ ਨਾਨਕ ਸਾਹਿਬ ਨੇ ਲੰਗਰ ਸ਼ੁਰੂ ਕੀਤਾ ਸੀ ਉਹ ਅੱਜ ਤੱਕ ਮੁੱਕਿਆ ਨਹੀਂ, ਸੋ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇੱਦਾਂ ਹੋਊਗਾ। ਔਰ ਫਿਰ ਵੀ ਜਿੰਨੇ ਵੀ ਬੰਦੇ ਇਸ ਵਕਤ ਸੁਣ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ, ਜੇ ਪਰਮਾਤਮਾ ਨੇ ਤੁਹਾਡੇ ਘਰੇ ਦਾਣੇ ਦਿੱਤੇ ਨੇ ਤਾਂ ਕਿਰਪਾ ਕਰਕੇ ਜਿੰਨਾ ਜਿਹੜੇ ਇਸ ਵਕਤ ਭੁੱਖੇ ਨੇ ਜਾਂ ਜਿਨ੍ਹਾਂ ਦੇ ਬੱਚੇ ਭੁੱਖੇ ਸੌਂਦੇ ਨੇ ਉਹਨਾਂ ਦੇ ਘਰੇ ਰਾਸ਼ਨ ਪਹੁੰਚਾ ਕੇ ਆਓ, ਤਾਂ ਭਵਿੱਖ ਦੇ ਵਿੱਚ ਉਹ ਦਾਣੇ ਦੁੱਗਣੇ ਹੋ ਕੇ ਤੁਹਾਡੇ ਘਰੇ ਦੁਬਾਰਾ ਆਉਣਗੇ। ਸੌਣਗੇ ਬਿਲਕੁਲ ਜੀ ਬਿਲਕੁਲ। ਇੱਕ ਭਾਜੀ ਇੱਕ ਪੋਲੀਟੀਕਲ ਜੀ ਥੋੜੀ ਜੀ ਉਹ ਹੈ ਤੁਹਾਨੂੰ ਕੋਸ਼ਿਸ਼ ਕਰਦਾ ਦੱਸਣ ਦੀ, ਭਾਜੀ ਐਤਕੀ ਜੋ ਕੈਂਡੀਡੇਟ ਲਾਓਗੇ ਜੀ ਸਾਡੇ ਮਲੇਰਕੋਟਲਾ ਹਲਕੇ 'ਚ ਉਹ ਥੋੜਾ ਜਿਹਾ ਦੇਖ ਕੇ ਲਾਇਓ ਬਾਈ ਜੀ, ਕੋਈ ਮੀਟਿੰਗ ਨਹੀਂ ਹੁਣ ਦੇਖਿਆ ਕੌਣ ਕਿਹਾ ਜਾ ਨਿਕਲਦਾ, ਪਹਿਲਾਂ 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 ਵੀ ਦੇਖ ਕੇ ਲਾਏ ਸੀ, ਵੈਸੇ ਰਾਜਨੀਤੀ ਕਰਨ ਦਾ ਟਾਈਮ ਨਹੀਂ ਹੈਗਾ, ਪਰ ਕੋਈ ਗੱਲ ਨਹੀਂ ਆਪਣੇ ਵੱਲੋਂ ਬੈਸਟ ਕਰਾਂਗੇ, ਲੋਕਾਂ ਤੋਂ ਸਰਵੇ ਕਰਾ ਕੇ ਜਿਹਨੂੰ ਲੋਕ ਕਹਿਣਗੇ ਉਹਨੂੰ ਅਸੀਂ ਟਿਕਟ ਦੇਵਾਂਗੇ ਬਾਈ। ਬਿਲਕੁਲ ਜੀ ਬਿਲਕੁਲ, ਚਲੋ ਓਕੇ ਭਾਜੀ, ਸਤਿ ਸ਼੍ਰੀ ਅਕਾਲ ਬੜੇ ਵੀ, ਬਹੁਤ ਬਹੁਤ ਧੰਨਵਾਦ, ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਹੋਈ ਤੇ ਇੱਕ ਇੱਕ ਆਖਰੀ ਕਾਲ ਜਿਹੜੀ ਲੈ ਲੈਂਦੇ ਫਿਰ। ਹੈਲੋ ਹੈਲੋ ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਵੀਡੀਓ ਨਹੀਂ ਆ ਰਹੀ ਸਰ। ਹੈਲੋ ਆ ਰਹੀ ਹੋ? ਨਹੀਂ ਵੀਡੀਓ ਤਾਂ ਨਹੀਂ ਆ ਰਹੀ, ਚਲੋ ਕੋਈ ਗੱਲ ਨਹੀਂ। ਨਹੀਂ ਆ ਦੇਖੋ ਆ ਰਹੀ। ਹੈਲੋ ਹੈਲੋ, ਹਾਂਜੀ ਹਾਂਜੀ ਸਰ, ਕੋਈ ਗੱਲ ਨਹੀਂ, ਵੀਡੀਓ ਨਹੀਂ ਆ ਰਹੀ, ਨਹੀਂ ਮੈਨੂੰ ਆ ਰਹੀ ਹੈ ਤੁਹਾਡੀ ਵੀਡੀਓ। ਪਰ ਕੇਸ ਬਹੁਤ ਵੱਧ ਗਿਆ, ਪਰ ਪੰਜਾਬ ਦਾ ਫਿਕਰ ਜ਼ਿਆਦਾ ਰਹਿੰਦਾ ਕਿਉਂਕਿ ਫੈਮਿਲੀਜ਼ ਉੱਥੇ ਆ ਨਾ, ਘਰ ਉੱਥੇ ਆ। ਤੇ ਸਰ ਇੱਕ ਬਸ ਮੈਸੇਜ ਦੇਣਾ ਸੀਗਾ ਕਿ ਜਿੰਨੇ ਵੀ ਲੋਕ ਉੱਥੇ ਸੇਵਾ ਕਰ ਰਹੇ ਆ ਜਾਂ ਜਿਹੜੇ ਜਿਹੜੇ ਰਾਸ਼ਨ ਪਹੁੰਚਾਉਂਦੇ ਆ ਉਹ ਬਹੁਤ ਜ਼ਿਆਦਾ ਸਰ ਇਕੱਠ ਕਰਨ ਲੱਗ ਜਾਂਦੇ ਆ, ਤੇ ਜਿੰਨਾ ਕੁਆਰੰਟਾਈਨ ਕਰਨ ਦਾ ਜਿਹੜਾ ਫਾਇਦਾ ਉਹਦਾ ਫਿਰ ਉਹ ਸਾਰਾ ਬਿਲਕੁਲ ਖਰਾਬ ਹੁੰਦਾ, ਉਹਦੇ ਨਾਲ ਜ਼ਿਆਦਾ ਸਪ੍ਰੈਡ ਹੋਣ ਦਾ ਖਤਰਾ ਮੇਰੇ ਖਿਆਲ ਨਾਲ। ਤਾਂ ਜਿਹੜੇ ਵੀ ਲੋਕ, ਮੈਨੂੰ ਪਤਾ ਹੈ ਬਹੁਤ ਵੀਡੀਓ ਦੇਖ ਰਹੇ ਹੋਣੇ ਲੋਕ ਤੁਹਾਡੀ, ਤਾਂ ਪਲੀਜ਼ ਜਿਹੜੇ ਵੀ ਲੰਗਰ ਦਿੰਦੇ ਆ ਜਾਂ ਸੇਵਾ ਕਰ ਰਹੇ ਹੋ ਥੋੜ੍ਹਾ ਡਿਸਟੈਂਸ ਬਣਾ ਕੇ ਰੱਖਣ, ਸੋਸ਼ਲ ਡਿਸਟੈਂਸਿੰਗ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਨਾ ਹੋਵੇ ਆਪਾਂ ਚੰਗਾ ਕੰਮ ਕਰਨਗੇ ਉਹਦੇ ਨਾਲ ਆਪਾਂ ਉਹਦੀ ਕੁਛ ਹੋਰ ਖਰਾਬ ਕਰ ਦਈਏ ਨਾ, ਕਿਉਂਕਿ ਹੁਣ ਪੰਜਾਬ 'ਚ ਕੇਸ ਜ਼ਿਆਦਾ ਵਧਣ ਲੱਗ ਗਏ। ਦੇਖੋ ਬਾਈ ਜੀ ਪਤਾ ਕੀ ਹੈ, ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਇਹ ਨਾ ਹੋਵੇ ਕਿ ਆਪਾਂ ਸੇਵਾ ਦੇ ਭੁਲੇਖੇ ਬਿਮਾਰੀ ਵੰਡ ਦਈਏ, ਅਤੇ ਜਿੰਨੇ ਵੀ ਇਸ ਵਕਤ ਸੁਣ ਰਹੇ ਨੇ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਜਾਂ ਬਾਅਦ 'ਚ ਵੀ ਸੁਣਨਗੇ ਸੋਸ਼ਲ ਮੀਡੀਆ 'ਤੇ ਵੱਖ ਵੱਖ ਪਲੇਟਫਾਰਮਾਂ 'ਤੇ, ਤਾਂ ਇਹੀ ਮੈਸੇਜ ਮੇਰੇ ਵੱਲੋਂ ਹੈ ਕਿ ਕੋਸ਼ਿਸ਼ ਕਰੋ ਕਿ ਜਿਹੜੇ ਇਕੱਠ ਵਾਲੇ ਪ੍ਰੋਗਰਾਮ ਨੇ ਉਹ ਅਵੋਇਡ ਕੀਤੇ ਜਾਣ, ਕਿਉਂਕਿ ਆਪਣੇ ਕਲਚਰ ਦੇ ਵਿੱਚ ਵਿਆਹ ਸ਼ਾਦੀਆਂ ਧਾਰਮਿਕ ਮੇਲੇ ਸੰਗਰਾਂਦਾਂ ਮੱਸਿਆ ਜਗਰਾਤੇ ਅਤੇ ਈਦਾਂ ਸ਼ਬਰੀਦਾਂ ਬਹੁਤ ਨੇ, ਪਰ ਇਹ ਵੀ ਕੋਸ਼ਿਸ਼ ਕੀਤਾ ਜਾਵੇ, ਕੋਸ਼ਿਸ਼ ਇਹੀ ਕੀਤੀ ਜਾਵੇ ਕਿ ਰੱਬ ਦਾ ਨਾਂ ਤਾਂ ਘਰ ਲੈ ਬਹਿ ਕੇ ਵੀ ਲਿਆ ਜਾ ਸਕਦਾ ਜੇ ਸ਼ਾਦਾ ਹੋਵੇ, ਤਾਂ ਕੋਸ਼ਿਸ਼ ਇਹ ਕੀਤੀ ਜਾਵੇ ਕਿ ਜੋ ਸਰਕਾਰਾਂ ਨੇ ਲੋਕਡਾਊਨ ਜਾਂ ਕਰਫਿਊ ਲਾਇਆ ਉਹਨੂੰ ਉਹਦਾ ਪਾਲਣ ਕੀਤਾ ਜਾਵੇ। ਹਾਂਜੀ ਹਾਂਜੀ ਬਿਲਕੁਲ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਠੀਕ ਹੈ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ, ਬਹੁਤ ਲੋਕਾਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਨੇ, ਸਲਾਹਾਂ ਦਿੱਤੀਆਂ ਨੇ, ਕੁਵੈਤ ਤੋਂ, ਲਿਬਨਾਨ ਤੋਂ, ਅਮਰੀਕਾ ਤੋਂ, ਜਿੱਥੋਂ ਜਿੱਥੋਂ ਵੀ ਫੋਨ ਆਏ ਨੇ, ਮੈਂ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਬਸ
ਜੇ ਆਪਾਂ ਇੱਕ ਘੰਟੇ ਦਾ ਨਿਚੋੜ ਕੱਢਣਾ ਹੋਵੇ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਸਟੋਰੀ ਤੋਂ ਬਾਅਦ ਥੱਲੇ ਉਹਦਾ ਉਹ ਕੱਢਣਾ ਹੁੰਦਾ ਸੀਗਾ ਨੋਟ ਵੀ ਕੀ ਸਿੱਖਿਆ ਮਿਲਦੀ ਹੈ, ਸਿੱਖਿਆ ਇੱਕ ਘੰਟੇ ਦੇ ਕਨਵਰਸੇਸ਼ਨ 'ਚੋਂ ਇਹੀ ਮਿਲਦੀ ਹੈ ਕਿ ਸਟੇ ਹੋਮ ਐਂਡ ਸਟੇ ਹੈਲਦੀ, ਕੋਸ਼ਿਸ਼ ਕੀਤੀ ਜਾਵੇ ਕਿ ਘਰੇ ਰਿਹਾ ਜਾਵੇ। ਜੇ ਕਿਸੇ ਨੂੰ ਮੈਡੀਕਲ ਜਾਂ ਰਾਸ਼ਨ ਦੀ ਐਮਰਜੈਂਸੀ ਹੈ, ਸਾਡੇ ਇਸ ਨੰਬਰ 'ਤੇ, ਮੈਂ ਇੱਕ ਵਾਰੀ ਨੰਬਰ ਵੀ ਰਿਪੀਟ ਕਰ ਦਿੰਦਾ, ਕਈਆਂ ਨੂੰ ਨਹੀਂ ਵੀ ਪਤਾ ਹੋਊਗਾ ਜਾਂ ਬਾਅਦ 'ਚ ਸੁਣਨਗੇ ਉਹ, ਕਿ 7976306060 7976306060 'ਤੇ ਵਟਸਐਪ ਕਰਕੇ ਜਾਂ ਰੈਗੂਲਰ ਕਾਲ ਕਰਕੇ ਸਾਨੂੰ ਤੁਸੀਂ ਦੱਸ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਪਰਿਵਾਰ ਤੱਕ ਉਹ ਮੈਡੀਕਲ ਦਵਾਈਆਂ ਜਾਂ ਉਹ ਰਾਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ। ਬਾਕੀ ਗੱਲਬਾਤ ਕਰਨ ਲਈ ਔਰ ਇਸ ਸੰਕਟ ਦੇ ਮੌਕੇ ਚੰਗੇ ਸੁਝਾਅ ਦੇਣ ਲਈ ਜਾਂ ਜਾਣਕਾਰੀਆਂ ਲੈਣ ਲਈ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਸਟੇ ਹੋਮ ਐਂਡ ਸਟੇ ਹੈਲਦੀ। ਸਤਿ ਸ਼੍ਰੀ ਅਕਾਲ ਜੀ।